सतगुरु गुरु नानक देव महाराज गुरु गोबिंद सिंह सच्चे पातशाह जी दे समूह खालसा जी प्यार सहित फतेह बुलाओ वाहेगुरु जी का खालसा वाहेगुरु जी की फतेह। रतन सिंह पंगू जी की गल डॉक्टर साहब ने थोड़ी जी की सी। अंग्रेज आए हिंदुस्तान, उन्होंने एक प्रॉब्लम बहुत वड्डी सी कि सिख अपने धर्म की गल ठीक रूप में उन्होंने दस नहीं सक सकते क्योंकि लैंग्वेज की प्रॉब्लम सी, ये वड्डी प्रॉब्लम सी। उन्होंने एक मुसलमान बूटे शाह नूं कहा कि सिखां दा इतिहास लिख के दे। रतन सिंह पंगू सियाने सन, विद्वान सन, सिख धर्म नूं समझदे सन। कैप्टन मरे लुधियाने कचहरी विच पंगू जी नूं मिल गया। ये पंगू जी रतन सिंह पंगू कौन ने? महताब सिंह दे खानदान विचों हन। ਉਹ ਬਾਬਾ ਮਹਿਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗਰ ਦਾ ਸਿਰ ਵੱਟਿਆ ਸੀ। ਕੈਪਟਨ ਮਰੇ ਨੂੰ ਕਹਿਣ ਲੱਗੇ, ਤੁਸੀਂ ਸਿੱਖਾਂ ਦਾ ਇਤਿਹਾਸ ਕਦੇ ਹਿੰਦੂਆਂ ਨੂੰ ਪੁੱਛਦੇ ਹੋ, ਕਦੇ ਮੁਸਲਮਾਨਾਂ ਨੂੰ ਪੁੱਛਦੇ ਹੋ, ਇਹ ਸਾਡੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਠੀਕ ਕਿਵੇਂ ਦੇ ਸਕਦੇ ਨੇ? ਇਹ ਤਾਂ ਦੁਸ਼ਮਣੀ ਕਰਦੇ ਰਹੇ ਨੇ ਸਾਡੇ ਨਾਲ, ਇਹਨਾਂ ਸਾਡਾ ਇਤਿਹਾਸ ਤੁਹਾਨੂੰ ਠੀਕ ਨਹੀਂ ਦੱਸਣਾ। ਕੈਪਟਨ ਮਰੇ ਕਹਿੰਦਾ ਹੈ, ਸਿੱਖ ਕੌਣ ਹਨ? ਇਹਨਾਂ ਕੋਲ ਕੋਈ ਰਾਜ ਭਾਗ ਹੈ? ਤੁਹਾਡਾ ਕਿਤੇ ਰਾਜ ਹੈ? ਤੁਸੀਂ ਤੇ ਰਈਅਤ ਤੋਂ ਪਰਜਾ ਹੋ, ਇਹ ਤੁਹਾਨੂੰ ਕਹਿੰਦੇ ਨੇ ਪਰਜਾ ਹੋ ਤੁਸੀਂ। ਰਤਨ ਸਿੰਘ ਪੰਗੂ ਕਹਿੰਦੇ ਨੇ, ਅਸੀਂ ਰਾਜੇ ਹਾਂ, ਅਸੀਂ ਪਰਜਾ ਨਹੀਂ ਹਾਂ। ਉਹ ਕਹਿੰਦਾ ਕਿ ਰਾਜੇ ਕਿੱਥੋਂ, ਕਿਹੜੀ ਕੁੱਲ ਵਿੱਚੋਂ, ਰਾਜਿਆਂ ਦੀ ਚੋਣ ਕਿੱਥੋਂ, ਕੌਣ, ਕਿਸਨੇ ਤੁਹਾਨੂੰ ਰਾਜ ਬਣਾਇਆ, ਕਿੱਥੇ ਤੁਹਾਡਾ ਰਾਜ? ਉਹ ਕਹਿੰਦਾ, ਸਿੰਘਨ ਪਾਤਸ਼ਾਹੀ ਸਾਹ ਸੱਚੇ ਦਈ। ਸੱਚੇ ਪਾਤਸ਼ਾਹ ਨੇ ਪਾਤਸ਼ਾਹੀ ਦਿੱਤੀ ਹੈ, ਝੂਠੇ ਨਹੀਂ ਦਿੱਤੀ। ਅਸੀਂ ਕੋਈ ਬਾਬਰ ਵਰਗੇ ਪਾਤਸ਼ਾਹ ਜਾਂ ਕਿਸੇ ਹੋਰ ਦੀ ਗੱਦੀ 'ਚ ਨਹੀਂ ਬੈਠੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਪਾਤਸ਼ਾਹੀ ਦਿੱਤੀ ਹੈ। ਉਹ ਕਹਿੰਦਾ, ਗੁਰੂ ਨਾਨਕ ਕੌਣ ਸਨ? ਉਹ ਕਹਿੰਦੇ, ਕਈ ਸ਼ਾਹ ਤਿੰਨ ਕੀਏ ਫਕੀਰ, ਪਾਤਸ਼ਾਹੀਆਂ ਖਾ ਕੇ ਮਿਲਾਤੀਆਂ ਗੁਰੂ ਨਾਨਕ ਸਾਹਿਬ ਨੇ। ਤੇ ਫਿਰ ਕਈ ਫਕੀਰ ਕਰਦੀ ਨੇ ਵੀ, ਫਕੀਰਾਂ ਨੂੰ ਉਸਨੇ ਪਾਤਸ਼ਾਹ ਬਣਾਤਾ, ਉਹ ਹੈ ਗੁਰੂ ਨਾਨਕ ਜਿਸ ਨੇ ਪਾਤਸ਼ਾਹੀ ਦਿੱਤੀ ਹੈ ਸਾਨੂੰ। ਇੱਥੋਂ ਫਿਰ ਉਹਨਾਂ ਨੇ, ਉਸਨੇ ਕੈਪਟਨ ਮਰੇ ਨੇ ਕਿਹਾ, ਠੀਕ ਹੈ, ਤੁਸੀਂ ਵੀ ਇਨਫੋਰਮੇਸ਼ਨ ਆਪਣੇ ਵੱਲੋਂ ਲਿਖ ਕੇ। ਉਹ ਫਿਰ ਰਤਨ ਸਿੰਘ ਪੰਗੂ ਜੀ ਨੇ ਪੰਥ ਪ੍ਰਕਾਸ਼ ਲਿਖਿਆ ਸੀ। ਬੜਾ ਵੱਡਾ ਵਿਰਸਾ ਹੈ ਸਾਡਾ, ਅਮੀਰ ਵਿਰਸਾ ਹੈ। ਸਾਡੇ ਵਿਰਸੇ ਦੇ ਬਰਾਬਰ ਕਿਤੇ ਵੀ ਸਿਧਾਂਤ ਵਿੱਚ, ਸ਼ਹਾਦਤਾਂ ਵਿੱਚ, ਮੈਂ ਤੁਹਾਨੂੰ ਦੱਸਿਆ ਸੀ ਨਾ, ਕ੍ਰਾਈਸਟ ਦੀ ਡੋਲਦੀ ਹੋਈ ਸ਼ਹਾਦਤ ਹੈ, ਚਿੱਤ ਡੋਲ ਰਿਹਾ ਹੈ। ਅਖੀਰ ਵਿੱਚ ਕਹਿੰਦਾ, ਹੇ ਮੇਰੇ ਪਰਮਾਤਮਾ, ਹੇ ਮੇਰੇ ਪਰਮਾਤਮਾ, ਹੇ ਮੇਰੇ ਪਰਮਾਤਮਾ, ਤੂੰ ਮੈਨੂੰ ਕਿਉਂ ਬੁਲਾ ਦਿੱਤਾ? ਉਹਨੂੰ ਉੱਥੇ ਉਹ ਭਾਵ ਨਹੀਂ ਜਿਹੜਾ ਗੁਰੂ ਅਰਜਨ ਦੇਵ ਕਹਿ ਰਹੇ ਨੇ, ਤੇਰਾ ਕੀ ਆ ਮਿੱਠਾ ਲੱਗਾ ਨਾਮ ਪਦਾਰਥ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਮੈਂ ਤੱਤੀ ਚਵੀ 'ਚ ਮੈਂ ਥੋੜ੍ਹਾ ਬੈਠਾ, ਮੇਰਾ ਗੁਰੂ ਬੈਠਾ, ਉਹ ਤੇ ਨਾਲ ਬੈਠੇ ਮੇਰੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਕਹਿੰਦੇ ਨੇ ਕਿ ਇਸ ਪ੍ਰੀਖਿਆ ਵਿੱਚ ਗੁਰੂ ਮੇਰੇ ਨਾਲ ਹੈ, ਤੱਤੀ ਧਰੀ ਦੇ ਨਾਲ ਹੈ। ਅਤੇ ਕ੍ਰਾਈਸਟ ਕਹਿ ਰਿਹਾ ਕਿ ਔਖੀ ਘੜੀ ਵਿੱਚ ਮੈਨੂੰ ਰੱਬ ਨੇ ਛੱਡ ਦਿੱਤਾ ਹੈ। ਵਿਸ਼ਵਾਸ ਡੋਲ ਗਿਆ ਨਾ, ਕਿ ਮੈਂ ਨਹੀਂ ਕਹਿੰਦਾ ਬਾਈਬਲ ਪੜ੍ਹ ਲੈ, ਨਹੀਂ ਬੇਟਾ ਬਾਈਬਲ ਪੜ੍ਹ ਲਓ। ਲਾਸਟ ਉਹਦੇ ਜਿਹੜੇ ਬਚਨ ਨੇ, ਉਹ ਕਹਿੰਦਾ, ਹੇ ਮੇਰੇ ਪਰਮਾਤਮਾ, ਹੇ ਮੇਰੇ ਪਰਮਾਤਮਾ, ਹੇ ਮੇਰੇ ਪਰਮਾਤਮਾ, ਤੂੰ ਮੈਨੂੰ ਕਿਉਂ ਪੜ੍ਹਾ ਦਿੱਤਾ ਹੈ? ਸੋ ਇਸ ਕਰਕੇ ਸ਼ਹਾਦਤਾਂ ਵਿੱਚ, ਕੁਰਬਾਨੀਆਂ ਵਿੱਚ, ਮਨੁੱਖਤਾ ਦੀ ਭਲਾਈ ਵਿੱਚ, ਸਿਧਾਂਤ ਅਤੇ ਫਲਾਸਫੀ ਵਿੱਚ ਸਿੱਖ ਧਰਮ ਦੇ ਬਰਾਬਰ ਕੋਈ ਧਰਮ ਨਹੀਂ ਹੈ। ਕਿਸੇ ਧਰਮ ਦੇ ਵਿੱਚ ਏਕਾ ਨਹੀਂ ਹੈ ਨਾ, ਕਿਸੇ ਇੱਕ ਤੋਂ ਸ਼ੁਰੂ ਨਹੀਂ ਹੁੰਦਾ। ਓਮਕਾਰ ਤੋਂ ਸ਼ੁਰੂ ਹੋ ਜਾਏਗਾ,
ਲਾ ਇਲਾਹ ਇਲਾਹ ਮੁਹੰਮਦ ਰਸੂਲਿਲਾ ਠੀਕ ਹੈ, ਅੱਲਾ ਲਾ ਸ਼ਰੀਕ ਹੈ, ਗਿਣਤੀ ਦੇ ਏਕੇ ਤੋਂ ਗਿਣਤੀ ਦਾ ਏਕਾ ਸਾਰੀ ਭਾਸ਼ਾ ਸਾਰੀਆਂ ਗਿਣਤੀਆਂ ਬਿਣਤੀਆਂ ਸਾਰੀਆਂ ਸਕ੍ਰਿਪਟ ਸਭ ਤੋਂ ਪਹਿਲਾਂ ਏਕਾ ਦਾ ਹੈ, ਸਾਰਾ ਆਧਾਰ ਹੈ ਸਭ ਕੁਛ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਏਕਾ ਆਇਆ ਹੈ ਨਾ, ਇਹ ਕੋਈ ਛੋਟੀ ਚੀਜ਼ ਨਹੀਂ ਹੈ, ਏਕੇ ਵਿੱਚ ਹੀ ਸਭ ਕੁਛ ਸਮੇਟਿਆ ਹੋਇਆ ਹੈ। ਇਹ ਭਾਸ਼ਾ ਦਾ ਮੂਲ ਹੈ, ਇਹ ਸਕ੍ਰਿਪਟ ਦਾ ਮੂਲ ਹੈ, ਅਤੇ ਇਹ ਸੰਸਾਰ ਇੱਕ ਹੋਂਦ ਹੈ, ਇੱਕ ਐਗਜਿਸਟੈਂਸ ਹੈ, ਓਨਲੀ ਵਨ ਐਗਜਿਸਟੈਂਸ ਹੈ, ਇਹਦਾ ਪ੍ਰਤੀਕ ਹੈ। ਸੋ ਬਹੁਤ ਵੱਡੀ ਫਿਲਾਸਫੀ ਸਾਡੇ ਪਾਸ ਹੈ। ਵਿਸ਼ਾ ਗੁਰਮਤਾ ਨੇ, ਗੁਰਮੁਖਾਂ ਨੇ ਦਿੱਤਾ ਮੈਨੂੰ ਵੀ ਅੱਜ ਅਸੀਂ ਵਿਚਾਰ ਕਰੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਯੂਨੀਕਨੈਸ ਹੈ ਉਹਦੇ 'ਤੇ ਵਿਚਾਰ ਕਰੀਏ। ਯੂਨੀਕਨੈਸ ਪਹਿਲੀ ਗੱਲ ਤਾਂ ਇਹ ਸਮਝਣਾ ਨਹੀਂ ਬੇਟਾ, ਸਾਡੇ ਜਿਹੜੇ ਹਿੰਦੂ ਭਰਾ ਨੇ ਉਹ ਕਹਿੰਦੇ ਨੇ ਸਿੱਖ ਤੋਂ ਹਿੰਦੂ ਹੀ ਹੈ, ਹੈ ਨਾ, ਇਹ ਭਰਮ ਪੈਦਾ ਕਰਦੇ ਨੇ ਸਿੱਖ ਹਿੰਦੂ ਨੇ। ਨਹੀਂ, ਸਿੱਖ ਇੱਕ ਸੰਪੂਰਨ ਕੌਮ ਹੈ। ਹਿੰਦੂ ਸ਼ਬਦ ਦੇ ਅਰਥ ਅੱਛੇ ਨਹੀਂ। ਮੇਰਾ ਇਹ ਸੁਭਾਅ ਨਹੀਂ ਕਿ ਮੈਂ ਕਿਸੇ ਕੌਮ ਦੀ ਨਿੰਦਿਆ ਕਰਾਂ ਜਾਣ ਬੁੱਝ ਕੇ, ਕਿਸੇ ਨੂੰ ਭੈੜਾ ਦੱਸਣਾ, ਇਹ ਸਾਡੇ ਕਲਚਰ 'ਚ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੀ ਕੋਈ ਨਹੀਂ। ਗੁਰੂ ਸਾਹਿਬ ਨੇ ਚੰਗਿਆਈਆਂ ਚੰਗਿਆਈਆਂ, ਗੁਣ ਗਾਉਣੇ, ਪ੍ਰੇਜ਼ ਕਰਨੀ, ਪ੍ਰਸ਼ੰਸਾ ਕਰਨੀ, ਇਹ ਸਿਖਾਇਆ ਤਾਂ ਕਿ ਸਾਡੀ ਜ਼ੁਬਾਨ ਬਹੁਤ ਚੰਗੀ ਹੋਵੇ। ਮੈਂ ਉਸ ਕਰਕੇ ਨਹੀਂ ਕਹਾਂਗਾ, ਪਰ ਹਿੰਦੂ ਦੇ ਸ਼ਬਦ, ਹਿੰਦੂ ਸ਼ਬਦ ਸੰਸਕ੍ਰਿਤ ਦਾ ਨਹੀਂ ਹੈ, ਭਾਰਤ ਦਾ ਨਹੀਂ ਹੈ, ਅਰਬੀ ਦਾ ਸ਼ਬਦ ਹੈ। ਅਰਬੀ ਵਿੱਚ ਜਿਹੜਾ ਇਸਦਾ ਅਰਥ ਹੈ ਉਹ ਹੈ ਕਾਲਾ ਚੋਰ, ਕਾਲਾ ਚੋਰ, ਇਹ ਇਹਦੀ ਅਰਥ ਨੇ ਤਕਨੀਕੀ। ਇਹ ਚਾਹੇ ਤੁਸੀਂ ਜਿਹੜੇ ਹਿੰਦੂਆਂ ਦੇ ਲਿਖੀਆਂ ਹੋਈਆਂ ਡਿਕਸ਼ਨਰੀ 'ਚ ਨੇ, ਹਿੰਦੀ ਮਾਨਕ ਕੋਸ਼ ਚੁੱਕ ਕੇ ਦੇਖ ਲਵੋ, ਹਿੰਦੂ ਮਿਥਿਹਾਸ ਕੋਸ਼ ਚੁੱਕ ਕੇ ਦੇਖ ਲਵੋ, ਜਿਹੜੀਆਂ ਡਿਕਸ਼ਨਰੀ ਹਿੰਦੂਆਂ ਨੇ ਲਿਖੀਆਂ ਨੇ ਉਹਦੇ ਵਿੱਚ ਵੀ ਇਹਦੇ ਇਹ ਅਰਥ ਨੇ, ਕਿਉਂਕਿ ਸੰਸਕ੍ਰਿਤ ਦਾ ਸ਼ਬਦ ਹੀ ਨਹੀਂ ਹੈ। ਹਿੰਦ ਅਰਬ ਦੀ ਉਹ ਔਰਤ ਹੈ ਜਿਸ ਨੂੰ ਇਸਲਾਮ ਸਭ ਤੋਂ ਵੱਧ ਘਿਰਣਾ ਕਰਦਾ ਹੈ, ਹਿੰਦ ਨਾਮ ਇਹਨੂੰ ਤਾਂ ਦਿੱਤਾ ਹੈ, ਅਬੂ ਜਾਹਲ ਦੀ ਘਰ ਵਾਲੀ। ਜਾਹਲ ਨਾਮ ਕਿਉਂ ਦਿੱਤਾ? ਇਹ ਪੈਗੰਬਰ ਸਾਹਿਬ ਮੁਹੰਮਦ ਸਾਹਿਬ ਨਾਲ ਲੜਦਾ ਹੁੰਦਾ ਸੀ, ਬਹੁਤ ਲੜਾਈਆਂ ਕੀਤੀਆਂ ਨੇ ਅਬੂ ਜਾਹਲ ਨੇ, ਉਹਦੀ ਵਾਈਫ ਸੀ ਹਿੰਦ। ਜਾਹਲ ਹੁੰਦਾ ਅਗਿਆਨੀ, ਨਾ ਉਹਦਾ ਜਾਹਲ ਨਹੀਂ ਹੋਵੇਗਾ, ਘਿਰਨਾ ਨਾਲ ਕਿਹਾ ਜਾਂਦਾ ਔਰਤ ਨੂੰ, ਹਿੰਦ ਘਿਰਨਾ ਨਾਲ ਕਿਹਾ ਜਾਂਦਾ ਉਹਦੀ ਵਾਈਫ ਨੂੰ, ਕਿਉਂਕਿ ਉਹ ਬਹੁਤ ਮੁਸਲਮਾਨਾਂ ਦੀ ਵੈਰੀ ਸੀ। ਠੀਕ, ਤੋ ਹਿੰਦੂ ਸ਼ਬਦ ਦੇ ਅਰਥ ਮਾੜੇ ਨੇ। ਹੁਣ ਵੀ ਸਿਆਣੇ ਜਿਹੜੇ ਵੇਦ ਨੂੰ ਮੰਨਣ ਵਾਲੇ ਨੇ ਉਹ ਹਿੰਦੂਆਂ ਨੂੰ ਕਹਿੰਦੇ ਨੇ ਹਿੰਦੂ ਨਾ ਅਖਵਾਓ। ਅਤੇ ਜਦੋਂ ਅੰਗਰੇਜ਼ ਹੁੰਦੇ ਸਨ ਕੋਈ 60-70 ਸਾਲ ਪਹਿਲਾਂ ਜਾਂ 80 ਸਾਲ ਪਹਿਲਾਂ, ਬਨਾਰਸ ਵਿੱਚ ਕਾਨਫਰੰਸ ਕਰਕੇ ਅਤੇ ਜਿਹੜੇ ਹਿੰਦੂ ਲੀਡਰ ਨੇ ਉਹਨਾਂ ਨੇ ਹਿੰਦੂਆਂ ਨੂੰ ਕਿਹਾ ਸੀ ਕਿ ਤੁਹਾਨੂੰ ਹਿੰਦੂ ਅਖਵਾਉਣ ਤੋਂ ਸ਼ਰਮ ਆਉਣੀ ਚਾਹੀਦੀ ਹੈ, ਕਿਉਂਕਿ ਇਹਦੇ ਅਰਥ ਬੜੇ ਮਾੜੇ ਨੇ ਸ਼ਬਦ ਦੇ। ਤੋ ਅਸੀਂ ਤਾਂ ਹਿੰਦੂ ਹੋ ਹੀ ਨਹੀਂ ਸਕਦੇ, ਅਸੀਂ ਇੱਕ ਕੌਮ ਹਾਂ, ਹਿੰਦੂ ਕੋਈ ਕੌਮ ਹੀ ਨਹੀਂ ਹੈ। ਠੀਕ, ਕੌਮ ਕਿਹੜੀ ਹੁੰਦੀ ਹੈ? ਜਿਹਦਾ ਇੱਕ ਇਸ਼ਟ ਹੋਵੇ, ਜਿਹਦੇ ਕੋਈ ਇੱਕ ਵਿਚਾਰਧਾਰਾ ਵਾਲੇ ਜਿਹੜੇ ਨੇ ਪ੍ਰੋਫਿਟ ਹੋਣ, ਜਿਹੜੇ ਇੱਕ ਕੌਮ ਬਣਾਉਣ, ਜਿਹਦੇ ਕੋਲ ਕੋਈ ਇੱਕ ਧਰਮ ਗ੍ਰੰਥ ਹੋਵੇ, ਜਿਹਦੇ ਕੋਲ ਕੋਈ ਇੱਕ ਕੌਮੀਅਤ ਦੀ ਮਰਿਆਦਾ ਹੋਵੇ, ਜਿਹਦੇ ਕੋਲ ਕੋਈ ਇੱਕ ਕੇਂਦਰੀ ਧਰਮ ਸਥਾਨ ਹੋਵੇ, ਉਹ ਇੱਕ ਧਾਰਮਿਕ ਕੌਮ ਬਣਦੀ ਹੈ। ਹਿੰਦੂਆਂ ਦੇ ਕੋਲ ਵੇਦ ਹੀ ਚਾਰ ਨੇ, ਕੋਈ ਬ੍ਰਾਹਮਣ ਕਹਿੰਦੇ ਸਨ ਅਸੀਂ 2 ਵੇਦ ਹੀ ਪੜ੍ਹਦੇ ਹਾਂ ਬਸ, ਤੀਜਾ ਨਹੀਂ ਪੜ੍ਹਦੇ। ਕੁਝ ਕਹਿੰਦੇ ਸੀ ਅਸੀਂ 3 ਵੇਦ ਪੜ੍ਹਦੇ ਹਾਂ, ਚੌਥਾ ਨਹੀਂ ਪੜ੍ਹਦੇ। ਸ਼ਿਵਜੀ ਦੇਵਤਾ ਹੈ, ਅੱਜ ਉਹ ਕਦੇ ਮੰਨਿਆ ਨਹੀਂ ਸੀ ਜਾਂਦਾ ਦੇਵਤਾ। ਜਿਹੜੇ ਪੁਰਾਣੇ ਲੋਕ ਸਨ ਉਹ ਕਹਿੰਦੇ ਸਨ ਨਹੀਂ, ਪੁਰਾਣੇ ਪੰਡਿਤ ਜਿਹੜੇ ਸੀ ਅੱਛੇ ਸਵੱਛ ਆਪਣੇ ਆਪ ਨੂੰ ਉੱਚੀ ਕੁਲ ਦੇ ਪੰਡਿਤ ਕਹਿੰਦੇ ਸੀ, ਉਹ ਚੌਥਾ ਵੇਦ ਨਹੀਂ ਸਨ ਪੜ੍ਹਦੇ। ਇੱਕ ਵੇਦ ਕੋਈ ਨਹੀਂ, ਇੱਕ ਕੇਂਦਰੀ ਧਰਮ ਸਥਾਨ ਕੋਈ ਨਹੀਂ ਹੈ, ਧਰਮ ਗ੍ਰੰਥ ਇੱਕ ਨਹੀਂ ਹੈ, ਅਵਤਾਰ ਜਿਹੜਾ ਹੈ ਕੋਈ ਕਿਸੇ ਕੁਲ ਚੋਂ ਆ ਰਿਹਾ, ਕੋਈ ਕਿਸੇ ਕੁਲ ਚੋਂ ਆ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ ਹੈ। ਮੱਛ ਕੱਛ ਵੀ ਅਵਤਾਰ ਨੇ, ਮਛਲੀ ਫਿਸ਼,
अवतार है। कछु टॉर्टवाइस वो भी अवतार है। शुक्र सूअर वो भी अवतार है। हुण शुक्र दी केड़ी कौम होएगी, मच्छ केड़ी कौम बनाएगा। सो कौमियत तो है ही साढ़े पास, साढ़े हिंदू वीर को कौमियत नहीं है। साढ़े पास साडा इष्ट का स्वरूप अपना है, ओंकार वेदा विच है, पर इत्थे इक ओंकार है। और ओंकार की शेप वो नहीं है जिहड़ी हिंदू समझे। हिंदू ओंकार की जिहड़ी शेप है ना जदों लिखते ने उसनूं, ओ ओंकार माया दे अधीन है। किहदे अधीन है? माया दे। माया मतलब नेचर, क्रिएशन। ये अधीन है, थल ये विच है, ये थले है उन्होंने। इस करके जो इस तरह लिखा जाता है ना तो इतने मुक जाती है रेखा। हूँ है नहीं कुछ देख के दिखा रहे, रेखा इतने मुक जाती है। सिख ओंकार में रेखा उपर चली जाती है। हाँ बेटा लिख के दे। तीन रेखावां हन कि ने बस, असल में तीन लाइना हन दो, तीन लाइना हन दो, तीन लाइना ने जो इसको जल्दी ना लिखा इधरों अपने आप जुड़ गई ने, इधरों ओपन छड़ दित्तियां ने। हिंदुआ ने ओपन छड़ दित्तियां, साढ़े गुरु साहब ने जोड़ दिता है। समझने वाले फिलासफी है बड़ी। तीन लाइना कि ने ओम ओ आ मां ही है। ओ आ मां पूरा आयला समझ आ गई। हूँ की है कि उड़े दा ओ दा काम परमेश्वर, ओ किदा प्रतीक है परमेश्वर दा। आ किसका प्रतीक है? आ ए जगत संसार। मां मम मैं, मैं दा मतलब जीव। एक ट्रिनिटी है, जगत परमेश्वर ते जीव, ये त्रिएक है तिन्ना का। ठीक, एक होंद नहीं है, तिन्ना होंदा दी एकता है, तिन्ना होंदा दी ट्रिनिटी है, ये ट्रिनिटी है। हुण गुरु जी ने की करामात इहदे च कीती, इधरों हिंदुआ ने ओपन छड़ दी, ओपन छड़ दी ते तीन लाइना इंडिपेंडेंट रह गई। इंडिपेंडेंट रहने करके की होया? हिंदुआ ने व्याख्या कर दी, ये तीन हन ब्रह्मा विष्णु महेश, तीन देवते मिलके ओंकार होया। किसी ने कहता माया के तीन गुण हैं, नेचर दी तीन क्वालिटीज हैं। केड़ियां? एक तो बेटा होंगी है सतव सत, ट्रूथ लाइट। की चीज है? लाइट। ये जी नेचर है की एक लाइट है। दूजा तत्व केड़ा है? रजस रज, ते तीजा है तम। सत रज तम, तम का मीनिंग होता है बेटा अंधेरा, डार्कनेस। प्रकाश लाइट, डार्कनेस। तीजी चीज है रज, रज का मतलब होता है वो चीज जेड़ी एक्टिव करती है लाइट नू ते अंधेरे नू एक्टिव करती है, वो तीजी फोर्स है। ये नेचर जी इस तरह डिफाइन की हुई है। बाणी में भी माया के तीन गुण पढ़ोगे तो आ जाओगे। थोड़ी गल्ला औखियां ने पर कुछ ना कुछ अपने पल्ले पएगा। हिंदुआ ने तोड़ दिता, इन्हू कह दिता ये माया के तीन गुण हैं। ओंकार किथे रह गया? रब किथे रह गया? माया के तीन गुण हो गए ना। गुरु जी ने की किया? जोड़ दिता इन्हों तिना।
ਕਹਿੰਦਾ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਇਹ ਤਿੰਨ ਦੇਵਤੇ ਬ੍ਰਹਮਾ ਸ਼ਿਵਜੀ ਔਰ ਵਿਸ਼ਨੂੰ ਇਹ ਤਿੰਨ ਦੇਵਤੇ ਜਿਹੜੇ ਨੇ ਇਹ ਇੱਕੋ ਪਰਮਾਤਮਾ ਕੋਲ ਤਿੰਨੇ ਸ਼ਕਤੀਆਂ ਹਨ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇਹ ਸਾਰੀਆਂ ਸ਼ਕਤੀਆਂ ਉਹਦੇ ਕੋਲ ਨੇ, ਪੈਦਾ ਕਰਨ ਦੀ, ਪਾਲਣ ਦੀ ਅਤੇ ਮਾਰਨ ਦੀ ਸ਼ਕਤੀ ਇੱਕੋ ਕੋਲ ਹੈ। ਜੋੜ ਦਿੱਤਾ ਮਾਇਆ ਦੇ ਤਿੰਨ ਗੁਣਾਂ ਨੂੰ ਇਕੱਠੇ ਕਰ ਦਿੱਤਾ, ਫਿਰ ਰੇਖਾ ਉੱਪਰ ਚੁੱਕ ਦਿੱਤੀ, ਉੱਪਰ ਲੈ ਕੇ ਲਾਈ, ਇੱਥੇ ਨਹੀਂ ਮੁਕਾਈ, ਇੱਥੇ ਰਹਿੰਦੀ, ਫਿਰ ਮਾਇਆ ਵਿੱਚ ਜਕੜ ਲੈਂਦੇ ਅਸੀਂ ਰੱਬ ਨੂੰ। ਇੱਕ ਧਿਆਨ ਰੱਖਣਾ ਬੇਟਾ, ਰੱਬ ਨੂੰ ਬੰਦਾ ਛੋਟਾ ਕਰ ਦਿੰਦਾ ਹੈ, ਬੰਦਾ ਛੋਟਾ ਕਰ ਦਿੰਦਾ ਪਰਮੇਸ਼ੁਰ ਨੂੰ, ਕਹਿੰਦਾ ਮੈਂ ਬੜਾ ਵੱਡਾ ਮੇਰਾ ਪਰਮੇਸ਼ੁਰ ਹੈ, ਉਹਨੂੰ ਛੋਟਾ ਕਰ ਦਿੰਦਾ ਹੈ। ਗੁਰੂ ਜੀ ਨੇ ਇੱਕ ਗੱਲ ਬਾਣੀ 'ਚ ਆਸਾ ਦੀ ਵਾਰ 'ਚ ਨਾ ਰੋਜ਼ ਪੜ੍ਹਾਈ ਹੈ, ਸਤਿਗੁਰ ਵੱਡਾ ਤਰਸਾ ਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ। ਪੜ੍ਹਦੇ ਹੋ ਨਾ, ਸਤਿਗੁਰੂ ਦੀ ਸਿਫਤ ਇਸ ਤਰ੍ਹਾਂ ਕਰੋ, ਛੋਟਾ ਨਾ ਹੋ ਜਾਵੇ ਵੱਡਾ ਹੋਵੇ। ਅਸੀਂ ਛੋਟਾ ਕਰਨ 'ਤੇ ਲੱਗੇ ਹੋਏ ਹਾਂ, ਗੁਰੂ ਜੀ ਕੋਲ ਇਹ ਸ਼ਕਤੀ ਨਹੀਂ ਹੋ ਸਕਦੀ, ਗੁਰੂ ਜੀ ਕੋਲ ਇਹ ਵੀ ਨਹੀਂ ਹੋ ਸਕਦਾ, ਗੁਰੂ ਜੀ ਕੋਲ ਉਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਹੈ ਇੱਕ ਧਾਰਮਿਕ ਪੁਸਤਕ ਹੈ, ਇਹਦੇ 'ਚ ਅਸੂਲ ਲਿਖੇ ਨੇ ਸਿੱਖੀ ਦੇ। ਇਹੋ ਜਿਹੀਆਂ ਗੱਲਾਂ ਕਰਕੇ ਛੋਟਾ ਕਰ ਦਿੰਦੇ ਹਾਂ, ਛੋਟਾ ਛੋਟਾ ਕਰ ਦਿੰਦਾ ਹੈ, ਅਸੀਂ ਛੋਟਾ ਕਰ ਦਿੰਦੇ ਹਾਂ। ਮਹਾਰਾਜ ਨੇ ਕੀ ਕੀਤਾ, ਰੇਖਾ ਉੱਪਰ ਉਠਾ ਦਿੱਤੀ, ਮਾਇਆ 'ਚ ਬੰਨਿਆ ਹੋਇਆ ਨਹੀਂ ਰੱਬ, ਰੱਬ ਮਾਇਆ ਤੋਂ ਉੱਤੇ ਹੈ, ਰੱਬ ਬ੍ਰਹਮਾ ਵਿਸ਼ਨੂੰ ਮਹੇਸ਼ ਤੋਂ ਉੱਪਰ ਹੈ, ਤਿੰਨਾਂ ਦੇਵਤਿਆਂ ਤੋਂ ਉੱਪਰ ਹੈ। ਫਿਰ ਤੁਸੀਂ ਦੇਖੋ ਕਮਾਲ ਇਹ ਕੀਤਾ, ਇਹ ਰੇਖਾ ਸਿੱਧੀ ਨਹੀਂ ਲੈ ਕੇ ਗਿਆ, ਇਹਨੂੰ ਥੱਲੇ ਕਰ ਦਿੱਤਾ ਹੈ, ਥੱਲੇ ਕਰ ਦਿੱਤਾ ਹੈ। ਧਿਆਨ ਨਾਲ ਸੋਚਣਾ, ਥੱਲੇ ਕਿਉਂ ਕਰਦਾ ਹੈ? ਡਿਜ਼ਾਇਨ ਥੋੜ੍ਹਾ ਬਣਾਇਆ ਹੈ ਕਿ ਕਿਸੇ ਕਲਾਕਾਰ ਕੋਲ ਚਲੇ ਗਿਆ ਕਿ ਤੂੰ ਬਾਈ ਸਾਡਾ ਸਿੰਬਲਸ ਬਣਾ ਦੇ, ਜਿਵੇਂ ਅਸੀਂ ਕਿਸੇ ਆਰਗੇਨਾਈਜੇਸ਼ਨ ਦਾ ਬਣਾ ਲੈਂਦੇ ਹਾਂ ਇਨਸਿਗਨੀਆ, ਇਸ ਤਰ੍ਹਾਂ ਨਹੀਂ ਕਿਹਾ ਕਿ ਹਾਂਜੀ ਕਿਸੇ ਕੋਲ ਲੈ ਗਿਆ ਕਿ ਲੈ ਵਧੀਆ ਜਿਹਾ ਇਨਸਿਗਨੀਆ ਬਣਾ ਦੇ, ਨਹੀਂ, ਇਹ ਫਿਲਾਸਫੀ ਹੈ, ਇਹ ਫਿਲਾਸਫੀ ਹੈ। ਜੇ ਰੇਖਾ ਉੱਪਰ ਹੀ ਚਲੀ ਜਾਂਦੀ ਤਾਂ ਕੀ ਹੋ ਜਾਂਦਾ? ਰੱਬ ਇਸ ਸੰਸਾਰ ਤੋਂ ਦੂਰ ਹੋ ਜਾਂਦਾ, ਵਰਲਡ ਤੋਂ ਦੂਰ ਹੋ ਜਾਂਦਾ, ਉੱਪਰ ਚਲਾ ਜਾਂਦਾ, ਉੱਪਰ ਉਠਾਇਆ ਇਸ ਨੂੰ ਕਿ ਉੱਤੇ ਰਹਿੰਦਾ, ਪਰ ਇਹਦੇ ਨਾਲ ਟੁੱਟਿਆ ਹੋਇਆ ਨਹੀਂ, ਥੱਲੇ ਝੁਕਾ ਕਰ ਦਿੱਤਾ, ਇਹਦੇ ਤੋਂ ਬਾਹਰ ਨਹੀਂ ਹੈ, ਇਹਦੇ ਵਿੱਚ ਵੀ ਹੈ, ਇਹਦੇ ਤੋਂ ਉੱਪਰ ਵੀ ਹੈ। ਕਿੱਥੇ ਹੈ? ਇਹਦੇ 'ਤੇ ਵਿੱਚ ਵੀ ਹੈ, ਇਹਦੇ ਤੋਂ ਉੱਪਰ ਵੀ ਹੈ। ਪਰਮਾਤਮਾ ਇੱਥੇ ਵੀ ਹੈ, ਮੇਰੇ ਤੁਹਾਡੇ ਸਭ ਵਿੱਚ, ਇਸ ਤੋਂ ਉੱਪਰ ਵੀ ਹੈ। ਜਿਵੇਂ ਮੇਰੇ ਵਿੱਚ ਪਰਮਾਤਮਾ ਹੈ, ਸਰਦਾਰ ਗੁਰਤੇਜ ਸਿੰਘ ਤੁਹਾਡੇ ਸਾਰਿਆਂ 'ਚ ਹੈ, ਇਹ ਲੱਕੜੀ 'ਚ ਵੀ ਹੈ, ਸਭ ਵਿੱਚ ਪਰਮਾਤਮਾ ਹੈ। ਪਰ ਜਿਹੋ ਜਿਹੇ ਮੇਰੇ ਕਰਮ ਮਲੀਨ ਨੇ ਉਹ ਇਹਨਾਂ ਤੋਂ ਮੁਕਤ ਰਹਿੰਦਾ ਹੈ, ਮੇਰੇ ਵਿੱਚ ਰਹਿ ਕੇ ਇਹਨਾਂ ਤੋਂ ਉੱਪਰ ਰਹਿੰਦਾ ਹੈ, ਉਹ ਮੇਰੇ ਉੱਪਰ ਰਹਿੰਦਾ ਹੈ। ਉੱਪਰ ਚੁੱਕ ਕੇ ਨੀਚੇ ਆਉਂਦਾ, ਫਿਰ ਉੱਪਰ ਚੁੱਕਿਆ, ਇਹ ਵਾਰ ਵਾਰ ਥੱਲੇ ਲਿਆਉਣਾ, ਉੱਪਰ ਕਰਨਾ, ਇਹਦਾ ਮਤਲਬ ਇਹ ਫਲਸਫਾ ਹੈ ਕਿ ਪਰਮਾਤਮਾ ਜਗਤ ਵਿੱਚ ਰਹਿੰਦਿਆਂ ਹੋਇਆਂ ਜਗਤ ਤੋਂ ਉੱਚਾ ਹੈ। ਤੋ ਓਂਕਾਰ ਦੀ ਫਿਲਾਸਫੀ ਜਿਹੜੀ ਹਿੰਦੂ ਫਿਲਾਸਫੀ ਸੀ ਬਦਲ ਦਿੱਤੀ, ਫਿਰ ਉਪਕਾਰ ਕੀਤਾ ਕਿ ਇਸ ਤੋਂ ਉੱਤੇ ਅੱਗੇ ਏਕਾ ਲਗਾ ਦਿੱਤਾ। ਓਂਕਾਰ ਦਸਮ ਗ੍ਰੰਥ ਵਿੱਚ ਪ੍ਰਥਮ ਕਾਲ ਜਬ ਕੀਆ ਪਸਾਰਾ, ਓਮ ਓਂਕਾਰ ਤੇ ਕੀਆ ਪਸਾਰਾ, ਜਦੋਂ ਕਾਲ ਪ੍ਰਗਟ ਕੀਤਾ ਫਿਰ ਕਾਲ ਤੋਂ ਬਾਅਦ ਕੀ ਬਣਿਆ? ਓਂਕਾਰ ਬਣਿਆ, ਅਤੇ ਓਂਕਾਰ ਤੋਂ ਬਾਅਦ ਸਾਰੀ ਰਚਨਾ। ਜਿਨ੍ਹਾਂ ਚੀਜ਼ਾਂ ਨੂੰ ਤੁਹਾਨੂੰ ਕਿਹਾ ਜਾਂਦਾ ਹੈ ਇਹ ਪੜ੍ਹੋਗੇ ਬਕਵਾਸ ਹੈ, ਉਹ ਐਡੀ ਵੱਡੀ ਫਿਲਾਸਫੀ ਹੈ ਜਿਹਦਾ ਕੋਈ ਅੰਤ ਹੀ ਨਹੀਂ। ਕਹਿ ਦਿੱਤਾ ਓਂਕਾਰ ਬਣਾਇਆ ਹੋਇਆ ਰੱਬ ਹੈ, ਕ੍ਰੀਏਟਿਡ ਗੋਡ ਹੈ, ਅਨਕ੍ਰੀਏਟਿਡ ਗੋਡ ਨਹੀਂ ਹੈ। ਅਨਕ੍ਰੀਏਟਿਡ ਗੋਡ ਕਿਹੜਾ ਹੈ? ਏਕਾ। ਜਿਹੜਾ ਓਂਕਾਰ ਹੈ ਇਹ ਤਾਂ ਬੰਦੇ ਨੇ ਸਰੂਪ ਦਿੱਤਾ ਨਾ ਕਿ ਰੱਬ ਹੈ, ਜਗਤ ਹੈ ਅਤੇ ਜੀਵ ਹੈ, ਇਹਨਾਂ ਤਿੰਨਾਂ ਦਾ ਤ੍ਰਿਏ। ਜਦੋਂ ਉਹਦੇ 'ਚ ਜੀਵ ਸ਼ਾਮਿਲ ਹੋ ਗਿਆ, ਜਦੋਂ ਉਹਦੇ 'ਚ ਸੰਸਾਰ ਵਰਲਡ ਸ਼ਾਮਿਲ ਕਰ ਦਿੱਤਾ ਤਾਂ ਉਹ ਗੋਡ ਕ੍ਰੀਏਟਿਡ ਗੋਡ ਹੋ ਗਿਆ, ਅਨਕ੍ਰੀਏਟਿਡ ਗੋਡ ਨਹੀਂ ਹੈ। ਸਾਡੇ ਹਿੰਦੂ ਭਰਾਵਾਂ ਦੇ ਕੋਲ, ਸਾਡੇ ਵੀਰਾਂ ਦੇ ਕੋਲ ਕ੍ਰੀਏਟਿਡ ਗੋਡ ਹੈ ਜਿਹੜਾ ਉਹਨਾਂ ਦੇ ਮਨ 'ਚੋਂ ਨਿਕਲਿਆ।
ਸਾਡੇ ਕੋਲ ਏਕਾ ਜਿਹੜਾ ਹੈ ਅਨਕ੍ਰੀਏਟਿਡ ਗੋਡ ਹੈ, ਇਹਨੂੰ ਖੰਡਿਤ ਨਹੀਂ ਕੀਤਾ, ਇਹਦੇ ਟੁਕੜੇ ਨਹੀਂ ਕਰ ਸਕਦੇ। ਓਂਕਾਰ ਦੇ ਟੁਕੜੇ ਹੋ ਜਾਣਗੇ, ਏਕੇ ਦੇ ਟੁਕੜੇ ਨਹੀਂ ਹੋ ਸਕਦੇ। ਗੁਰੂ ਗ੍ਰੰਥ ਸਾਹਿਬ ਦੀ ਇਹ ਯੂਨੀਕਨੈਸ ਹੈ। ਹਿੰਦੂ ਧਰਮ ਦੇ ਕੋਲ ਚਾਰ ਵੇਦ ਹਨ ਬੇਟਾ, ਕਿੰਨੇ ਵੇਦ ਨੇ ਲਿਖਣਾ ਲਿਖ ਲਵੋ, ਰਿਗਵੇਦ, ਯਜੁਰਵੇਦ, ਸਾਮਵੇਦ, ਆਹ ਕਾਪੀ ਲੈ ਲਓ ਬੇਟਾ। ਰਿਗ ਯਜੁਰ, ਯਜੁਰ ਯਜੁਰ ਦਾ ਮੰਤਰ ਹੁੰਦਾ ਹੈ ਯਗ, ਅਤੇ ਤੀਜਾ ਵੇਦ ਹੈ ਸਾਮ, ਸਾਮ ਦਾ ਅਰਥ ਹੁੰਦਾ ਹੈ ਗਾਇਨ, ਗਾਣਾ, ਸਿੰਗਿੰਗ। ਲਾਸਟ ਕੀ ਹੈ ਅਥਰਵ ਵੇਦ। ਰਿਗਵੇਦ ਦੇ ਕੁਝ ਮੰਤਰ ਜਿਹੜੇ ਨੇ, ਜਿਹੜੇ ਯੱਗ ਵਾਲੇ ਸਨ ਉਹ ਯਜੁਰ ਚ ਆ ਗਏ, ਜਿਹੜੇ ਗਾਣ ਵਾਲੇ ਸਨ ਉਹ ਸਾਮ ਚ ਆ ਗਏ, ਕੋਈ ਮੰਤਰ ਨਹੀਂ। ਜਿਹੜਾ ਅਥਰਵ ਵੇਦ ਚੌਥਾ ਵੇਦ ਹੈ, ਇਹਦੇ ਚ ਕਾਲਾ ਜਾਦੂ ਹੈ, ਇਹਦੇ ਚ ਕਿਸੇ ਨੂੰ ਮਾਰਨ ਦੇ ਮੰਤਰ ਲਿਖੇ ਹੋਏ ਨੇ, ਕੋਈ ਕਿਹੜਾ ਜ਼ਹਿਰ ਦਿੱਤਾ ਜਾਏ ਮਰ ਜਾਵੇ, ਮੰਤਰ ਲਿਖੇ ਹੋਏ ਨੇ। ਇਹਦੇ ਨਾਲ ਨੁਕਸਾਨ ਕਿਸੇ ਦਾ ਕਿਵੇਂ ਕਰਨਾ ਹੈ, ਕਿਸੇ ਦਾ ਫਾਇਦਾ ਕਿਵੇਂ ਹੋਵੇ, ਕਿਸੇ ਦਾ ਨੁਕਸਾਨ ਕਿਵੇਂ ਹੋਵੇ, ਇਹ ਚੀਜ਼ਾਂ ਲਿਖੀਆਂ। ਰਿਗਵੇਦ ਵਿੱਚ ਦੇਵਤਿਆਂ ਦੀ ਉਸਤਤ ਹੈ, ਰੱਬ ਦੀ ਨਹੀਂ। ਅਗਨੀ ਦੇਵਤਾ ਹੈ, ਸੂਰਜ ਦੇਵਤਾ ਹੈ, ਵਰੁਣ ਹੈ, ਊਸ਼ਾ ਹੈ, ਮਿੱਤਰ ਹੈ, ਬਹੁਤ ਸਾਰੇ ਦੇਵਤੇ ਨੇ ਜਿਨ੍ਹਾਂ ਦੀ ਪ੍ਰੇਜ਼ ਵਿੱਚ ਮੰਤਰ ਲਿਖੇ ਹੋਏ ਨੇ। ਸਭ ਤੋਂ ਵੱਧ ਮੰਤਰ ਇੰਦਰ ਦੀ ਉਸਤਤ ਵਿੱਚ ਲਿਖੇ ਨੇ। ਕਿਹੜਾ ਦੇਵਤਾ ਹੈ? ਇੰਦਰ। ਵਿਸ਼ਨੂੰ ਮਗਰੋਂ ਆਇਆ ਬੇਟਾ, ਸ਼ਿਵਜੀ ਉਸ ਤੋਂ ਬਾਅਦ ਆਇਆ। ਸਭ ਤੋਂ ਪਹਿਲਾਂ ਵੱਡਾ ਦੇਵਤਾ ਕਿਹੜਾ ਸੀ? ਇੰਦਰ। ਉਹ ਇੰਦਰ ਜਿਹਦੇ ਬਾਰੇ ਰਿਗਵੇਦ ਵਿੱਚ ਲਿਖਿਆ ਹੈ ਕਿ ਰਾਜਨੀਤਿਕ ਕਾਰਨਾਂ ਕਰਕੇ ਮਾਂ ਦੇ ਪੇਟ ਵਿੱਚ ਬੱਚੇ ਨੂੰ ਮਾਰਨਾ ਕੋਈ ਪਾਪ ਨਹੀਂ। ਉਹ ਇੰਦਰ ਜਿਸਨੇ ਰਿਸ਼ੀਆਂ ਦੀਆਂ ਔਰਤਾਂ ਦੀ ਇੱਜ਼ਤ ਲੁੱਟੀ, ਉਹ ਰਿਗਵੇਦ ਦਾ ਸਭ ਤੋਂ ਵੱਡਾ ਦੇਵਤਾ ਹੈ। ਠੀਕ। ਫਿਰ ਰੱਬ ਦੇਖੋ ਉੱਥੇ ਕਿਹੜਾ ਹੈ, ਪਰਮਾਤਮਾ ਜਿਹੜਾ ਪੁਰਸ਼ ਦੱਸਿਆ ਹੈ, ਉਹਦੇ ਸਿਰ 'ਚੋਂ ਬ੍ਰਾਹਮਣ ਪੈਦਾ ਹੁੰਦਾ, ਉਹਦੀਆਂ ਬਾਹਾਂ ਵਿੱਚੋਂ ਕਸ਼ਤਰੀ ਪੈਦਾ ਹੁੰਦਾ, ਉਹਦੇ ਪੇਟ ਵਿੱਚੋਂ ਵੈਸ਼ ਪੈਦਾ ਹੁੰਦਾ, ਅਤੇ ਉਹਦੀਆਂ ਜੰਘਾਂ ਜਾਂ ਲੱਤਾਂ ਦੇ ਵਿੱਚੋਂ ਸ਼ੂਦਰ ਪੈਦਾ ਹੁੰਦਾ। ਉਹ ਧਰਮ ਗ੍ਰੰਥ ਜਿਸਨੇ ਸੁਸਾਇਟੀ ਵੰਡ ਦਿੱਤੀ, ਸੁਸਾਇਟੀ ਤੋੜ ਦਿੱਤੀ, ਸਾਰੀ ਭੇਦ ਭਾਵ ਖੜਾ ਕਰ ਦਿੱਤਾ, ਸ਼ੂਦਰ ਬਣਾ ਦਿੱਤੇ, ਬ੍ਰਾਹਮਣ ਬਣਾ ਕੇ ਜਾਤਾਂ ਵਿੱਚ ਸਮਾਜ ਨੂੰ ਵੰਡ ਦਿੱਤਾ। ਉਹਦੇ ਮੁਕਾਬਲੇ 'ਤੇ ਜਦੋਂ ਗੁਰੂ ਗ੍ਰੰਥ ਸਾਹਿਬ ਕਹੋਗੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕਹੋ ਸਾਂਝਾ। ਔਰ ਜਿਹੜਾ ਵੇਦ ਸੀ, ਵੇਦ ਵਾਲੇ ਲੋਕ ਕੀ ਕਹਿੰਦੇ ਸੀ, ਜੇ ਸ਼ੂਦਰ ਵੇਦ ਮੰਤਰ ਪੜ੍ਹ ਦੇਵੇ ਜ਼ੁਬਾਨ ਕੱਟ ਦਿਓ, ਜੇ ਵੇਦ ਮੰਤਰ ਸੁਣ ਲਵੇ ਤਾਂ ਸਿੱਕਾ ਢਾਲ ਕੇ, ਮੈਟਲ ਢਾਲ ਕੇ ਉਸਦੇ ਕੰਨਾਂ ਵਿੱਚ ਪਾ ਦਿਓ ਤਾਂ ਕਿ ਕੰਨ ਬੰਦ ਹੋ ਜਾਣ, ਦੁਬਾਰਾ ਨਹੀਂ ਕਦੇ ਸੁਣੇ ਵੇਦ ਮੰਤਰ। ਸਾਡੀ ਬਾਣੀ ਤਾਂ ਇਹੋ ਜਿਹੀ ਨਹੀਂ ਹੈ ਨਾ, ਕਿਸੇ ਬਾਣੀ ਉੱਚੀ ਹੈ। ਪਹਿਲੀ ਗੱਲ ਕਿ ਬਾਣੀ ਰੱਬ ਦੀ ਉਸਤਤ ਵਿੱਚ ਹੈ, ਕਿਸੇ ਦੇਵੀ ਦੇਵਤਾ ਔਰ ਘਟੀਆ ਕਿਸਮ ਦੇ ਦੇਵੀ ਦੇਵਤਾ ਜਿਹੜੇ ਨੇ ਉਹਨਾਂ ਦੀ ਪ੍ਰਸ਼ੰਸਾ ਵਿੱਚ ਨਹੀਂ ਹੈ। ਇੰਦਰ ਜਿਸ ਜਿਹੜਾ ਅਯਾਸ਼ ਹੈ, ਜਿਸ 'ਤੇ ਇੰਦਰ ਲੋਕ ਦੇ ਵਿੱਚ ਪਰੀਆਂ ਰਹਿੰਦੀਆਂ ਨੇ ਉਹਨੂੰ ਖੁਸ਼ ਕਰਨ ਵਾਸਤੇ, ਜਿਹੜਾ ਕਰੈਕਟਰਲੈਸ ਹੈ, ਰਿਸ਼ੀਆਂ ਦੀਆਂ ਔਰਤਾਂ ਦੀ ਇੱਜ਼ਤ ਲੁੱਟ ਸਕਦਾ, ਰੇਪਿਸਟ ਹੈ, ਉਹ ਰਿਗਵੇਦ ਦਾ ਸਭ ਤੋਂ ਵੱਡਾ ਦੇਵਤਾ ਹੈ। ਇਹ ਤੇ ਵੇਦ ਮੰਤਰ ਜਿਹੜੇ ਨੇ ਇਹਨਾਂ ਦਾ ਪਤਾ ਨਹੀਂ ਕਿਸ ਨੇ ਲਿਖੇ ਨੇ, ਕਿਸ ਟਾਈਮ ਵਿੱਚ ਲਿਖੇ ਨੇ, ਇਹ ਨਿਸ਼ਚੈ ਨਹੀਂ ਕੀਤਾ ਜਾ ਸਕਦਾ। ਜਿਹੜਾ ਯਜੁਰ ਹੈ ਨਾ, ਦੂਜਾ ਵੇਦ, ਇੱਕ ਕਾਲਾ ਯਜੁਰ ਹੈ, ਇੱਕ ਚਿੱਟਾ ਯਜੁਰ ਹੈ, ਇੱਕ ਬਲੈਕ ਯਜੁਰ ਹੈ। ਬਲੈਕ ਯਜੁਰ ਦਾ ਕੀ ਸਿੱਧਾ ਹੀ ਮਤਲਬ, ਮਿਲਾਵਟ ਵਾਲਾ ਯਜੁਰ। ਅਤੇ ਅਥਰਵ ਜਿਹੜਾ ਹੈ ਉਸਨੂੰ ਬ੍ਰਾਹਮਣ ਹੀ ਨਹੀਂ ਸਨ ਮੰਨਦੇ, ਉਹ ਹੀ ਕਹਿੰਦੇ ਸਨ ਇਹਦੇ 'ਚ ਘਟੀਆ ਗਿਆਨ ਹੈ ਅਥਰਵ ਵੇਦ ਦੇ ਵਿੱਚ। ਜਦੋਂ ਬੇਟਾ ਬੁੱਧਾਂ ਦੇ ਜਿਹੜੇ ਪਰਮਾਤਮਾ ਦੀ ਹੋਂਦ ਵਿੱਚ ਨਹੀਂ ਮੰਨ ਵਿਸ਼ਵਾਸ ਕਰਦੇ, ਉਹ ਬੁੱਧਿਜ਼ਮ ਅਤੇ ਜੈਨਿਜ਼ਮ ਹੈ। ਇਹ ਗੋਡ ਦੀ ਐਗਜਿਸਟੈਂਸ ਵਿੱਚ ਇਹਨਾਂ ਦਾ ਕੋਈ ਫੇਥ ਨਹੀਂ ਹੈ, ਵਿਸ਼ਵਾਸ ਨਹੀਂ ਹੈ। ਇਸ ਕਰਕੇ ਉਹਨਾਂ ਕੋਲ ਰੱਬ ਦੀ ਬਾਣੀ ਨਹੀਂ ਹੋ ਸਕਦੀ। ਮਹਾਤਮਾ ਬੁੱਧ ਜੀ ਕਹਿੰਦੇ ਸੀ ਇਹ ਜਿਹੜੇ ਮੇਰੇ ਬਚਨ ਨੇ ਇਹ ਸਧਾਰਨ ਗਿਆਨ ਹੈ, ਜਨਰਲ ਨੌਲੇਜ ਹੈ, ਐਕਸਪੀ
ਐਕਸਪੀਰੀਅੰਸ ਵਾਲਾ ਗਿਆਨ ਨਹੀਂ ਹੈ, ਮਹਾਤਮਾ ਬੁੱਧ ਆਪ ਕਹਿੰਦੇ ਸੀ। ਐਕਸਪੀਰੀਅੰਸ ਵਾਲਾ ਜਿਹੜਾ ਹੈ ਉਹ ਤੁਹਾਨੂੰ ਆਪਣਾ ਐਕਸਪੀਰੀਅੰਸ ਆਪ ਹੀ ਕਰਨਾ ਪਵੇਗਾ। ਮੇਰੇ ਜਿਹੜੇ ਬਚਨ ਨੇ ਜਾਂ ਮੇਰੀ ਜਿਹੜੀ ਬਾਣੀ ਹੈ ਇਹ ਉਸ ਲੈਵਲ ਦੀ ਨਹੀਂ, ਉਹ ਆਪ ਹੀ ਕਹਿੰਦੇ ਸੀ, ਕਿਉਂਕਿ ਗੋਡ ਨਹੀਂ ਹੈ ਤੇ ਗੋਡ ਦੀ ਬਾਣੀ ਕਿੱਥੋਂ ਹੋ ਸਕਦੀ ਹੈ, ਹੈ ਨਾ। ਜਦੋਂ ਬਾਈਬਲ ਦੀ ਗੱਲ ਕਰਾਂਗੇ, ਬਾਈਬਲ ਦੀਆਂ ਪਹਿਲੀਆਂ ਪੋਥੀਆਂ ਜਿਹੜੀਆਂ ਨੇ ਓਲਡ ਟੈਸਟਾਮੈਂਟ ਹੈ। ਓਲਡ ਟੈਸਟਾਮੈਂਟ ਵਿੱਚ ਕਥਾ ਕਹਾਣੀਆਂ ਹਨ, ਕਥਾ ਕਹਾਣੀਆਂ ਵੀ ਹਨ, ਗਿਆਨ ਵੀ ਹੈ। ਅੱਛੀਆਂ ਗੱਲਾਂ ਤਾਂ ਸਾਰੇ ਧਰਮਾਂ 'ਚ ਹਨ। ਚੋਰੀ ਕਰਨ ਨੂੰ ਕੋਈ ਧਰਮ ਚੰਗਾ ਨਹੀਂ ਕਹੇਗਾ, ਹੋਰ ਮਾੜੇ ਕੰਮਾਂ ਨੂੰ ਕੋਈ ਅੱਛਾ ਨਹੀਂ ਕਹਿੰਦਾ, ਸਾਰੇ ਧਰਮਾਂ ਨੇ ਅੱਛੀ ਗੱਲ ਹੀ ਕਹੀ ਹੈ। ਪਰ ਸਾਡੇ ਕੋਲ ਕੀ ਤੱਤ ਗਿਆਨ ਹੈ? ਸਿਰਫ ਆਤਮਾ ਦਾ ਗਿਆਨ ਹੈ, ਕਹਾਣੀਆਂ ਨਹੀਂ ਹਨ, ਕਥਾ ਕਹਾਣੀਆਂ ਨਹੀਂ ਹਨ। ਉਹਦੇ 'ਚ ਅਬਰਾਹਮ ਸ੍ਰਿਸ਼ਟੀ ਕਿਵੇਂ ਪੈਦਾ ਹੋਈ, ਇੱਥੇ ਪਾਪ ਕਿਵੇਂ ਵਧਿਆ, ਫਿਰ ਇੱਥੇ ਜਿਹੜੇ ਨੇ ਹਜ਼ਰਤ ਨੂਹ ਕਿਵੇਂ ਆਏ, ਫਿਰ ਉਹਨਾਂ ਦੀਆਂ ਕਥਾ ਕਹਾਣੀਆਂ ਹਨ, ਵਿਆਹ ਸ਼ਾਦੀਆਂ ਕਿਵੇਂ ਪੈਗੰਬਰ ਕਰਦੇ ਰਹੇ ਨੇ, ਉਹ ਸਾਰੇ ਵਿਧੀ ਵਿਧਾਨ ਹਨ। ਫਿਰ ਮੌਜਿਜ਼ ਆਇਆ, ਮੇਨਲੀ ਜਿਹੜਾ ਹੈ ਉਹ ਮੌਜਿਜ਼ ਅਬਰਾਹਮ ਦਾ ਆਉਣਾ, ਅਬਰਾਹਮ ਤੋਂ ਬਾਅਦ ਮੌਜਿਜ਼ ਦਾ ਆਉਣਾ, ਫਿਰ ਯਹੂਦੀਆਂ ਦਾ ਮਿਸਰ ਵਿੱਚ ਪਹਿਲਾਂ ਜਲਾਵਤਨ ਹੋਣਾ, ਫਿਰ ਮਿਸਰ ਤੋਂ ਨਿਕਲ ਕੇ ਵਾਪਸ ਫਲਸਤੀਨ 'ਚ ਆਉਣਾ, ਇਹ ਕਥਾ ਕਹਾਣੀਆਂ ਹਨ। ਪਰ ਮੈਂ ਆਪਣੀ ਦ੍ਰਿਸ਼ਟੀ ਵਿੱਚ ਇਹ ਕਹਾਂਗਾ ਕਿ ਓਲਡ ਟੈਸਟਾਮੈਂਟ ਦੀਆਂ ਪੁਸਤਕਾਂ, ਉਹਦੀਆਂ ਬੁੱਕਸ ਜਿਹੜੀਆਂ ਨੇ ਉਹ ਕਾਫੀ ਰਿਚ ਹਨ ਨਿਊ ਟੈਸਟਾਮੈਂਟ ਨਾਲੋਂ। ਨਿਊ ਟੈਸਟਾਮੈਂਟ ਕ੍ਰਿਸਚਨ ਬੁੱਕਸ ਹਨ, ਕ੍ਰਿਸਚਨ ਬੁੱਕਸ ਨੇ ਭਾਰ ਚੁੱਕਿਆ ਹੋਇਆ ਓਲਡ ਟੈਸਟਾਮੈਂਟ ਦਾ ਭਾਰ ਚੁੱਕਿਆ ਹੋਇਆ। ਦੇਖੋ ਨਾ, ਮੁਸਲਮਾਨ ਆਏ, ਉਹਨਾਂ ਨੇ ਬਾਈਬਲ ਨੂੰ ਨਹੀਂ ਮੰਨਿਆ, ਉਹਨਾਂ ਤੋਂ ਪਹਿਲਾਂ ਲੋਕ ਜਿਊ ਹਨ, ਕ੍ਰਿਸਚਨ ਹਨ, ਉਸ ਏਰੀਏ 'ਚ ਬਾਈਬਲ ਛੱਡਤੀ, ਉਹਨਾਂ ਨੇ ਆਪਣੀ ਧਰਮ ਪੁਸਤਕ ਕੁਰਾਨ ਜਿਹੜੀ ਹੈ ਉਹਦੇ 'ਤੇ ਫੇਥ ਕਰ ਲਿਆ। ਸਿੱਖੀਜ਼ਮ ਆਇਆ, ਵੇਦ ਛੱਡ ਦਿੱਤੇ, ਸਾਡਾ ਆਪਣਾ ਧਰਮ ਗ੍ਰੰਥ ਹੈ। ਫਿਰ ਤੁਸੀਂ ਦੇਖੋਗੇ ਕਿ ਬੁੱਧ ਜੀ ਆਏ, ਉਹਨਾਂ ਨੇ ਵੇਦ ਛੱਡ ਦਿੱਤੇ, ਹਾਲਾਂਕਿ ਉਹ ਰੱਬ ਦੀ ਬਾਣੀ 'ਚ ਵਿਸ਼ਵਾਸ ਹੀ ਨਹੀਂ ਕਰਦੇ, ਪਰੰਤੂ ਉਹਨਾਂ ਦੇ ਜਿਹੜੇ ਤ੍ਰਿਪਿਟਕ ਗ੍ਰੰਥ ਨੇ, ਧੰਮਪਦ ਵਗੈਰਾ ਗ੍ਰੰਥ ਨੇ, ਉਹਨਾਂ 'ਤੇ ਵਿਸ਼ਵਾਸ ਕਰਦੇ ਨੇ। ਇੱਕੋ ਹੀ ਕ੍ਰਿਸਚਨ ਰਿਲੀਜਨ ਐਸਾ ਹੈ ਜਿਸ ਨੇ ਆਪਣੇ ਤੋਂ ਪਹਿਲਾਂ ਜਿਹੜੀਆਂ ਧਰਮ ਦੀਆਂ ਪੋਥੀਆਂ ਨੇ ਜਿਸ ਵਿੱਚ ਉਹਦਾ ਵਿਸ਼ਵਾਸ ਨਹੀਂ ਹੈ ਉਹਨੂੰ ਵੀ ਨਾਲ ਰੱਖਿਆ ਹੋਇਆ ਹੈ। ਨਾਲ ਕਿਉਂ ਰੱਖਿਆ? ਕਿਉਂਕਿ ਉਹ ਰਿਚ ਬੁੱਕਸ ਹਨ, ਇਹਨਾਂ ਕੋਲ ਉਹਨਾਂ ਦੇ ਮੁਕਾਬਲੇ 'ਤੇ ਕੋਈ ਕਿਤਾਬ ਹੀ ਕੋਈ ਨਹੀਂ ਹੈ। 4 ਗੋਸਪਲਸ ਹਨ, ਮੈਥਿਊ ਦੀ ਹੈ, ਮਾਰਕਸ ਹੈ, ਲਿਊਕਾ ਹੈ ਔਰ ਸੇਂਟ ਜੌਨ, ਇਹ ਚਾਰ ਹਨ। ਚਾਰਾਂ ਵਿੱਚ ਕੀ ਹੈ? ਕ੍ਰਾਈਸਟ ਕਿਵੇਂ ਜਨਮ ਲਿਆ, ਕੁਆਰੀ ਦੇ ਪੇਟ ਤੋਂ ਕਿਸ ਤਰੀਕੇ ਨਾਲ ਵੱਡਾ ਹੋਇਆ, ਕਿਸ ਤਰੀਕੇ ਨਾਲ ਉਹਨੇ ਪ੍ਰਚਾਰ ਕੀਤਾ, ਕਿਸ ਤਰ੍ਹਾਂ ਉਹਨੇ 12 ਚੇਲੇ ਬਣਾਏ, ਕਿਵੇਂ ਉਹ ਲੋਕਾਂ ਦੇ ਭੂਤ ਕੱਢਦਾ ਸੀ, ਕਿਵੇਂ ਲੋਕਾਂ ਨੂੰ ਠੀਕ ਕਰਦਾ ਸੀ, ਇਹ ਚੀਜ਼ਾਂ ਜਿਹੜੀਆਂ ਨੇ ਉਹਦੀ ਲਾਈਫ ਨਾਲ ਸੰਬੰਧਿਤ, ਜਿਸ ਤਰ੍ਹਾਂ ਸਾਡੀਆਂ ਜਨਮ ਸਾਖੀਆਂ ਨੇ, ਸਾਡੀਆਂ ਜਨਮ ਸਾਖੀਆਂ ਔਰ ਕ੍ਰਿਸਚਨ ਬੁੱਕਸ, ਉਹਨਾਂ ਦਾ ਲੈਵਲ ਅਗਰ ਵੇਖਾਂਗੇ ਤਾਂ ਮੈਨੂੰ ਲੱਗਦਾ ਜਨਮ ਸਾਖੀਆਂ ਦਾ ਲੈਵਲ ਵੱਡਾ ਹੋ ਜਾਏਗਾ, ਸਾਡੇ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਨਾਲ ਤਾਂ ਕੰਪੇਅਰ ਹੀ ਨਹੀਂ ਕਰ ਸਕਦੇ। ਉਹਦੇ ਵਿੱਚ ਇਹ ਹੀ ਹੈ, ਹਾਂ ਚੰਗੀਆਂ ਗੱਲਾਂ ਹਨ, ਇਹ ਵੀ ਹੈ ਕਿ ਈਸਾਈਆਂ ਦਾ ਵਿਧਾਨ ਇਹ ਹੋਏਗਾ, ਤੁਸੀਂ ਇਹ ਵੀ ਕਿਹਾ ਕਿ ਜੇ ਤੁਸੀਂ ਮੇਰੇ ਵਾਂਗ ਰਹੋ ਤਾਂ ਚੰਗਾ ਹੈ, ਵਿਆਹ ਨਾ ਕਰਵਾਓ ਤਾਂ ਬਹੁਤ ਅੱਛਾ ਹੈ, ਕ੍ਰਾਈਸਟ ਕਹਿੰਦਾ ਹੈ, ਮੇਰੇ ਵਾਂਗ ਰਹੋ ਤਾਂ ਬਹੁਤ ਅੱਛਾ ਹੈ। ਸਾਡਾ ਇੱਕ ਮਿੱਤਰ ਅਮੈਰੀਕਾ 'ਚ ਇੱਥੇ ਰਹਿੰਦਾ ਹੁਣ, ਤਾਂ ਮੇਰਾ ਕਦੇ ਸੰਪਰਕ ਨਹੀਂ ਹੋਇਆ, ਸਰਦਾਰ ਨਰਿੰਦਰ ਸਿੰਘ ਉਹਨਾਂ ਦਾ ਨਾਮ ਹੁੰਦਾ ਸੀ, ਉਹ ਕਹਿੰਦੇ ਇੱਕ ਕ੍ਰਿਸਚਨ ਮਿਸ਼ਨਰੀ ਰੋਜ਼ ਮੇਰੇ ਕੋਲ ਆ ਜਾਣਾ, ਉਸਨੇ ਕਹਿਣਾ ਕ੍ਰਾਈਸਟ ਨੇ ਇਹ ਕੀਤਾ, ਕ੍ਰਾਈਸਟ ਨੇ ਉਹ ਕੀਤਾ, ਇਸ ਤਰ੍ਹਾਂ ਕੀਤਾ, ਉਹ ਕੀਤਾ। ਕਹਿੰਦਾ ਮੈਂ ਇੱਕ ਦਿਨ ਉਸਨੂੰ ਕਿਹਾ, ਬਾਈਬਲ ਵਿੱਚ ਲਿਖਿਆ ਹੋਇਆ ਵਾਲ ਰੱਖਣੇ ਮੇਲ ਵਾਸਤੇ, ਪੁਰਸ਼ ਵਾਸਤੇ ਸ਼ਰਮ ਦੀ ਗੱਲ ਹੈ, ਔਰਤ ਵਾਸਤੇ ਸ਼ਿੰਗਾਰ ਦੀ ਬਾਤ ਹੈ, ਉਹ ਕਹਿੰਦੇ ਲਿਖਿਆ ਹੋਇਆ। ਫਿਰ ਕਹਿੰਦਾ ਜੇ ਬੰਦੇ ਵਾਸਤੇ ਵਾਲ ਰੱਖਣੇ ਸ਼ਰਮ ਦੀ ਗੱਲ ਹੈ ਤਾਂ ਕ੍ਰਾਈਸਟ ਨੂੰ ਤੁਸੀਂ ਵਾਲਾਂ ਵਾਲਾ ਕਿਉਂ ਦਿਖਾਉਂਦੇ ਹੋ? ਉਹ ਫਿਰ ਉਸ ਤੋਂ ਬਾਅਦ ਕਹਿੰਦਾ ਉਹ ਪ੍ਰੀਸਟ ਮੇਰੇ ਕੋਲ ਨਹੀਂ ਆਇਆ। ਸੋ ਜਿਹੜੀ ਸਿੱਖੀਜ਼ਮ ਵਿੱਚ ਅਤੇ ਕ੍ਰਿਸਚੈਨਿਟੀ ਧਰਮ ਦੇ ਤੌਰ 'ਤੇ ਬਹੁਤ ਛੋਟਾ ਧਰਮ ਹੈ, ਸ਼ਬਦ ਦੇ ਤੌਰ 'ਤੇ ਬਿਲਕੁਲ ਹੀ ਕਮਜ਼ੋਰ ਹੈ,
ਸ਼ਬਦ ਕੌਣ, ਕ੍ਰਿਸਚੈਨਿਟੀ ਵਿੱਚ ਸ਼ਬਦ ਕੌਣ ਹੋ ਜਾਂਦਾ, ਕ੍ਰਾਈਸਟ ਹੋ ਜਾਂਦਾ। ਸੇਂਟ ਜੌਨ ਦੀ ਗੋਸਪਲ ਪੜ੍ਹੋ ਜੋ ਚੌਥੀ ਗੋਸਪਲ ਹੈ, ਉਹਦੇ ਵਿੱਚ ਕੀ ਹੈ, ਆਦਿ ਵਿੱਚ ਆਰੰਭ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ੁਰ ਸੀ, ਸ਼ਬਦ ਪਰਮੇਸ਼ੁਰ ਦੇ ਸੰਗ ਸੀ, ਨਾਲ ਸੀ ਰਹਿੰਦਾ ਪਰਮੇਸ਼ੁਰ ਦੇ, ਅਤੇ ਸ਼ਬਦ ਪਰਮੇਸ਼ੁਰ ਸੀ। ਅਗਲੀ ਗੱਲ, ਉਹ ਸ਼ਬਦ ਦੇਹਧਾਰੀ ਹੋਇਆ, ਫੋਰਮ ਵਿੱਚ ਆਇਆ ਕਿ ਸਾਡੇ ਵਿੱਚ ਆ ਕੇ ਨਿਵਾਸ ਕੀਤਾ, ਮਤਲਬ ਕ੍ਰਾਈਸਟ ਸ਼ਬਦ ਹੈ ਉਹਨਾਂ ਦੇ ਕੋਲ, ਸ਼ਬਦ ਦਾ ਅਵਤਾਰ ਕ੍ਰਾਈਸਟ ਹੈ। ਕਿਉਂ? ਕਿਉਂਕਿ ਸ਼ਬਦ ਬਹੁਤ ਕਮਜ਼ੋਰ ਹੈ ਉਹਨਾਂ ਦੇ ਕੋਲ, ਕ੍ਰਾਈਸਟ ਦੇ ਕੋਈ ਬਚਨ ਉਹਨਾਂ ਦੀ ਬਾਣੀ ਨਾ ਉਹਨਾਂ ਉਚਾਰੇ, ਉਹਨਾਂ ਦੇ ਚੇਲਿਆਂ ਨੇ ਕਥਾ ਕਹਾਣੀਆਂ ਲਿਖੀਆਂ। ਕ੍ਰਿਸਚੈਨਿਟੀ ਦੀ ਵਿਆਖਿਆ ਵੀ ਕ੍ਰਾਈਸਟ ਨੇ ਨਹੀਂ ਕੀਤੀ, ਕ੍ਰਿਸਚੈਨਿਟੀ ਦੀ ਵਿਆਖਿਆ ਕਰਨ ਵਾਸਤੇ ਸੇਂਟ ਜੌਨ ਦੇ, ਸੇਂਟ ਪੀਟਰ ਇਤਿਹਾਦਿਕ ਜਿਹੜੇ ਸੰਤਾਂ ਦੇ ਲੈਟਰਸ ਨੇ ਉਹਨਾਂ ਵਿੱਚ ਇਹ ਦੱਸਿਆ ਹੋਇਆ ਕਿ ਕ੍ਰਿਸਚੈਨਿਟੀ ਦੇ ਅਸੂਲ ਇਹ ਹਨ, ਕ੍ਰਿਸਚੈਨਿਟੀ ਦੀ ਲਿਵਿੰਗ ਇਹ ਹੈ। ਸਮਝ ਆ ਗਈ ਬਾਤ? ਦੁਨੀਆ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਧਰਮ ਗ੍ਰੰਥ ਹੈ ਕੁਰਾਨ। ਦੇਖੋ ਗਿਣਤੀ ਜਿਹੜੀ ਹੈ ਉਹ ਕ੍ਰਿਸਚਨ ਦੀ ਜ਼ਿਆਦਾ ਹੈ ਅਜੇ ਤੱਕ, ਕ੍ਰਿਸਚਨ ਇਤਨਾ ਬਾਈਬਲ ਨਹੀਂ ਪੜ੍ਹਦੇ, ਕੁਰਾਨ ਜ਼ਿਆਦਾ ਪੜ੍ਹੀ ਜਾਂਦੀ ਹੈ, ਕੁਰਾਨ ਬਹੁਤ ਪੜ੍ਹਾਈ ਜਾਂਦੀ, ਇਸ ਕਰਕੇ ਦੁਨੀਆ ਦਾ ਸਭ ਤੋਂ ਵੱਧ ਜਿਹੜਾ ਪੜ੍ਹਿਆ ਜਾਂਦਾ ਧਰਮ ਗ੍ਰੰਥ ਉਹ ਕੁਰਾਨ ਹੈ। ਕੁਰਾਨ ਦੀ ਸੰਪਾਦਨਾ ਕਿਵੇਂ ਹੁੰਦੀ ਹੈ? ਹਜ਼ਰਤ ਮੁਹੰਮਦ ਸਾਹਿਬ ਪ੍ਰੋਫਿਟ, ਉਹਨਾਂ ਦੀ ਡੈਥ ਹੋ ਗਈ, ਉਹਨਾਂ ਦੀ ਡੈਥ ਹੋਣ ਤੋਂ ਬਾਅਦ ਬਾਅਦ ਵਿੱਚ ਲੀਡਰ ਜਿਹੜਾ ਕੌਮ ਦਾ ਆਇਆ, ਪ੍ਰੋਫਿਟ ਨਹੀਂ ਲੀਡਰ, ਉਹ ਹਜ਼ਰਤ ਅਬੂ ਬੱਕਰ ਸੀ, ਪਹਿਲਾ ਖਲੀਫਾ ਕਹਿੰਦੇ ਉਹਨੂੰ, ਅਬੂ ਬੱਕਰ। ਅਬੂ ਬੱਕਰ ਦੇ ਨੂੰ ਲੋਕਾਂ ਨੇ ਕਿਹਾ ਕਿ ਪੈਗੰਬਰ ਸਾਹਿਬ ਦੇ ਜਿਹੜੇ ਨਾਲ ਲੋਕ ਨੇ ਜਿਨ੍ਹਾਂ ਨੂੰ ਜ਼ੁਬਾਨੀ ਯਾਦ ਹੈ ਕੁਰਾਨ ਦੀਆਂ ਆਇਤਾਂ, ਉਹ ਮਰ ਰਹੇ ਨੇ ਅਤੇ ਕੁਰਾਨ ਦੀਆਂ ਆਇਤਾਂ ਖਤਮ ਹੋ ਜਾਣਗੀਆਂ, ਇਸ ਕਰਕੇ ਇਹਨਾਂ ਨੂੰ ਲਿਖਾ ਲੈਣਾ ਚਾਹੀਦਾ ਹੈ। ਉਹਨਾਂ ਨੇ ਜ਼ੈਦ ਇੱਕ ਲਿਖਾਰੀ ਸੀ, ਜ਼ੈਦ ਪੈਗੰਬਰ ਸਾਹਿਬ ਦਾ ਬੜਾ ਵਿਸ਼ਵਾਸ ਪਾਤਰ ਬੰਦਾ ਸੀ, ਅਤੇ ਉਹ ਲਿਖਾਰੀ ਸੀ, ਪੜ੍ਹਿਆ ਲਿਖਿਆ ਬੰਦਾ ਸੀ, ਜ਼ੈਦ ਨੂੰ ਇਹ ਕੰਮ ਦਿੱਤਾ ਕਿ ਉਹ ਕੁਰਾਨ ਲਿਖ ਦੇਵੇ। ਇਸ ਨੂੰ ਕੰਮ ਦਿੱਤਾ ਜ਼ੈਦ ਨੂੰ, ਹਜ਼ਰਤ ਜ਼ੈਦ ਨੂੰ ਦਿੱਤਾ ਕੰਮ। ਹਜ਼ਰਤ ਸਨਮਾਨ ਵਾਸਤੇ ਕਹਿੰਦੇ ਨੇ, ਵੱਡਾ ਵੱਡਾ ਕਹਿਣਾ ਹੋਵੇ ਨਾ, ਸਨਮਾਨ ਦੇਣਾ ਹੋਵੇ, ਜਿਸ ਸ਼੍ਰੀਮਾਨ ਲਾ ਦੇਣੇ। ਜ਼ੈਦ ਨੇ ਕੁਝ ਆਇਤਾਂ ਲੋਕਾਂ ਕੋਲ ਸਨ ਜਿਹੜੀਆਂ ਬੋਨਸ ਵਗੈਰਾ 'ਤੇ ਲਿਖੀਆਂ ਸਨ, ਪੇਪਰ 'ਤੇ ਸਨ ਨਹੀਂ, ਕੋਈ ਖਜੂਰਾਂ ਦੇ ਪੱਤੇ ਹੁੰਦੇ ਸੀ, ਕਿਸੇ ਨੇ ਉਹਦੇ 'ਤੇ ਲਿਖੀਆਂ ਸਨ, ਬਹੁਤੇ ਲੋਕਾਂ ਨੂੰ ਜ਼ੁਬਾਨੀ ਕੁਛ ਯਾਦ ਸਨ, ਜਿੱਥੋਂ ਜਿੱਥੇ ਜਿਸ ਨੂੰ ਜਿੰਨੀਆਂ ਯਾਦ ਸਨ ਉਹ ਇਕੱਠੀਆਂ ਕਰਕੇ ਕੁਰਾਨ ਤਿਆਰ ਹੋ ਗਈ। ਲੋਕਾਂ ਨੇ ਬਹੁਤ ਡਾਈਸੈਂਟ ਦਿੱਤੀਆਂ ਉਹਦੇ ਬਾਰੇ, ਵੀ ਇਹਦੇ 'ਚ ਬਹੁਤ ਵਾਧਾ ਘਾਟਾ ਹੋ ਗਿਆ, ਕੀ ਹੋ ਗਿਆ, ਵਾਧਾ ਘਾਟਾ ਹੋ ਗਿਆ, ਵੀ ਉਹ ਸ਼ੁੱਧ ਕੁਰਾਨ ਨਹੀਂ ਹੈ, ਇਹਦੇ 'ਚ ਕਈ ਵਾਧਾ ਆਇਤਾਂ ਆ ਗਈਆਂ ਨੇ, ਕੁਝ ਘੱਟ। ਪੈਗੰਬਰ ਸਾਹਿਬ ਦੀਆਂ ਪਤਨੀਆਂ ਸਨ, ਉਹਨਾਂ ਨੇ ਵੀ ਕਿਹਾ ਕਿ ਇਹ ਕੁਰਾਨ ਠੀਕ ਨਹੀਂ। ਤੋ ਹਜ਼ਰਤ ਅਬੂ ਬੱਕਰ ਤੋਂ ਬਾਅਦ ਦੂਜੇ ਆਏ ਉਮਰ, ਲੀਡਰ ਆਏ ਉਮਰ, ਉਮਰ ਤੋਂ ਬਾਅਦ ਆਏ ਉਸਮਾਨ, ਤੀਜੇ ਖਲੀਫੇ, ਤੀਜੇ ਲੀਡਰ ਉਸਮਾਨ। ਕਿਉਂਕਿ ਲੋਕਾਂ ਨੇ ਡਾਈਸੈਂਟ ਬਹੁਤ ਦਿੱਤੀ ਕੁਰਾਨ ਦੇ ਸੰਬੰਧ ਵਿੱਚ ਮੁਸਲਮਾਨਾਂ ਨੇ, ਤੋ ਉਸਮਾਨ ਨੂੰ ਲੋਕਾਂ ਨੇ ਕਿਹਾ ਕਿ ਕੁਰਾਨ ਦੁਬਾਰਾ ਲਿਖਾਈ ਜਾਏ। ਉਸਮਾਨ ਨੇ ਫਿਰ ਹਜ਼ਰਤ ਜ਼ੈਦ ਜਿਹੜਾ ਪਹਿਲਾਂ ਲਿਖਾਰੀ ਸੀ ਉਸੇ ਨੂੰ ਇਹ ਕੰਮ ਦਿੱਤਾ ਕਿ ਤੂੰ ਦੁਬਾਰਾ, ਉਹਨੇ ਗਾਈਡਲਾਈਨ ਦਿੱਤੀਆਂ, ਕਮੇਟੀ ਬਣਾਤੀ, ਮੁਖੀ ਬਣਾਤਾ ਜ਼ੈਦ ਨੂੰ, ਉਸਨੂੰ ਕਿਹਾ ਕਿ ਤੁਸੀਂ ਪੈਗੰਬਰ ਦੀਆਂ ਪਤਨੀਆਂ, ਉਹਦੀਆਂ ਜਿਹੜੀਆਂ ਵਾਈਵ ਸਨ ਜਿਉਂਦੀਆਂ ਜਿਹੜੀਆਂ, ਉਹਨਾਂ ਕੋਲ ਜਾਓ, ਜਿਹੜੀਆਂ ਆਇਤਾਂ ਉਹਨਾਂ ਕੋਲ ਨੂੰ ਯਾਦ ਨੇ ਉਹ ਲਿਖ ਲਿਆ। ਫਿਰ ਉਸਨੇ ਕਿਹਾ ਕਿ ਜਿੱਥੇ ਕਿਤੇ ਬੋਲੀ ਦਾ ਫਰਕ ਹੈ, ਇੱਕ ਬੰਦਾ ਹੋਰ ਤਰੀਕੇ ਨਾਲ ਆਇਤ ਪੜ੍ਹਦਾ, ਉਹੀ ਆਇਤ ਦੂਜਾ ਬੰਦਾ ਹੋਰ ਤਰੀਕੇ ਨਾਲ ਪੜ੍ਹਦਾ, ਤਾਂ ਜਿਹੜੀ ਕੁਰੈਸ਼ਾਂ ਦੀ ਬੋਲੀ ਹੈ ਉਹਨੂੰ ਪ੍ਰਧਾਨਤਾ ਦਿੱਤੀ ਜਾਵੇ। ਕੁਰੈਸ਼, ਹਜ਼ਰਤ ਮੁਹੰਮਦ ਸਾਹਿਬ ਕੁਰੈਸ਼ ਕਬੀਲੇ ਦੇ ਸਨ, ਉਹਨਾਂ ਦੀ ਬੋਲੀ ਕੁਰੈਸ਼ੀ ਬਣੀ ਸੀ। ਇਸ ਤਰ੍ਹਾਂ ਕੁਛ ਗਾਈਡਲਾਈਨਸ ਉਸਨੇ ਨਿਸ਼ਚਿਤ ਕਰਕੇ ਕੁਰਾਨ ਦੁਬਾਰਾ ਤਿਆਰ ਕਰਵਾਈ, ਕੁਰਾਨ ਦੁਬਾਰਾ ਲਿਖਵਾਈ ਗਈ। ਪਹਿਲੇ ਜਿਤਨੀਆਂ ਕੁਰਾਨ ਦੀਆਂ ਕਾਪੀਆਂ ਸਨ ਉਹ ਸਾਰੀਆਂ ਜਲਾ ਦਿੱਤੀਆਂ, ਤਾਂ ਕਿ ਕੁਰਾਨ ਦੋ ਤਰ੍ਹਾਂ ਦੀ ਲੋਕਾਂ 'ਚ ਪ੍ਰਚਲਿਤ ਨਾ ਹੋ ਜਾਵੇ। ਪੈਗੰਬਰ ਸਾਹਿਬ ਦੀ ਸਭ ਤੋਂ ਛੋਟੀ ਜਿਹੜੀ ਵਾਈਫ ਸੀ, ਜਿਸ ਨਾਲ ਉਹਨਾਂ ਨੇ ਲਾਈਫ ਦਾ ਅਖੀਰਲਾ ਟਾਈਮ ਗੁਜ਼ਾਰਿਆ ਹੈ, ਉਹ ਸੀ ਹਜ਼ਰਤ ਆਇਸ਼ਾ।
ਆਸ਼ਾ ਬਹੁਤ ਛੋਟੀ ਸੀ ਜਦੋਂ ਵਿਆਹ ਪੈਗੰਬਰ ਸਾਹਿਬ ਨਾਲ ਹੋਇਆ, 5-6 ਸਾਲ ਦੀ ਸੀ ਉਹ, ਕੋਈ 55 ਦੇ ਸਨ। ਅਤੇ ਜਦੋਂ ਉਹ ਕੋਈ 10-11 ਸਾਲ ਦੇ ਹੋਈ ਗਈ ਵਿਚਾਰੀ ਅਜੇ ਬਾਲੜੀ, ਅਤੇ ਪੈਗੰਬਰ ਸਾਹਿਬ ਦੀ ਡੈਥ ਜਿਹੜੀ ਹੈ 60 ਸਾਲ ਦੀ ਉਮਰ 'ਚ ਉਹਨਾਂ ਦੀ ਡੈਥ ਹੋ ਗਈ ਸੀ। ਲਾਈਫ ਦਾ ਅਖੀਰਲਾ ਭਾਗ ਅਬੂ ਬੱਕਰ ਜਿਹੜਾ ਸੀ, ਅਬੂ ਬੱਕਰ ਖਲੀਫਾ ਇਸੇ ਕਰਕੇ ਬਣ ਗਿਆ ਸੀ ਕਿਉਂਕਿ ਅਬੂ ਬੱਕਰ ਆਇਸ਼ਾ ਦਾ ਪਿਤਾ ਸੀ। ਇਹ ਝਗੜਾ ਜਿਹੜਾ ਸੁੰਨੀ ਸ਼ੀਆ ਦਾ ਇਸੇ ਕਰਕੇ ਸੀ ਕਿ ਖਲੀਫਾ ਉਸ ਤੋਂ ਬਾਅਦ ਲੀਡਰ ਕੌਣ ਬਣੇਗਾ, ਜਿਹੜੇ ਸ਼ੀਆ ਕਹਿੰਦੇ ਸਨ ਅਲੀ ਬਣੇਗਾ। ਅਤੇ ਉਹ ਧੜਾ ਜਿਹੜਾ ਗਰੁੱਪ ਸੀ ਉਹ ਭਾਰੀ ਹੋ ਗਿਆ ਅਬੂ ਬੱਕਰ ਦਾ, ਅਬੂ ਬੱਕਰ ਪਹਿਲਾ ਖਲੀਫਾ ਬਣ ਗਿਆ। ਆਇਸ਼ਾ ਨੂੰ ਕਿਸੇ ਨੇ ਪੁੱਛਿਆ ਜਾ ਕੇ, ਉਸਮਾਨ ਨੇ ਕੁਰਾਨ ਤਿਆਰ ਕੀਤੀ ਹੈ, ਕਹਿੰਦੇ ਹਾਂ ਸੁਣਿਆ, ਤੁਹਾਡੇ ਕੀ ਵਿਚਾਰ ਨੇ ਉਹਦੇ ਬਾਰੇ? ਠੀਕ ਹੈ, ਪੈਗੰਬਰ ਸਾਹਿਬ ਦੀ ਪਤਨੀ ਕਹਿ ਰਹੀ ਹੈ, ਕਹਿੰਦੀ ਹੈ ਨਹੀਂ ਇਸ ਵਿੱਚ ਬੜੇ ਵਾਧੇ ਘਾਟੇ ਹਨ। ਉਹ ਕਹਿਣ ਲੱਗੀ ਪੈਗੰਬਰ ਦੇ ਨਾਲ ਅਸੀਂ ਉਹ ਲਾਈਨਾਂ ਪੜ੍ਹਦੇ ਹੁੰਦੇ ਸੀ ਜਿਨ੍ਹਾਂ ਵਿੱਚ ਅੱਲਾ ਨੇ ਹੁਕਮ ਕੀਤਾ ਸੀ ਕਿ ਮਾਵਾਂ ਬੱਚੇ ਨੂੰ ਜਨਮ ਦੇਣ ਤੋਂ 10 ਮਹੀਨੇ ਤੱਕ ਆਪਣਾ ਦੁੱਧ ਪਿਲਾਉਣਗੀਆਂ। ਉਹ ਆਇਤਾਂ ਹੁਣ ਕਿੱਥੇ ਨੇ? ਉਹ ਆਇਤਾਂ ਗਾਇਬ ਹੋ ਗਈਆਂ ਨੇ, ਇਹਦੇ 'ਚ ਹੈ ਨਹੀਂ। ਮੈਂ ਦੇਖੀਏ ਕੁਰਾਨ, ਉਹਦੇ 'ਚ ਆਇਤਾਂ ਇਹ ਨਹੀਂ ਹਨ। ਦੂਜੀ ਗੱਲ ਉਸਨੇ ਕਹੀ ਸੂਰਤ ਅਨ ਨੂਰ, ਸੂਰਤ ਦਾ ਮਤਲਬ ਚੈਪਟਰ, ਅਨ ਨੂਰ ਨਾਮ ਹੈ। ਸੂਰਤ ਅਲ ਬਕਰਾ ਜਿਤਨੀ ਵੱਡੀ ਹੁੰਦੀ ਸੀ, ਹੁਣ ਸੂਰਤ ਅਨ ਨੂਰ ਵਿੱਚ ਕਿਤਨੀਆਂ ਕੁ ਆਇਤਾਂ ਹਨ? ਤਾਂ ਉਹ ਜਿਸ ਬੰਦੇ ਨਾਲ ਗੱਲ ਕਰ ਰਹੀ ਸੀ ਉਹ ਕਹਿਣ ਲੱਗਾ 70 ਜਾਂ 80 ਹੋਣਗੀਆਂ। ਉਹ ਕਹਿੰਦੀ 200 ਆਇਤ ਕਿੱਥੇ ਚਲੀ ਗਈ? ਕਿਉਂਕਿ ਲਗਭਗ 300 ਆਇਤ ਜਿਹੜੀ ਹੈ ਉਹ ਅਬੂ ਬਕ ਜਿਹੜੀ ਸੂਰਤ ਅਲ ਬਕਰਾ ਦੂਜੀ ਸੂਰਤ ਹੈ ਉਹਦੇ 'ਚ ਨੇ। ਉਸਨੇ ਕਿਹਾ ਕਿ ਉਹਨੇ ਪੈਗੰਬਰ ਦੀ ਪਤਨੀ ਨੇ ਕਿਹਾ, ਡਾਇਸੈਂਟ ਦਿੱਤੀ ਕਿ ਨਹੀਂ ਇਹਦੇ 'ਚ ਬਹੁਤ ਵਾਧਾ ਘਟਦਾ ਹੈ। ਪਰ ਉਸ ਤੋਂ ਬਾਅਦ ਉਹ ਹੀ ਕੁਰਾਨ ਚਲੀ ਆਉਂਦੀ ਹੈ। ਖੈਰ ਅਸੀਂ ਕਹਾਂਗੇ ਵੀ ਉਹ ਪਵਿੱਤਰ ਗ੍ਰੰਥ ਹੈ ਔਰ ਉਹਨਾਂ ਵਾਸਤੇ ਮੁਬਾਰਕ ਹੈ। ਅਤੇ ਸਾਨੂੰ ਇੱਕ ਸਬਕ ਸਿੱਖਾਂ ਨੂੰ ਇਹ ਲੈਣਾ ਚਾਹੀਦਾ ਕਿ ਜਿਹੜੇ ਅੱਜ ਵੀ ਭਰਾ ਬੈਠੇ ਨੇ ਨਾ ਮੇਰੇ ਕੋਲ ਪਿੱਛੇ, ਇੱਕ ਕੈਨੇਡਾ ਤੋਂ ਗਰੁੱਪ ਹੈ, ਉਹ SGS ਸਪੈਲਿੰਗ ਗਰੁੱਪ ਬਣਾ ਲਿਆ। ਫਿਰ ਇੱਕ ਬੜੇ ਹੀ ਬਹੁਤ ਗਲਤੀਆਂ ਵਾਲੇ ਗ੍ਰੰਥ ਦੀਆਂ ਫੋਟੋ ਕਾਪੀਆਂ ਲਾ ਕੇ ਭੇਜੀਆਂ ਕਿ ਇਹਨਾਂ ਵਿੱਚ ਪਾਠ ਇਹ ਸੀ ਅਤੇ ਇੱਥੇ ਗਲਤੀ ਹੋ ਗਈ, ਇੱਥੇ ਗਲਤੀ ਹੋ ਗਈ, ਇਹ ਗਲਤੀ ਉਹ ਗਲਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜਦੋਂ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਾਇਆ ਸੀ, ਕਿਸੇ ਨੇ ਡਾਇਸੈਂਟ ਨਹੀਂ ਦਿੱਤੀ ਕਿ ਮਹਾਰਾਜ ਇਹ ਛੁੱਟ ਗਿਆ ਅਤੇ ਇਹ ਸ਼ਾਮਿਲ ਕਰ ਲਓ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਾਈਨਲ ਰੂਪ ਦਿੱਤਾ ਤਾਂ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਲੋਕਾਂ ਨੇ ਚੜ੍ਹਾ ਵੀ ਲਈ ਸੀ ਗ੍ਰੰਥਾਂ ਵਿੱਚ ਉਸ ਤੋਂ ਪਹਿਲਾਂ, ਉਹਨਾਂ ਦੇ ਹੁੰਦਿਆਂ ਚੜ੍ਹਾ ਲਈ ਸੀ, ਪਰ ਗੁਰੂ ਨੇ ਪ੍ਰਮਾਣਿਤ ਕਰਨੀ ਸੀ ਨਾ, ਉਹਨਾਂ ਨੇ ਆਪ ਲਿਖਵਾ ਕੇ ਭਾਈ ਮਨੀ ਸਿੰਘ ਤੋਂ 1706 ਵਿੱਚ ਪ੍ਰਮਾਣਿਕ ਗ੍ਰੰਥ ਦਿੱਤਾ ਜਿਹਦੇ 'ਤੇ ਕੋਈ ਡਾਇਸੈਂਟ ਸਿੱਖ ਦੇ ਨਹੀਂ ਸਕਦਾ। ਤੋ ਅਸੀਂ ਅੱਜ ਉਹਦੀ ਸੋਧ ਸਾਧ ਵਿੱਚ ਲੱਗੇ ਹੋਏ ਹਾਂ, ਕਰ ਇਹਦੀ ਸੋਧ ਵੀ ਹੋਣੀ ਚਾਹੀਦੀ ਹੈ, ਇਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ। ਪਰ ਜਿਸ ਗ੍ਰੰਥ ਦੇ ਸੰਬੰਧ ਵਿੱਚ ਡਾਇਸੈਂਟ ਦਿੱਤੀ ਹੋਈ ਹੈ ਪੈਗੰਬਰ ਦੀ ਪਤਨੀ ਨੇ, ਮੰਨ ਲਿਆ ਕਿ ਫਾਈਨਲ ਹੈ, ਹੁਣ ਇਹਦੇ 'ਚ ਕੋਈ ਬਦਲਾਅ ਨਹੀਂ ਹੋਏਗਾ। ਕਿਉਂਕਿ ਬਦਲਾਅ ਕਰਨ ਲੱਗੋ ਤਾਂ ਬਚਦਾ ਹੀ ਕੁਛ ਨਹੀਂ, ਸਾਰਾ ਕੁਛ ਹੀ ਬਦਲ ਦੇਣਗੇ। ਹੁਣ ਇਹਨਾਂ ਸਾਰੇ ਗ੍ਰੰਥਾਂ ਦੇ ਮੁਕਾਬਲੇ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖੋ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਉਚਾਰਦੇ ਨਾਲ ਨਾਲ ਲਿਖਦੇ ਲਿਖਵਾਉਂਦੇ, ਕਿਸੇ ਇਤਿਹਾਸ ਕਿਸੇ ਹਾਸੇ ਨਹੀਂ ਛੱਡਿਆ, ਨਾਲ ਨਾਲ ਬਾਣੀ। ਇਸੇ ਕਰਕੇ ਆਸਾ ਹੱਥ ਕਿਤਾਬ ਕੱਛ, ਜਦੋਂ ਜਾ ਰਹੇ ਨੇ ਨਾ ਮੱਕਾ ਸ਼ਰੀਫ ਨੂੰ, ਅਤੇ ਭਾਈ ਗੁਰਦਾਸ ਸਾਹਿਬ ਉਹ ਕਿਵੇਂ ਤਿਆਰੀ ਕਰਕੇ ਜਾ ਰਹੇ ਨੇ, ਉਹ ਕਹਿੰਦੇ ਇੱਕ ਡੰਡਾ ਵੀ ਫੜਿਆ ਹੋਇਆ ਹੈ, ਇੱਕ ਉਹਨਾਂ ਕੋਲ ਪੋਥੀ ਹੈ, ਉਹ ਪੋਥੀ ਕਿਹੜੀ ਹੈ? ਦੋ ਕੰਮ ਕੀਤੇ ਉਹਨਾਂ ਨੇ, ਇੱਕ ਤਾਂ ਜਿਹੜੇ ਕਿਉਂਕਿ ਸਾਰਾ ਹਿੰਦੁਸਤਾਨ ਉਹਨਾਂ ਨੇ ਘੁੰਮਿਆ ਸੀ, ਜਿਹੜੇ ਪਹਿਲੇ ਸੰਤ ਹੋਏ ਸਨ ਰਵਿਦਾਸ ਜੀ, ਨਾਮਦੇਵ ਜੀ, ਇਹ ਬਹੁਤੇ ਮਹਾਂਪੁਰਸ਼ਾਂ ਦੀ ਬਾਣੀ ਉਹਨਾਂ ਨੇ ਇਕੱਠੀ ਕਰਵਾਈ, ਕਬੀਰ ਸਾਹਿਬ ਦੀ ਬਾਣੀ ਇਕੱਠੀ ਕਰਵਾਈ, ਦੂਜਾ ਸਾਰੇ ਸ਼ਬਦ ਆਪਣੇ ਨਾਲ ਨਾਲ ਉਹਨਾਂ ਨੇ ਲਿਖੇ। ਉਹ ਧਰਮ ਪੁਸਤਕ ਸੀ ਉਹਨਾਂ ਦੇ ਪਾਸ। ਉੱਥੇ ਵੀ ਜਦੋਂ ਗਏ ਮੱਕਾ ਸ਼ਰੀਫ, ਉੱਥੇ ਵੀ ਉਹ ਕਹਿੰਦੇ ਆ ਤੇਰੀ ਕਿਤਾਬ ਕੀ ਕਹਿੰਦੀ ਹੈ, ਹਿੰਦੂ ਮੁਸਲਮਾਨ ਚੰਗਾ ਕਿ ਮੁਸਲਮਾਨ, ਪੁੱਛਣ ਫੋਲ ਕਿਤਾਬ ਨੂੰ
ਹਿੰਦੂ ਵੱਡਾ ਕਿ ਮੁਸਲਮਾਨ ਹੋਏ। ਕਿਸੇ ਪੈਗੰਬਰ ਨੇ, ਕਿਸੇ ਅਵਤਾਰ ਨੇ ਆਪਣੇ ਬਚਨ ਆਪ ਨਹੀਂ ਲਿਖਾਏ। ਕ੍ਰਿਸ਼ਨ ਜੀ ਦੇ ਬਚਨ ਜਿਹੜੇ ਨੇ ਵੇਦ ਵਿਆਸ ਨੇ ਲਿਖੇ। ਕਦੇ ਇਹ ਵੀ ਆ ਜਾਂਦਾ ਕਿ ਉਹ ਪਹਿਲਾਂ ਹੀ ਲਿਖ ਗਏ ਸਨ, ਇਹ ਹੀ ਨਹੀਂ ਪਤਾ ਕਿ ਪਹਿਲਾਂ ਲਿਖੇ ਕਿ ਪਿੱਛੋਂ। ਇਹ ਭਵਿੱਖ ਵਚਨ ਹੈ ਜਾਂ ਇਹਦੇ 'ਚ ਕੋਈ ਸੱਚਾਈ ਹੈ? ਵਾਲਮੀਕਿ ਰਮਾਇਣ ਦੇ ਬਾਰੇ ਵਿੱਚ ਸ਼ੁਰੂ 'ਚ ਲਿਖਿਆ ਹੋਇਆ ਕਿ ਇਹ ਕਹਾਣੀ ਬਾਅਦ ਵਿੱਚ ਹੋਵੇਗੀ, ਇੰਨੇ ਹਜ਼ਾਰ ਸਾਲ ਬਾਅਦ ਵਰਤੇ ਗਏ ਕੁਛ। ਪਰ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ ਹੈ, ਪ੍ਰਮਾਣਿਕ ਇਤਿਹਾਸ ਹੈ। ਪੈਗੰਬਰ ਮੁਹੰਮਦ ਸਾਹਿਬ ਨੇ ਰੱਬ ਦੀ ਬਾਣੀ ਨੂੰ ਉਚਾਰਨ ਕੀਤੀ ਪਰ ਰੱਬ ਦੀ ਬਾਣੀ ਲਿਖਵਾਈ ਨਹੀਂ। ਫਿਰ ਫਰਕ ਇੱਕ ਵੇਖੋ, ਕੁਰਾਨ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਨਾਲ ਕੰਪੇਅਰ ਕਰਾਂ, ਬੜਾ ਵੱਡਾ ਅੰਤਰ ਹੈ ਦਾਰਸ਼ਨਿਕ ਫਿਲੋਸੋਫੀਕਲ। ਉਹ ਕੀ ਹੈ? ਕੁਰਾਨ ਵਿੱਚ ਇੱਕ ਜਗ੍ਹਾ 'ਤੇ ਵੀ ਨਹੀਂ ਮੁਹੰਮਦ ਇਹ ਕਹਿੰਦੇ ਹਨ। ਮੁਹੰਮਦ ਇਹ ਕਹਿੰਦੇ ਨੇ, ਇਹ ਕਿਤੇ ਨਹੀਂ ਲਿਖਿਆ। ਅੱਲਾ ਲੋਕਾਂ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਇਹ ਕਹਿੰਦਾ, ਤੁਸੀਂ ਪੈਗੰਬਰ ਦੀ ਬਾਤ ਮੰਨਿਆ ਕਰੋ, ਤੁਸੀਂ ਇਹ ਕੰਮ ਕਰਿਆ ਕਰੋ, ਉਹ ਕਰਿਆ ਕਰੋ। ਅੱਲਾ ਬੋਲਦਾ ਜਾਂ ਫਿਰ ਅੱਲਾ ਹਜ਼ਰਤ ਮੁਹੰਮਦ ਸਾਹਿਬ ਨੂੰ ਕਹਿੰਦਾ, ਇਹਨਾਂ ਲੋਕਾਂ ਨੂੰ ਇਹ ਗੱਲ ਕਹਿ ਦੇ, ਮੇਰਾ ਇਹ ਸੰਦੇਸ਼ ਦੇ ਦੇ, ਉਹ ਸੰਦੇਸ਼ ਦੇ ਦੇ, ਪੈਗੰਬਰ ਦਾ ਕੋਈ ਵਚਨ ਨਹੀਂ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਕਹਿ ਰਵਿਦਾਸ ਹੈ, ਕਹਿ ਕਬੀਰ ਹੈ, ਕਹਿ ਨਾਨਕ ਹੈ, ਕਹੋ ਨਾਨਕ ਹੈ, ਭਗਤਾਂ ਦੇ ਗੁਰੂ ਸਾਹਿਬਾਨ ਦੇ ਨਾਮ ਲਿਖੇ ਨੇ। ਹੁਣ ਦੇਖੋ, ਨਾਮ ਰਵਿਦਾਸ ਜੀ ਦਾ ਲਿਖਿਆ ਤੇ ਫਿਰ ਰੱਬ ਦੀ ਬਾਣੀ ਕਿਵੇਂ ਹੋ ਗਈ? ਗੁਰੂ ਨਾਨਕ ਦੇਵ ਜੀ ਦਾ ਨਾਮ ਹੈ, ਰੱਬ ਦੀ ਬਾਣੀ ਕਿਵੇਂ ਹੋ ਗਈ? ਕਿਵੇਂ ਹੋ ਗਈ? ਰੱਬ ਵਿੱਚ ਤੇ ਭਗਤ ਵਿੱਚ, ਗੁਰੂ ਵਿੱਚ ਪਰਦਾ ਨਹੀਂ ਹੈ। ਧਿਆਨ ਦੇਣਾ, ਪਰਦਾ ਨਹੀਂ ਹੈ, ਡਾਇਰੈਕਟ ਕਨੈਕਸ਼ਨ ਹੈ। ਜੋ ਗੁਰੂ ਨਾਨਕ ਨੇ ਕਹਿਤਾ ਉਹ ਪਰਮੇਸ਼ਰ ਦਾ ਕਿਹਾ ਹੈ। ਕਬੀਰ ਨੇ ਜੋ ਕੁਝ ਕਿਹਾ, ਕਬੀਰ ਤੇ ਰੱਬ 'ਚ ਪਰਦਾ ਨਹੀਂ ਹੈ। ਪੈਗੰਬਰ 'ਚ ਪਰਦਾ ਹੈ। ਕੁਰਾਨ ਕਿਵੇਂ ਆਉਂਦੀ ਹੈ? ਫਰਿਸ਼ਤਾ ਲਿਖੀ ਹੋਈ ਲੈ ਕੇ ਆਉਂਦਾ, ਮੁਹੰਮਦ ਸਾਹਿਬ ਪੜ੍ਹ ਦਿੰਦੇ ਨੇ। ਪਹਿਲੀ ਵਾਰ ਜਦੋਂ ਲੈ ਕੇ ਆਇਆ ਨਾ ਫਰਿਸ਼ਤਾ ਕੁਰਾਨ ਦੀਆਂ ਆਇਤਾਂ, ਹੀਰਾ ਪਰਬਤ ਇੱਕ ਮਾਊਂਟ ਸੀ, ਉਹਦੀ ਇੱਕ ਉਹਦੇ 'ਚ ਗੁਫਾ ਸੀ, ਉੱਥੇ ਜਾ ਕੇ ਭਗਤੀ ਕਰਦੇ ਸੀ। ਫਰਿਸ਼ਤਾ ਕਹਿੰਦੇ ਪੜ੍ਹ, ਤਾਂ ਡਰ ਗਏ। ਕਹਿਣ ਲੱਗੇ, ਮੈਂ ਤਾਂ ਪੜ੍ਹਨਾ ਜਾਣਦਾ ਹੀ ਨਹੀਂ, ਮੈਂ ਅਨਪੜ੍ਹ ਹਾਂ, ਮੈਂ ਕਿਵੇਂ ਪੜ੍ਹਾਂ? ਉਸਨੇ ਰੱਬ ਦੇ ਨਾਂ 'ਤੇ ਪੜ੍ਹ। ਕਹਿੰਦੇ, ਮੈਨੂੰ ਕੁਛ ਨਹੀਂ ਆਉਂਦਾ, ਮੈਂ ਕੀ ਪੜ੍ਹਾਂ? ਫਿਰ ਉਹ ਕਹਿੰਦਾ, ਉਸ ਖੁਦਾ ਦੇ ਨਾਮ 'ਤੇ ਪੜ੍ਹ ਜਿਸ ਨੇ ਸਾਰੇ ਸੰਸਾਰ ਨੂੰ ਵਿੱਦਿਆ ਦਿੱਤੀ, ਐਜੂਕੇਟ ਕੀਤਾ ਹੈ, ਬੁੱਧੀ ਦਿੱਤੀ ਹੈ। ਫਿਰ ਉਹ ਪੜ੍ਹਦੇ। ਕੁਰਾਨ ਬੇਟਾ ਜਾਂ ਤਾਂ ਲਿਖੀ ਹੋਈ ਲੈ ਆਉਂਦਾ ਫਰਿਸ਼ਤਾ ਅਤੇ ਪੈਗੰਬਰ ਸਾਹਿਬ ਪੜ੍ਹਦੇ ਨੇ, ਜਾਂ ਰੱਬ ਬੋਲਦਾ, ਸਿੱਧਾ ਨਹੀਂ ਬੋਲਦਾ, ਵਿੱਚ ਪਰਦਾ ਹੈ, ਜਿਵੇਂ ਆ ਪਰਦਾ ਲੱਗੇ ਨਾ, ਉਹ ਪਰਲੇ ਪਾਸੇ ਬੈਠਾ, ਪੈਗੰਬਰ ਇੱਧਰ ਬੈਠਾ, ਉਹ ਬੋਲਦਾ ਅਤੇ ਉਹ ਸੁਣ ਕੇ ਸੁਣਾਉਂਦੇ ਨੇ। ਕੁਰਾਨ ਦੀਆਂ ਆਇਤਾਂ ਇਸ ਤਰ੍ਹਾਂ ਆਈਆਂ ਨੇ, ਡਾਇਰੈਕਟ ਰੱਬ ਦੀ ਸਿੱਧੀ ਗੱਲਬਾਤ ਵੀ ਪੈਗੰਬਰ ਨਾਲ ਨਹੀਂ ਹੁੰਦੀ। ਅਤੇ ਸਾਡੇ ਵਿੱਚ ਗੁਰੂ ਨਾਨਕ ਪਰਮੇਸ਼ਰ ਸਰੂਪ ਨੇ। ਗੁਰੂ ਨਾਨਕ ਦਾ ਕਿਹਾ ਅਤੇ ਰੱਬ ਦਾ ਕਿਹਾ ਇੱਕੋ ਹੀ ਚੀਜ਼ ਹੈ, ਇਸ ਕਰਕੇ ਇਹ ਰੱਬੀ ਬਾਣੀ ਹੈ। ਅਸਲ ਰੱਬੀ ਬਾਣੀ ਇਹੀ ਹੈ, ਉਹਦੇ 'ਚ ਪੈਗੰਬਰ ਸ਼ਾਮਿਲ ਹੀ ਨਹੀਂ ਹੈ। ਇਹਦੇ 'ਚ ਗੁਰੂ ਹੈ ਅਤੇ ਗੁਰੂ ਪਰਮੇਸ਼ਰ ਦਾ ਰੂਪ ਹੋ ਕੇ ਬੈਠਾ। ਗੁਰੂ ਵਿੱਚ ਅਤੇ ਰੱਬ 'ਚ ਕੋਈ ਪਰਦਾ ਨਹੀਂ ਹੈ, ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਆਈ ਹੈ। ਇਸ ਕਰਕੇ ਗੁਰੂ ਨਾਨਕ ਦਾ ਕਿਹਾ, ਕਬੀਰ ਦਾ ਕਿਹਾ, ਰਵਿਦਾਸ ਦਾ ਕਿਹਾ, ਨਾਮਦੇਵ ਦਾ ਕਿਹਾ, ਇਹ ਪਰਮਾਤਮਾ ਦਾ ਵਚਨ ਹੈ, ਇਹ ਰੱਬ ਦੀ ਬਾਣੀ ਹੈ। ਠੀਕ, ਸਮਝਾਈ ਗੱਲ? ਇੱਕ ਚੀਜ਼ ਬੇਟਾ ਹੋਰ, ਹੁਣ ਇਹਦੇ 'ਚ ਫਰਕ ਕਿੱਥੇ ਪੈ ਜਾਏਗਾ? ਮੈਂ ਤੁਹਾਨੂੰ ਇੱਕ ਇਤਿਹਾਸ ਦੀ ਬਾਤ ਸੁਣਾਉਣਾ ਕੁਰਾਨ ਲਈ। ਫਰਿਸ਼ਤੇ ਦਾ ਰੂਪ ਧਾਰਨ ਕਰਕੇ ਸ਼ੈਤਾਨ ਆ ਗਿਆ, ਇਬਲੀਸ। ਇਬਲੀਸ ਸ਼ੈਤਾਨ ਹੈ, ਸੈਟਨ। ਬਾਈਬਲ 'ਚ ਵੀ ਨਾਮ ਹੈ ਇਬਲੀਸ, ਸੈਟਨ ਆ ਗਿਆ। ਬਣਿਆ ਕੀ ਹੈ? ਏਂਜਲ ਬਣ ਕੇ ਆ ਗਿਆ, ਜਬਰਾਇਲ ਬਣ ਕੇ ਆ ਗਿਆ, ਏਂਜਲ ਬਣ ਕੇ ਆ ਗਿਆ। ਪੈਗੰਬਰ ਨੂੰ ਕਹਿੰਦਾ ਕਿ ਪੈਗੰਬਰ ਦੇ ਮੂੰਹ ਤੋਂ ਉਹ ਆਇਤਾਂ ਪੜਵਾ ਦਿੱਤੀਆਂ ਜਿਨ੍ਹਾਂ ਵਿੱਚ ਕਿਹਾ ਸੀ ਕਿ ਜੇਕਰ ਤੁਸੀਂ ਅਲ ਉਜ਼ਾ, ਇਹ ਦੇਵੀਆਂ ਦੇ ਨਾਮ ਨੇ ਜਿਹੜੀਆਂ ਅਰਬ ਵਿੱਚ ਦੇਵੀਆਂ ਸਨ, ਅਲ ਉਜ਼ਾ,
ਅਲਮਨਾਥ ਅਲਨਾਥ ਤਿੰਨ ਦੇਵੀਆਂ ਸਨ। ਅਤੇ ਅੱਜ ਤੱਕ ਇਹ ਆ ਗਈਆਂ ਕਿ ਜੇ ਇਹ ਤਿੰਨ ਦੇਵੀਆਂ ਨੂੰ ਰੱਬ ਵਾਂਗ ਮੰਨ ਵੀ ਲਵੋ ਤਾਂ ਕੋਈ ਕਸੂਰ ਨਹੀਂ, ਕੋਈ ਗੁਨਾਹ ਨਹੀਂ। ਪੈਗੰਬਰ ਜੀ ਨੇ ਉਹ ਸੁਣਾ ਦਿੱਤੀਆਂ ਮੁਸਲਮਾਨਾਂ 'ਚ, ਉਹਨਾਂ ਪਛਾਣਿਆ ਨਹੀਂ ਕਿ ਇਹ ਸ਼ੈਤਾਨ ਹੈ। ਉਹ ਆਇਤਾਂ ਉਹਨਾਂ ਨੇ ਲੋਕਾਂ 'ਚ ਸੁਣਾ ਦਿੱਤੀਆਂ, ਪਰ ਮਗਰੋਂ ਉਹਨਾਂ ਨੇ ਕਿਹਾ ਕਿ ਹੁਣ ਰੌਲਾ ਪੈ ਗਿਆ, ਤੁਸੀਂ ਕਹਿੰਦੇ ਸੀ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨੀ, ਅਤੇ ਦੇਵੀਆਂ ਤੁਸੀਂ ਅਲ ਲਾਤ ਅਲ ਉਜ਼ਾ ਅਤੇ ਅਲ ਮਨਾਤ ਇਹਨਾਂ ਤਿੰਨਾਂ ਦਾ ਨਾਮ ਲੈ ਦਿੱਤਾ। ਉਹ ਕਹਿਣ ਲੱਗੇ ਮੈਂ ਪਛਾਣ ਨਹੀਂ ਸਾ ਸਕਿਆ ਕਿ ਇਹ ਦੇਵਤਾ ਹੈ, ਇਹ ਏਂਜਲ ਹੈ ਜਾਂ ਇਹ ਸੈਟਨ ਹੈ। ਉਹ ਕਿਹੜੀਆਂ ਹੋਈਆਂ? ਸੈਟੈਨਿਕ ਵਰਸਿਸ, ਸ਼ੈਤਾਨ ਦੀਆਂ ਆਇਤਾਂ। ਹੁਣ ਗੁਰੂ ਸਾਹਿਬ ਪੈਗੰਬਰ ਦੀ ਅਭੇਦਤਾ ਨਹੀਂ, ਪੈਗੰਬਰ ਰੱਬ ਨਾਲ ਮਿਲਿਆ ਹੋਇਆ ਨਹੀਂ, ਉਸਨੇ ਕਿਸੇ ਤਰੀਕੇ ਨਾਲ ਭੇਜ ਦਿੱਤੀਆਂ ਨੇ, ਲੋਕਾਂ ਨੂੰ ਸੁਣਾ ਦਿੱਤੀ। ਗੁਰੂ ਨਾਨਕ ਸਾਹਿਬ ਸ਼ਬਦ ਰੂਪ ਹਨ, ਆਪ ਉਹਨਾਂ ਵਿੱਚ ਰੱਬ 'ਚ ਕੋਈ ਫਰਕ ਹੀ ਨਹੀਂ, ਉਹ ਆਪ ਨਿਰੰਕਾਰ ਦਾ ਰੂਪ ਨੇ। ਇਸ ਕਰਕੇ ਜੋ ਉਹਨਾਂ ਨੇ ਕਿਹਾ ਰੱਬ ਨੇ ਕਿਹਾ। ਹਰੀ ਹਰੀ ਜਨ ਤੋਂ ਏਕ ਹੈ, ਬਿਵ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾ। ਇਹ ਮਹਾਨਤਾ ਹੈ, ਇਹ ਸੱਚੀ ਬਾਣੀ। ਇਸ ਕਰਕੇ ਵੇ ਗੁਰੂ ਨਾਨਕ ਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ। ਪੈਗੰਬਰ ਮੁਹੰਮਦ ਸਾਹਿਬ ਨੂੰ ਤੁਸੀਂ ਗੁੰਮਰਾਹ ਕਰ ਦਿੱਤਾ, ਉਹ ਤਾਂ ਫਰਿਸ਼ਤੇ ਵਿੱਚ ਅਤੇ ਸ਼ੈਤਾਨ ਵਿੱਚ ਫਰਕ ਨਹੀਂ ਕਰ ਸਕੇ, ਸਮਝ ਨਹੀਂ ਸਕੇ ਕਿ ਇਹ ਸੈਟਨ ਹੈ, ਇਹ ਮੈਨੂੰ ਗੁੰਮਰਾਹ ਕਰ ਰਿਹਾ ਹੈ। ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਨਾਲ ਨਾਲ ਲਿਖਾਈ। ਇਸ ਕਰਕੇ ਜਨਮ ਸਾਖੀਆਂ 'ਚ ਆਇਆ, ਹਿਤ ਮਹਿਲ ਜੇ ਸ਼ਬਦ ਹੋਆ ਪੋਥੀ ਮਿਲੀ ਗੁਰੂ ਅੰਗਦ ਯੋਗ। ਗੁਰੂ ਅੰਗਦ ਦੇਵ ਜੀ ਨੂੰ ਕੀ ਦਿੱਤਾ? ਆਪਣੀ ਬਾਣੀ ਦੀ ਪੋਥੀ ਦਿੱਤੀ ਗੁਰਗੱਦੀ ਦੇ ਨਾਲ, ਰਿਟਨ ਬਾਣੀ ਜਿਹੜੀ ਹੈ, ਤਾਂ ਕਿ ਕੋਈ ਵਾਧਾ ਘਾਟ ਨਾ ਹੋ ਸਕੇ। ਗੁਰੂ ਅੰਗਦ ਦੇਵ ਜੀ ਨੇ ਆਪਣੀ ਰਚਨਾ ਕੀਤੀ, ਅੱਗੇ ਦੇ ਦਿੱਤੀ ਬਾਣੀ। ਗੁਰੂ ਅਮਰਦਾਸ ਜੀ ਪਾਸ ਆ ਗਏ, ਉਹਨਾਂ ਵਾਧਾ ਕੀਤਾ, ਆਪਣੇ ਬਚਨ ਉਚਾਰਨ ਕੀਤੇ, ਔਰ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਪਾਸ ਆ ਗਏ। ਗੁਰੂ ਰਾਮਦਾਸ ਜੀ ਨੇ ਬਾਣੀ ਉਚਾਰਨ ਕੀਤੀ, ਉਹ ਵੀ ਪੋਥੀਆਂ ਵਿੱਚ ਚੜ ਗਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਹ ਪੋਥੀਆਂ ਜਿਹੜੀਆਂ ਪਰੰਪਰਾ ਤੋਂ ਚੱਲਦੀਆਂ ਹੁੰਦੀਆਂ ਸਨ ਉਹ ਲਿਆ ਕੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪਹਿਲਾ ਸਰੂਪ ਤਿਆਰ ਕੀਤਾ 1604 ਈਸਵੀ ਦੇ ਵਿੱਚ, ਜਿਹਦਾ ਪ੍ਰਕਾਸ਼ ਹੋਇਆ। ਠੀਕ, ਇੱਕ ਤਾਂ ਬੇਟਾ ਸਾਡੇ ਕੋਲ ਕੀ ਇਹ ਅਥੈਂਟਿਕ ਬਾਣੀ ਹੈ? ਕਿਸੇ ਧਰਮ ਕੋਲ ਇਹ ਕਲੇਮ ਨਹੀਂ ਕੋਈ ਕਰ ਸਕਦਾ ਕਿ ਉਹਨਾਂ ਕੋਲ ਅਥੈਂਟਿਕ ਬਾਣੀ ਹੈ। ਉਹਨਾਂ ਕੋਲ ਬਾਣੀ ਮਗਰਲੇ ਲੋਕਾਂ ਨੇ ਲਿਖੀ ਹੋਈ ਹੈ। ਵੇਦ ਹਜ਼ਾਰਾਂ ਸਾਲ ਬਾਅਦ ਵਿਆਸ ਨੇ ਲਿਖੇ, ਜਿਹਨੇ ਮਹਾਂਭਾਰਤ ਲਿਖੀ ਹੈ। ਹੁਣ ਮਹਾਂਭਾਰਤ ਦੇ ਵਿੱਚ ਅਤੇ ਕ੍ਰਿਸ਼ਨ ਦੁਆਪਰ ਯੁੱਗ 'ਚ ਹੋਏ ਨੇ, ਪਹਿਲਾਂ ਸਤਯੁੱਗ ਹੋਇਆ, ਲੱਖਾਂ ਸਾਲ ਉਹਦੀ ਉਮਰ ਹੈ, ਫਿਰ ਤ੍ਰੇਤਾ ਆਇਆ ਲੱਖਾਂ ਸਾਲ ਉਹਦੀ ਉਮਰ ਹੈ, ਫਿਰ ਦੁਆਪਰ ਆਇਆ ਲੱਖਾਂ ਸਾਲ ਉਹਦੀ ਉਮਰ ਹੈ। ਦੁਆਪਰ ਵਿੱਚ ਆ ਕੇ ਲੱਖਾਂ ਸਾਲ ਦੇ ਵਿੱਚ ਕੀ ਬਚਿਆ ਹੋਵੇਗਾ ਸ਼ੁੱਧਤਾ ਦੇ ਨਾਮ 'ਤੇ ਵੇਦ ਕੋਲ, ਇਹ ਅਸੀਂ ਆਪ ਹੀ ਸਮਝ ਸਕਦੇ ਹਾਂ। ਵੇਦ ਵਿਆਸ ਜੀ ਨੇ ਲਿਖਾਏ, ਇਹ ਸਾਰੇ ਹਿੰਦੂ ਮੰਨਦੇ ਨੇ, ਉਹਨਾਂ ਨੂੰ ਵੇਦ ਵਿਆਸ ਤਾਂ ਹੀ ਕਿਹਾ ਜਾਂਦਾ ਹੈ। ਅਤੇ ਸਾਡੇ ਗੁਰੂ ਘਰ ਦੇ ਵਿੱਚ ਸਾਰੀ ਬਾਣੀ ਗੁਰੂ ਸਾਹਿਬਾਨ ਨੇ ਆਪ ਲਿਖਵਾਈ, ਆਪ ਲਿਖ ਕੇ ਫਿਰ ਸ਼ੁੱਧ ਰੂਪ ਵਿੱਚ ਗੁਰੂ ਸਾਹਿਬ ਕੋਲ ਪਹੁੰਚੀ। ਕਿਉਂਕਿ ਤਾਂ ਪੁਰਾਣੀ ਜਿਹੜੀਆਂ ਬੀੜਾਂ ਨੇ ਨਾ, ਜਦੋਂ ਹੱਥ ਲਿਖਤ ਪੜੋਗੇ, ਜਿਹੜਾ ਇੰਡੈਕਸ ਹੈ ਬਾਣੀਆਂ ਦਾ, ਉਹਦੇ 'ਚ ਲਿਖਿਆ ਜਪ ਨਿਸ਼ਾਨ ਸ਼ਬਦ ਹੁੰਦਾ ਸੀ, ਨਿਸ਼ਾਨ 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 ਦਾ ਮਤਲਬ ਹੁੰਦਾ ਸਾਈਨ ਕੀਤਾ ਹੋਇਆ, ਪ੍ਰਮਾਣਿਤ ਸਰਟੀਫਾਈਡ। ਸਰਟੀਫਾਈ ਕਿਸਨੇ ਕੀਤਾ? ਉਸ ਤੋਂ ਪੁਰਾਣੀਆਂ ਬੀੜਾਂ ਜਪ ਜਪ ਨਿਸ਼ਾਨ ਮਹਿਲੇ ਚੌਥੇ ਗੁਰੂ ਰਾਮਦਾਸ ਜੀ ਦੇ ਦਸਤਖਤ। ਇੱਕ ਧਿਆਨ ਰੱਖਣਾ ਬੇਟਾ, ਮੈਂ ਮਹਿਲਾ ਬੋਲ ਲੈਂਦਾ, ਇਹ ਜਿਹੜਾ ਤੁਹਾਨੂੰ ਪੜ੍ਹਾਉਂਦੇ ਨੇ ਤੁਸੀਂ ਉਹੀ ਸਿੱਖਣਾ, ਮਹਿਲਾ ਹੀ ਪੜ੍ਹਨਾ, ਉਹ ਮੇਰੀ ਜ਼ੁਬਾਨ 'ਤੇ ਚੜਿਆ ਹੋਇਆ, ਮੇਰੀ ਗਲਤੀ ਸਮਝੋ। ਠੀਕ, ਤਾਂ ਤੁਸੀਂ ਉਹੀ ਬੋਲਣਾ ਜਿਹੜਾ ਤੁਹਾਨੂੰ ਇੱਥੇ ਸਿਖਾਇਆ ਜਾਂਦਾ ਹੈ। ਪਰ ਹੁਣ ਵਿੱਚ ਨਹੀਂ ਪੈਣਾ ਸਿੱਖ, ਪਰ ਵਿੱਚ ਨਹੀਂ ਪੈਣਾ, ਜੋ ਇਹ ਸਿਖਾਉਂਦੇ ਨੇ ਇਹ ਵੱਡੇ ਨੇ, ਮੈਨੂੰ ਤਾਂ ਇਹਨਾਂ ਨੇ ਬੁਲਾਇਆ ਹੋਇਆ, ਇਹਨਾਂ ਦੇ ਕਰਕੇ ਜੋ ਸੇਵਾ ਇਹਨਾਂ ਛੋਟੀ ਮੋਟੀ ਲਾਈ ਹੈ ਨਾ, ਇਹ ਬਹੁਤ ਵੱਡੀ ਸੇਵਾ ਕਰ, ਮੰਨਣੀ ਗੱਲ ਇਹਨਾਂ ਦੀ ਹੋਈ ਹੈ, ਮੇਰੇ ਕੋਲ ਮੇਰੀ ਅਸ਼ੁੱਧੀ ਸਮਝ ਲਓ, ਤੁਸੀਂ ਅਸ਼ੁੱਧੀ ਹੋ ਮੈਂ ਕਹਿ ਰਿਹਾ। ਠੀਕ,
ਬੇਟਾ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅਸੂਰ ਨੇ ਇਤਨੀ ਕਿਰਪਾ ਕੀਤੀ ਹੈ, ਸਰਟੀਫਾਈ ਕੀਤਾ ਸਿੱਖਾਂ ਨੂੰ ਜਪਜੀ ਵਿੱਚ ਫਰਕ ਕਰਨ ਲੱਗ ਗਿਆ। ਜਦੋਂ ਪਤਾ ਲੱਗਿਆ ਵੀ ਕੁਝ ਗਲਤੀਆਂ ਕਰਨ ਲੱਗ ਗਏ ਨੇ, ਫਿਰ ਉਹਨਾਂ ਨੇ ਕੀ ਕੀਤਾ, ਜਪਜੀ ਲਿਖਵਾ ਕੇ ਸਿਗਨੇਚਰ ਕਰ ਦਿੱਤੇ, ਇਹ ਜਪਜੀ ਪੜ੍ਹਨਾ। ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਆਦਿ ਗ੍ਰੰਥ ਜੀ ਦੀ ਰਚਨਾ ਕੀਤੀ, ਬਾਣੀ ਸੰਪਾਦਿਤ ਕੀਤੀ, ਲਿਖਵਾਈ, ਤਾਂ ਫਿਰ ਉਸ ਵੇਲੇ ਕੀ ਕੀਤਾ, ਸਰਟੀਫਾਈਡ ਜਪਜੀ ਚਲਾਇਆ ਔਰ ਲਿਖ ਦਿੱਤਾ, ਜਪ ਨਿਸ਼ਾਨ ਮੈਂ ਲੈ ਚਲਦੀ। ਗੁਰੂ ਰਾਮਦਾਸ ਜੀ ਨੇ ਜਿਹੜਾ ਪ੍ਰਮਾਣਿਤ ਕੀਤਾ, ਮੈਂ ਉਹੀ ਚਲਾ ਲਿਆ। ਦੇਖੋ ਇਤਨਾ ਧਿਆਨ ਦਿੱਤਾ। ਜਦੋਂ ਸ੍ਰੀ ਰਾਗ ਕੀ ਵਾਰ ਲਿਖੀ ਗਈ ਹੈ ਨਾ, ਸ੍ਰੀ ਰਾਗ ਕੀ ਵਾਰ ਪਹਿਲੀ ਵਾਰ ਹੈ ਗੁਰੂ ਗ੍ਰੰਥ ਸਾਹਿਬ ਜਿਹੜੀ ਆਉਂਦੀ ਹੈ, 22 ਵਾਰਾਂ ਵਿੱਚੋਂ ਸਭ ਤੋਂ ਪਹਿਲਾਂ ਸ੍ਰੀ ਰਾਗ ਕੀ ਵਾਰ ਹੈ। ਵਾਰ ਕੀ ਚੀਜ਼ ਹੁੰਦੀ ਹੈ? ਵਾਰ ਤੁਸੀਂ ਅੰਗਰੇਜ਼ੀ 'ਚ ਯੁੱਧ ਨੂੰ ਕਹਿੰਦੇ ਹੋ ਨਾ, ਹੈ ਨਾ, ਵਾਰ ਕਹਿੰਦੇ ਹਾਂ ਯੁੱਧ ਨੂੰ। ਸੰਸਕ੍ਰਿਤ ਅੰਗਰੇਜ਼ੀ ਸਕੀਆਂ ਪੈਣਾ ਨੇ, ਸਕੀਆਂ ਪੈਣਾ ਠੀਕ। ਉਹ ਸ਼ਬਦ ਜਿਹੜੇ ਨੇ ਬਹੁਤ ਹੀ ਸ਼ਬਦਾਵਲੀ ਇੱਧਰ ਉੱਧਰ ਦੋਵਾਂ ਪਾਸੇ ਹੈ। ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦੀ ਹੈ ਨੀਅਰ ਸ਼ਬਦ, ਨੇੜੇ ਵਾਸਤੇ ਨੀਅਰ, ਪਰ ਇਕੱਲੇ ਦਸਮ ਗ੍ਰੰਥ ਵਿੱਚ ਨਹੀਂ ਹੈ, ਬੜੇ ਗ੍ਰੰਥਾਂ ਵਿੱਚ ਹੈ। ਐਵੇਂ ਹੀ ਕਹਿ ਰਹੇ ਦਸਮ ਗ੍ਰੰਥ ਅੰਗਰੇਜ਼ੀ ਹੈ, ਡਿਕਸ਼ਨਰੀ ਚੱਕ ਕੇ ਵੇਖ ਲਓ ਉਹਦੇ 'ਚ ਨੀਅਰ ਸ਼ਬਦ ਹੈ। ਮਿਥ ਸ਼ਬਦ ਹੈ, ਮਿਥ ਜਿਹੜਾ ਹੈ ਉਹ ਸੰਸਕ੍ਰਿਤ ਵਿੱਚ ਵੀ, ਅੰਗਰੇਜ਼ੀ 'ਚ ਵੀ ਮਿਥ ਹੈ। ਅਸੀਂ ਕਹਿੰਦੇ ਹੁੰਦੇ ਸੀ ਵੱਤਰ, ਜ਼ਮੀਨ ਵੱਤਰ ਆ ਗਈ ਹੈ, ਚੀਮਾ ਸਾਹਿਬ ਜਾਣਦੇ ਨੇ, ਸੋਰੀ ਸਰਦਾਰ ਗੁਰਤੇਜ, ਡਾਕਟਰ ਗੁਰਤੇਜ ਸਿੰਘ, ਜਾਤ ਪਾਤ ਨਹੀਂ ਕਹਿਣੀ ਚਾਹੀਦੀ, ਗਲਤੀ ਹੈ। ਇਹ ਜਾਣਦੇ ਨੇ ਜ਼ਮੀਨ ਵੱਤਰ ਆ ਗਈ ਹੈ, ਵੱਤਰ ਕਿਹਦੇ, ਜਿਹਦੇ 'ਚ ਨਮੀ ਹੈ, ਜਿਹਦੇ 'ਚ ਮੋਇਸਚਰ ਹੈ, ਜਿਹਨੂੰ ਪਾਣੀ ਲਾਇਆ, ਵਾਟਰ ਤੋਂ ਤਾਂ ਵੱਤਰ ਬਣ ਗਿਆ। ਅੰਗਰੇਜ਼ੀ ਸੰਸਕ੍ਰਿਤ ਆ ਯੂਥ ਸ਼ਬਦ, ਯੰਗ ਸ਼ਬਦ, ਇਹ ਸਾਰੇ ਸਾਰੇ ਤੁਸੀਂ ਸੰਸਕ੍ਰਿਤ ਵਿੱਚ ਪਏ ਹੋਏ। ਜੌਹਨ ਅਤੇ ਯੌਵਨ 'ਚ ਕੋਈ ਫਰਕ ਨਹੀਂ ਜੇ ਇਹਨਾਂ ਨੂੰ ਅੰਗਰੇਜ਼ਾਂ ਨੂੰ ਪੁੱਛੋਗੇ, ਇਹਨਾਂ ਨੂੰ ਜੌਹਨ ਦੇ ਅਰਥ ਨਹੀਂ ਪਤਾ ਲੱਗਣੇ, ਨਾਮ ਹੈ ਬਸ। ਜੌਹਨ, ਜੌਹਨ ਦਾ ਅਰਥ ਹੁੰਦਾ ਜਵਾਨ, ਯੌਵਨ, ਯੌਵਨ ਦਾ ਅਰਥ ਜਵਾਨ, ਯੰਗ ਪਰਸਨ ਕਹਿਣ ਵਾਸਤੇ ਜੌਹਨ ਸ਼ਬਦ ਚੱਲਦਾ ਸੀ। ਹੁਣ ਇਹ ਕਹਿਣਗੇ ਨਾਮ ਹੈ, ਉਸ ਵੇਲੇ ਅਰਥ ਕੋਈ ਮੀਨਿੰਗ ਨਹੀਂ ਪਤਾ। ਤੋ ਵਾਰ ਦਾ ਅਰਥ ਹੁੰਦਾ ਯੰਗ, ਯੁੱਧ, ਲੜਾਈ, ਜੰਗ। ਜਦੋਂ ਵਾਰ ਜਿਹੜੀ ਢਾਡੀ ਲੋਕ ਜੰਗ ਦੇ ਕਿੱਸੇ ਪੜ੍ਹਦੇ ਸੀ ਨਾ, ਉਹ ਜੰਗ ਦੇ ਕਿੱਸਿਆਂ ਵਾਸਤੇ ਹੋ ਗਈ। ਗੁਰੂ ਜੀ ਨੇ ਕਿਸੇ ਸੂਰਬੀਰ ਦੀ, ਉਹਦੀ ਬਹਾਦਰੀ ਦੀ ਉਸਤਤ ਵਿੱਚ, ਕਿਸੇ ਬੰਦੇ ਦੀ ਬਹਾਦਰੀ ਦੀ ਉਸਤਤ 'ਚ ਨਹੀਂ, ਰੱਬ ਦੀ ਉਸਤਤ 'ਚ ਵਾਰ ਲਿਖੀ। ਵਾਰ ਪ੍ਰਸ਼ੰਸਾ, ਪ੍ਰੇਸ, ਉਸਤਤੀ ਪਰਮਾਤਮਾ ਦੀ, ਪਹਿਲੀ ਵਾਰ ਆਈ ਸ੍ਰੀ ਰਾਗ ਕੀ ਵਾਰ। ਲਿਖ ਕੌਣ ਰਿਹਾ? ਭਾਈ ਗੁਰਦਾਸ ਵਰਗਾ ਸਿੱਖ। ਜਦੋਂ ਮੈਂ ਕਹਿੰਦਾ ਕਿ ਦੂਜੇ ਧਰਮਾਂ ਦੇ ਧਰਮ ਗ੍ਰੰਥ ਅੱਗੇ ਆਉਣ ਵਾਲੇ ਲੋਕਾਂ ਨੇ ਲਿਖੇ, ਔਰ ਕਈ ਗ੍ਰੰਥ ਜਿਹੜੇ ਨੇ ਬਹੁਤ ਕਈ ਸੌ ਸਾਲਾਂ ਬਾਅਦ ਲਿਖੇ ਗਏ ਜਾਂ ਹਜ਼ਾਰਾਂ ਸਾਲਾਂ ਬਾਅਦ ਲਿਖੇ ਗਏ, ਔਰ ਜੇ ਅਸੀਂ ਹਿੰਦੂਆਂ ਦੀ ਮੰਨੀਏ ਤਾਂ ਲੱਖਾਂ ਸਾਲ ਬਾਅਦ ਲਿਖੇ ਗਏ। ਭਾਈ ਗੁਰਦਾਸ ਬਹੁਤ ਵਿਦਵਾਨ ਸਿੱਖ ਸੀ, ਉਹਨਾਂ ਦੇ ਕਾਵਿ ਪੜ੍ਹੋ, ਉਹਨਾਂ ਦੀਆਂ ਵਾਰਾਂ ਪੜ੍ਹੋ, ਕਿੰਨੇ ਵਿਦਵਾਨ ਨੇ ਉਹ, ਭਾਸ਼ਾ ਦੇ ਗਿਆਤਾ ਨੇ, ਇੰਨੇ ਵੱਡੇ ਸਭ ਸਿਸਟਮ ਸਮਝਦੇ ਨੇ, ਇੰਨੇ ਵਿਦਵਾਨ ਵੱਡੇ ਨੇ। ਗੁਰੂ ਕਿੱਥੇ ਹੈ, ਸਿੱਖ ਤੋਂ ਕਿੰਨਾ ਉੱਚਾ ਹੈ, ਇਹ ਸਮਝਣਾ। ਵਾਹਿਗੁਰਦਾਸ ਜੀ ਨੇ ਵਾਰ ਜਦੋਂ, ਗੁਰੂ ਜੀ ਨੇ ਕਿਹਾ ਇਹ ਸਲੋਕ ਚੁਣ ਚੁਣ ਕੇ ਵਾਰਾਂ ਨਾਲ ਲਾਣੇ ਨੇ, ਕਿਉਂਕਿ ਜਿਹੜੇ ਸਲੋਕ ਪੜ੍ਹਦੇ ਹਾਂ ਨਾ ਬੇਟਾ, ਆਸਾ ਦੀ ਵਾਰ ਪੜ੍ਹਾਂਗੇ, ਆਸਾ ਦੀ ਵਾਰ 3 ਚੀਜ਼ਾਂ ਪੜ੍ਹਦੇ ਹਾਂ, ਕਿੱਥੇ ਪੜ੍ਹਦੇ ਹਾਂ, ਛੱਕਾ ਜਦੋਂ ਪੜ੍ਹਦੇ ਅਸੀਂ, ਹਰ ਅੰਮ੍ਰਿਤ ਪਿੰਨੇ ਲੋਇਣਾ, ਇਹ ਛੱਕਾ ਹੈ। ਅਤੇ ਜਦੋਂ ਅਸੀਂ ਪੜ੍ਹਦੇ ਬਲਿਹਾਰੀ ਗੁਰੂ ਆਪਣੇ, ਇਹ ਸਲੋਕ ਆ ਗਿਆ ਹੈ ਨਾ, ਸਲੋਕ ਮਹਿਲਾ ਪਹਿਲਾ, ਸੱਚੇ ਤ੍ਰਿਖੰਡ, ਸੱਚੀ ਬ੍ਰਹਿਮੰਡ। ਅਤੇ ਫਿਰ ਅਸੀਂ ਪੜ੍ਹਦੇ ਹਾਂ ਪੌੜੀ, ਪਹਿਲਾਂ 12 ਉਹਨਾਂ 'ਚ ਕੀ ਸੀ, ਇਕੱਲੀਆਂ ਪੌੜੀਆਂ ਸਨ, ਬਹੁਤੀਆਂ 12 'ਚ, ਸਾਰੀਆਂ 'ਚ ਨਹੀਂ। ਜੈਸਰੀ ਕੀ ਵਾਰ ਪੌੜੀਆਂ ਦੇ ਨਾਲ ਨਾਲ ਹੀ ਸਲੋਕ ਲਿਖੇ ਗਏ ਨੇ। ਉਹ ਪਹਿਲਾਂ ਸਲੋਕ ਸਮੱਗਰੀ ਵੱਖਰੀ ਸੀ। ਗੁਰੂ ਨਾਨਕ, ਜਦ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਚੁਣ ਚੁਣ ਕੇ ਸਲੋਕ ਇਹਨਾਂ ਪੌੜੀਆਂ ਨਾਲ ਲਗਾਓ, ਇਸ ਕਰਕੇ ਫਿਰ ਜਿਹੜੇ ਬਚ ਗਏ ਸਨ ਉਹ ਸਲੋਕ 12 ਤੇ ਵਧੀਕ ਅਖੀਰ 'ਚ ਆ ਗਏ ਨੇ। ਭਾਈ ਗੁਰਦਾਸ ਜੀ ਨੇ ਸਲੋਕ ਲਾਏ ਪਹਿਲੀ ਵਾਰ ਦੇ ਨਾਲ। ਗੁਰੂ ਰਾਮਦਾਸ ਜੀ ਦੀ ਵਾਰ ਹੈ, ਉੱਤੇ ਸਿਰਲੇਖ ਹੈ, ਸ੍ਰੀ ਰਾਗ ਕੀ ਵਾਰ ਮਹਿਲੇ ਚੌਥੀ ਕੀ, ਥੱਲੇ ਸਲੋਕ ਹੋਰ ਗੁਰੂ ਪਾਤਸ਼ਾਹਾਂ ਦੇ ਵੀ ਨੇ,
ਕਬੀਰ ਸਾਹਿਬ ਦੇ ਵੀ ਆ। ਹੁਣ ਕੀ ਹੋਇਆ ਕਿ ਭਾਈ ਗੁਰਦਾਸ ਸਾਹਿਬ ਜੀ ਨੇ ਕਿਹੜੇ ਗੁਰੂ ਜੀ ਦੇ ਮਹਿਲਾਂ ਦੇ ਨਾਂ ਲਿਖਿਆ, ਗੁਰੂ ਅਰਜਨ ਦੇਵ ਜੀ ਨੇ ਵਾਰ ਚੈੱਕ ਕੀਤੀ, ਕਈ ਸਲੋਕ ਉਹਨਾਂ ਨੇ ਜਗ੍ਹਾ ਬਦਲਣ ਵਾਸਤੇ ਕਿਹਾ, ਇਹ ਸਲੋਕ ਇੱਥੇ ਲੈ ਜਾਓ, ਕੁਛ ਡਿਲੀਟ ਕਰ ਦਿੱਤੇ ਵੀ ਇਹਦੀ ਲੋੜ ਨਹੀਂ। ਕੁਛ ਸਲੋਕ ਜਿਹੜੇ ਸਨ ਉਹਨਾਂ ਦੇ ਨਾਲ ਉਹਨਾਂ ਕਿਹਾ ਇੱਥੇ ਮਹਿਲਾ ਲਿਖੋ। ਵਾਰ ਗੁਰੂ ਰਾਮਦਾਸ ਜੀ ਦੀ ਪੌੜੀਆਂ ਤਾਂ ਸਭ ਨੂੰ ਪਤਾ ਲੱਗ ਜਾਏਗਾ, ਸਲੋਕ ਕਿਹੜੇ ਹਨ ਉਹ ਸਾਰੇ ਗੁਰੂ ਰਾਮਦਾਸ ਜੀ ਦੇ, ਉਹਨੂੰ ਪ੍ਰੋਬਲਮ ਨਹੀਂ। ਵੱਖ ਵੱਖ ਪਾਤਸ਼ਾਹੀਆਂ ਦੇ ਸਲੋਕ ਨੇ, ਗੁਰੂ ਅਮਰਦਾਸ ਜੀ ਦੇ ਵੀ ਸਲੋਕ ਨੇ, ਤਾਂ ਪਤਾ ਲੱਗੇਗਾ ਕਿ ਸਿੱਖ ਨੂੰ ਕਿਵੇਂ, ਸਿੱਖ ਦਾ ਸਿੱਖ ਦੀ ਬੁੱਧੀ ਕਿੰਨੀ ਹੈ, ਗੁਰੂ ਦੀ ਕਿੰਨੀ ਹੈ। ਐਵੇਂ ਨਹੀਂ ਗੁਰੂ ਕਹਿੰਦੇ ਇਹਨੂੰ ਗੁਰੂ ਗ੍ਰੰਥ ਸਾਹਿਬ, ਐਵੇਂ ਥੋੜ੍ਹਾ ਗੁਰੂ ਕਹਿੰਦੇ, ਬੰਦੇ ਦੀ ਬੰਦੇ ਦਾ ਤਾਂ ਇੰਨਾ ਯੋਗਦਾਨ ਵੀ ਨਹੀਂ ਕਿ ਲਿਖਦੇ ਵੇ, ਉਹ ਵੀ ਗੁਰੂ ਚੈੱਕ ਕਰ ਰਿਹਾ। ਉਹਨਾਂ ਨੇ ਕਿਹਾ ਫਿਰ ਉਹ ਬਰੀਕ ਕਲਮ ਨਾਲ ਪਹਿਲੀ ਬੀੜ ਵਿੱਚ ਬਰੀਕ ਕਲਮ ਨਾਲ ਫਿਰ ਜਿਹੜੇ ਪਾਤਸ਼ਾਹ ਦੇ ਸਲੋਕ ਸਨ ਉੱਤੇ ਹੈਡਿੰਗ ਚੜਾਇਆ ਗਿਆ। ਇਸੇ ਕਰਕੇ ਵਾਰਾਂ ਵਿੱਚ ਸ਼ੁੱਧ ਆਉਂਦਾ ਹੈ, ਸ਼ੁੱਧ ਅਤੇ ਸ਼ੁੱਧ ਕੀਚਿਆ ਆਉਂਦਾ। ਜਿਹੜਾ ਸ਼ੁੱਧ ਲਿਖਿਆ, ਸ਼ੁੱਧ ਦਾ ਮਤਲਬ ਕਿ ਕਰੈਕਟ ਕੀਤੀ ਹੈ, ਚੈੱਕ ਕਰ ਲਈਏ ਮੈਂ। ਇਹ ਬੇਟਾ ਸਾਰੀਆਂ ਪਿੱਛੇ ਨਹੀਂ ਲਿਖਿਆ, ਇਹਦਾ ਮਤਲਬ ਨਹੀਂ ਕਿ ਸਾਰੀਆਂ ਬਾਣੀਆਂ ਚੈੱਕ ਨਹੀਂ ਕੀਤੀਆਂ, ਉਨੀਆਂ ਹੀ ਚੈੱਕ ਕੀਤੀਆਂ ਨਹੀਂ। ਇੱਕ ਸੰਕੇਤ ਬਚਾ ਲਿਆ ਗਿਆ ਹੈ, ਉਹਨੂੰ ਰਹਿਣ ਦਿੱਤਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਗੁਰੂ ਨੇ ਚੈੱਕ ਕਿਵੇਂ ਕੀਤੀ ਹੋਈ। ਔਰ ਸ਼ੁੱਧ ਦਾ ਅਰਥ ਸਮਝਾਉਣ ਵਾਸਤੇ ਸ਼ੁੱਧ ਕੀਚਾ ਵੀ ਬਚਾ ਲਿਆ ਹੈ, ਕਿ ਸ਼ੁੱਧ ਲਿਖਿਆ ਕਿਉਂ ਗਿਆ ਇਹ ਵੀ ਸਪਸ਼ਟ ਕਰਤਾ। ਕੋਈ ਗੱਲ ਸਪਸ਼ਟ ਗੁਰੂ ਗ੍ਰੰਥ ਸਾਹਿਬ 'ਚ ਨਹੀਂ, ਸਭ ਕੁਝ ਕਲੀਅਰ, ਸਭ ਕੁਝ ਸਪਸ਼ਟ। ਇੱਕ ਵਾਰ ਨਾ ਬਚਾ ਲਿਆ ਸ਼ੁੱਧ ਕੀਚਾ। ਭਾਈ ਗੁਰਦਾਸ ਜੀ ਲਿਖ ਦਿੰਦੇ ਸੀ ਸ਼ੁੱਧ ਕਰ ਲਵੋ, ਸੰਕੇਤ ਲਿਖ ਦਿੰਦੇ, ਉਹਨਾਂ ਨੇ ਉਸ ਵਾਰ ਦੇ ਵਿੱਚ ਸ਼ੁੱਧ ਕੀਚਾ। ਗੁਰੂ ਜੀ ਨੇ ਸ਼ੁੱਧ ਕਰ ਲਈ, ਚੈੱਕ ਕਰ ਲਈ, ਇਹਦਾ ਮਤਲਬ ਇਹ ਨਹੀਂ ਕਿ ਹੁਣ ਸ਼ੁੱਧ ਕਰਨੀ ਹੈ। ਸ਼ੁੱਧ ਕੀਤੀਆਂ ਸਾਰੀਆਂ ਬਾਣੀਆਂ, ਆਪ ਚੈੱਕ ਕੀਤੀਆਂ, ਇਤਨੀਆਂ ਚੈੱਕ ਕੀਤੀਆਂ ਕਿ ਸੂਰਦਾਸ ਦਾ ਪੂਰਾ ਸ਼ਬਦ ਹੈ। ਦੇਖੋ ਬੇਟਾ, ਸਿਧਾਂਤ ਤੇ ਸਤਿਕਾਰ ਕੀ ਚੀਜ਼ ਹੁੰਦੀ ਹੈ। ਅਸੀਂ ਕਈ ਵਾਰੀ ਕਿਸੇ ਦੀ ਝੂਠੀ ਪ੍ਰਸ਼ੰਸਾ ਵਿੱਚ ਆ ਕੇ ਸਿਧਾਂਤ ਨੂੰ ਡਾਇਲੂਟ ਕਰ ਲਿਆ। ਕੋਈ ਹਿੰਦੂਆਂ ਦੀ ਸਟੇਜ 'ਤੇ ਚਲੇ ਗਏ, ਉੱਥੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਆਪਣੇ ਸਿਧਾਂਤ ਗੜਬੜ ਕਰ ਲਿਆ, ਕਿਸੇ ਹੋਰ ਸਟੇਜ 'ਤੇ ਚਲੇ ਗਏ ਆਪਣਾ ਉਹਨਾਂ ਨੂੰ ਖੁਸ਼ ਕਰਨ ਵਾਸਤੇ, ਕਿਤੇ ਚਾਰ ਪੈਸੇ ਲੈਣ ਵਾਸਤੇ ਸਿਧਾਂਤ ਛੱਡ ਦਿੰਦੇ ਹਾਂ, ਕਿਤੇ ਮਾਣ ਹੋ ਜਾਏਗਾ ਸਾਰਾ ਸਨਮਾਨ ਹੋ ਜਾਏਗਾ, ਸਿਧਾਂਤ ਛੱਡ ਦਿੰਦੇ ਹਾਂ। ਸੂਰਦਾਸ ਬਹੁਤ ਵੱਡੇ ਸੰਤ ਸਨ, ਪਰ ਭਗਤ ਕ੍ਰਿਸ਼ਨ ਜੀ ਦੇ ਸਨ, ਉਂਝ ਰੱਬ ਤੱਕ ਪਹੁੰਚ ਗਏ ਸਨ। ਰੱਬ ਤੱਕ ਪੁੱਜੇ ਵੀ ਨੇ, ਕ੍ਰਿਸ਼ਨ ਦੇ ਭਗਤ ਵੀ ਨੇ। ਗੁਰੂ ਅਰਜਨ ਦੇਵ ਜੀ ਨੇ ਸਤਿਕਾਰ ਵੀ ਕਰਨਾ, ਪਰ ਉਹਦੀ ਵਿਚਾਰਧਾਰਾ ਆਈਡੀਆਲੋਜੀ ਨਹੀਂ ਲੈਣੀ। ਪੂਰੇ ਇੱਕ ਸ਼ਬਦ ਵੀ ਨਹੀਂ ਚਲਾਇਆ, ਇੱਕ ਲਾਈਨ ਜਿਹੜੀ ਰੱਬ ਦੀ ਸਿਫਤ ਵਾਲੀ ਸੀ ਉਹ ਲੈ ਲਈ। ਇਹ ਹੈ ਗੁਰੂ ਗ੍ਰੰਥ ਸਾਹਿਬ, ਇੱਕ ਲਾਈਨ ਲੈ ਲਈ, ਛਾੜ ਮਨ ਹਰੀ ਵਿਮੁਖਨ ਕੋ ਸੰਤ। ਇਹ ਮਨ ਪਰਮਾਤਮਾ ਤੋਂ ਜਿਹੜੇ ਬੇਮੁਖ ਨੇ ਉਹਨਾਂ ਦਾ ਸਾਥ ਛੱਡਦੇ, ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਨੂੰ ਛੱਡਦੇ। ਇਹਦੇ ਵਿੱਚ ਕੋਈ ਕ੍ਰਿਸ਼ਨ ਜੀ ਦੀ ਭਗਤੀ ਦਾ ਰਤਾ ਭਰ ਵੀ ਲੇਪ ਨਹੀਂ ਹੋਇਆ, ਪਰਮਾਤਮਾ ਦੀ ਗੱਲ ਹੋਈ। ਔਰ ਮਨੁੱਖ ਨੂੰ ਸੂਰਦਾਸ ਜੀ ਦਾ ਉਪਦੇਸ਼, ਸੂਰਦਾਸ ਦਾ ਸਤਿਕਾਰ ਵੀ ਕਰ ਦਿੱਤਾ, ਉਹਦਾ ਵਿਚਾਰ ਨਹੀਂ ਲਿਆ। ਕਬੀਰ ਸਾਹਿਬ ਦਾ ਸ਼ਬਦ ਹੈ ਇੱਕ, ਗੌੜੀ ਰਾਗ ਵਿੱਚ ਹੈ। ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹਿਲਾ ਪੰਜਵਾਂ, ਸ਼ਬਦ ਕਬੀਰ ਜੀ ਦਾ ਹੈ, ਪਰ ਕਹਿੰਦੇ ਇਹਦੇ ਨਾਲ ਕੁਝ ਮਿਲਾ ਕੇ ਗੁਰੂ ਅਰਜਨ ਦੇਵ ਜੀ ਨੇ ਵੀ ਕੁਝ ਤੁਕਾਂ ਐਡ ਕਰ ਦਿੱਤੀਆਂ ਨੇ ਇਹਦੇ 'ਚ। ਕਿਉਂ ਕਰ ਦਿੱਤੀਆਂ ਨੇ? ਤਾਂ ਕਿ ਸ਼ਬਦ ਬਹੁਤ ਸਪਸ਼ਟ ਹੋ ਜਾਵੇ। ਭੈਰੂ ਰਾਗ ਵਿੱਚ ਨਾ ਗੁਰੂ ਅਰਜਨ ਉੱਤੇ ਲਿਖਿਆ ਮਹਿਲਾ ਪੰਜਵਾਂ, ਥੱਲੇ ਜਾਓਗੇ ਤਾਂ ਕਬੀਰ ਸਾਹਿਬ ਦਾ ਨਾਮ ਆ ਜਾਏਗਾ ਸ਼ਬਦ ਵਿੱਚ। ਸ਼ਬਦ ਕਿਹੜਾ ਹੈ? ਜੋ ਪਾਥਰ ਕੋ ਕਹਿਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਣੀ ਪਾਏ ਤਾਂ ਕਿ ਕਾਲ ਜਾਈਦਾ ਹੈ। ਸ਼ਬਦ ਦੇ ਅਖੀਰ 'ਚ ਕਬੀਰ ਆ ਗਿਆ। ਇਹ ਕੀ ਮਤਲਬ ਹੋਇਆ? ਉੱਤੋਂ ਲੱਗਦਾ ਗੁਰੂ ਅਰਜਨ ਦੇਵ ਅਤੇ ਥੱਲੇ ਕਬੀਰ ਸਾਹਿਬ। ਔਰ ਇਹ ਨਹੀਂ ਕਿ ਕਬੀਰ ਸਾਹਿਬ ਦੇ ਸੰਬੰਧ ਵਿੱਚ ਲਿਖ ਦਿੱਤਾ ਕਿ ਕਬੀਰ ਜੀ ਨੇ ਕੀਤਾ ਜਾਂ ਕਬੀਰ ਰੱਬ ਦੇ ਭਗਤ ਸਨ, ਨਹੀਂ, ਕੋ ਕਬੀਰ ਹੀ ਲਿਖਿਆ, ਕਬੀਰ ਆਖਦਾ ਹੈ।
ਇਹਦਾ ਭਾਵ ਇਹ ਵਿਚਾਰ ਕਬੀਰ ਸਾਹਿਬ ਦੇ ਨੇ, ਉਹਦੀ ਲੈਂਗੁਏਜ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਦੀ ਹੈ, ਭਾਸ਼ਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ। ਇੱਕ ਇੱਕ ਚੀਜ਼ ਇਤਨੀ ਸੁਣ ਕੇ ਲਿਖੀ ਹੈ ਕਿ ਬੰਦੇ ਮਨੁੱਖ ਦੀ ਬੁੱਧੀ ਹਜ਼ਾਰ ਬੰਦਾ ਵੀ ਲਗਾ ਦਈਏ ਇਹੋ ਜਿਹੀ ਐਡੀਟਿੰਗ ਨਹੀਂ ਕਰ ਸਕਦਾ, ਜੋ ਗੁਰੂ ਗ੍ਰੰਥ ਸਾਹਿਬ ਦੀ ਐਡੀਟਿੰਗ ਦਾ ਕਮਾਲ ਹੈ। ਅਸੀਂ ਯੂਨੀਵਰਸਿਟੀਆਂ ਦੇ ਵਿੱਚ ਕੋਰਸ ਵੀ ਬਣਾਉਂਦੇ ਹਾਂ, ਜਿਹੜੀ ਕਿਤਾਬ ਲਿਖ ਲਈਦੀ ਹੈ ਜਦੋਂ ਛਪ ਜਾਂਦੀ ਹੈ ਫਿਰ ਪਤਾ ਲੱਗਦਾ ਇਹਦੇ 'ਚ ਕਮਜ਼ੋਰੀਆਂ ਕਿਹੜੀਆਂ ਕਿਹੜੀਆਂ ਨੇ, ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਗ੍ਰੰਥ ਸਾਹਿਬ 'ਚ ਭੁੱਲਾਂ ਨਹੀਂ ਹਨ, ਕਿਤੇ ਵੀ ਭੁੱਲ ਨਹੀਂ, ਇੱਕ ਰਤਾ ਭਰ ਵੀ ਉਕਾਈ ਨਹੀਂ ਹੈ, ਹਰ ਚੀਜ਼ ਇਤਨੀ ਵਿਵਸਥਾ ਵਿੱਚ ਹੈ। ਇੱਕ ਸ਼ਬਦ ਹੈ ਉਹ ਸੋਠ ਵਿੱਚ ਵੀ ਢੁੱਕਦਾ ਸੀ ਅਤੇ ਗੌੜੀ 'ਚ ਵੀ ਢੁੱਕਦਾ ਸੀ, ਉਹਦੇ ਨਾਲ ਲਿਖਿਆ ਗੌੜੀ ਵੀ ਸੋਠ ਵੀ, ਗੌੜੀ 'ਚ ਵੀ ਗਾਲੋ ਸੋਠ ਵਿੱਚ ਵੀ ਗਾਲੋ, ਖੁੱਲ੍ਹ ਹੈ ਇਸ ਸ਼ਬਦ, ਇਹ ਦੋਵਾਂ ਵਿੱਚ ਹੀ ਜੰਮ ਜਾਏਗਾ ਇਹ ਸ਼ਬਦ, ਦੋਵਾਂ ਤਰਾਗਾਂ ਚੰਗਾ ਲੱਗੇਗਾ। ਸਿਰਲੇਖ ਦੇ ਦਿੱਤਾ ਗੌੜੀ ਵੀ ਸੋਠ ਵੀ, ਕੋਈ ਹੋਰ ਗ੍ਰੰਥਕਾਰ ਹੁੰਦਾ ਉਹਨੇ ਕਿਹਾ ਲਿਖਣ ਦੀ ਕੀ ਲੋੜ ਹੈ, ਜੇ ਲੋੜ ਹੈ ਦੋਵਾਂ ਇੱਥੇ ਦੋਵਾਂ ਜਗ੍ਹਾ 'ਤੇ ਲਿਖ ਦਿੰਦੇ ਹਾਂ। ਇਤਨੀ ਬਾਰੀਕ ਬਾਰੀਕੀ ਦੀ ਇਹਦੀ ਲਿਖਾਵਟ ਹੈ, ਜਿਹੜਾ ਇਹਦਾ ਲਿਖਾਈ ਦਾ ਕਾਰਜ ਹੈ ਉਹ ਇਤਨਾ ਬਾਰੀਕੀ ਨਾਲ ਕੀਤਾ ਹੋਇਆ, ਕਿਤੇ ਵੀ ਰਤਾ ਭਰ ਕੋਈ ਸ਼ੰਕੇ ਦੀ ਗੁੰਜਾਇਸ਼ ਨਹੀਂ ਹੈ। ਫਿਰ ਬੇਟਾ ਜੇ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿ ਸਾਡਾ ਧਰਮ ਗ੍ਰੰਥ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਮਿਲਦਾ ਹੈ, ਉਹ ਕਹੇਗਾ ਸਾਡੇ 'ਚ ਵੀ ਮਿਲਦਾ। ਕਿਸੇ ਵੀ ਧਰਮ ਗ੍ਰੰਥ ਦਾ ਚਲੋ ਉਪਦੇਸ਼ 'ਤੇ ਸਰਬ ਸਾਂਝਾ ਹੋਏਗਾ, ਸਰੂਪ ਸਰਬ ਸਾਂਝਾ ਨਹੀਂ ਹੈ, ਸਰੂਪ ਨਹੀਂ ਸਰਬ ਸਾਂਝਾ। ਕੁਰਾਨ ਦੇ ਵਿੱਚ ਕਿਸੇ ਗੈਰ ਮੁਸਲਮਾਨ ਸੰਤ ਦੀ ਵਾਰੀ ਨਹੀਂ ਹੈ, ਬਾਈਬਲ ਦੇ ਵਿੱਚ ਗੈਰ ਯਹੂਦੀ ਅਤੇ ਗੈਰ ਈਸਾਈ ਦੀ ਕੋਈ ਰਚਨਾ ਨਹੀਂ ਹੈ, ਵੇਦਾਂ ਵਿੱਚ ਅਵੈਦਿਕ ਲੋਕਾਂ ਦਾ ਜਿਹੜੇ ਵੇਦ ਨੂੰ ਨਾ ਮੰਨਣ ਵਾਲੇ ਕਿਸੇ ਰਿਸ਼ੀ ਦਾ ਕੋਈ ਸ਼ਬਦ ਨਹੀਂ ਹੈ, ਬੁੱਧਾਂ ਦੇ ਗ੍ਰੰਥਾਂ ਵਿੱਚ ਸਿਰਫ ਬੁੱਧ ਦੇ ਵਚਨ ਹਨ, ਜੈਨੀਆਂ ਦੇ ਗ੍ਰੰਥਾਂ ਵਿੱਚ ਜੈਨ ਜਿਹੜੇ ਤੀਰਥੰਕਰ ਹੋਏ ਨੇ ਉਹਨਾਂ ਦੇ ਮਹਾਂਪੁਰਸ਼ ਹੋਏ ਨੇ ਉਹਨਾਂ ਦੇ ਵਚਨ ਨੇ, ਗੁਰੂ ਗ੍ਰੰਥ ਸਾਹਿਬ ਦਾ ਤਾਂ ਸਰੂਪ ਹੀ ਸਰਬ ਸਾਂਝਾ ਹੈ ਨਾ। ਇੱਥੇ ਕਬੀਰ ਸਾਹਿਬ ਬੈਠੇ ਨੇ, ਬਾਬਾ ਫਰੀਦ ਸਾਹਿਬ ਵਰਗੇ ਮੁਸਲਮਾਨ ਬੈਠੇ ਨੇ, ਪੂਰੇ ਸ਼ਰ੍ਹਾਂ ਨੂੰ ਮੰਨਣ ਵਾਲੇ, ਪੰਜ ਵਕਤ ਦੀਆਂ ਨਮਾਜ਼ਾਂ ਕਰਨ ਵਾਲੇ, ਇਹ ਨਹੀਂ ਬੁੱਲੇ ਸ਼ਾਹ ਵਰਗਾ ਘਟੀਆ ਜਿਹਾ ਬੰਦਾ ਲੈ ਲਿਆ ਹੈ, ਧਿਆਨ ਰੱਖਣਾ ਕਿ ਬੁੱਲੇ ਸ਼ਾਹ ਗਾ ਗਾ ਕੇ ਸਿੱਖ ਕਲਚਰ ਨਸ਼ਟ ਕਰ ਦਿੱਤਾ ਇਹਨਾਂ ਲੋਕਾਂ ਨੇ, ਇਹਨਾਂ ਨੂੰ ਹੋਰ ਕੋਈ ਲੱਭਦਾ ਹੀ ਨਹੀਂ। ਪੰਜਾਬੀ ਦੇ ਜਿੰਨੇ ਗਾਇਕ ਆਉਂਦੇ ਨੇ ਉਹ ਐਡੀ ਵੱਡੀ ਗੁਰੂ ਪਰੰਪਰਾ, ਇੰਨੇ ਗੁਰੂ ਗ੍ਰੰਥ ਸਾਹਿਬ ਦੇ ਉਪਕਾਰੀ ਸ਼ਬਦ, ਇਹ ਨਹੀਂ ਸਮਝ ਆਉਂਦੇ ਬੁੱਲੇ ਨਹੀਂ ਚੱਕ ਲੈਣਗੇ। ਬੁੱਲਾ ਸ਼ਾਹ ਹੁਸੈਨ ਇਹੋ ਜਿਹੇ ਬੰਦਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨਹੀਂ ਆਉਣ ਦਿੱਤੀ, ਕਿਉਂ? ਕਿਉਂਕਿ ਇਹ ਆਪਣੀ ਆਪਣੇ ਧਰਮ 'ਚ ਪੱਕੇ ਨਹੀਂ ਸਨ, ਸ਼ਰੀਅਤ 'ਚ ਪੱਕੇ ਨਹੀਂ ਸਨ, ਇਸ਼ਾਰਾ 'ਚ ਪੱਕੇ ਨਹੀਂ ਸਨ। ਉਸ ਮੁਸਲਮਾਨ ਫਕੀਰ ਦੀ ਬਾਣੀ ਚੜ੍ਹਾਈ ਜਿਹੜਾ ਪੰਜ ਵੇਲੇ ਦੀਆਂ ਨਮਾਜ਼ਾਂ ਕਰਨ ਵਾਲਾ ਸੀ, ਜਿਹੜਾ ਸਾਰੇ ਕਰਮ ਇਸਲਾਮ ਵਾਲੇ ਕਰਦਾ ਸੀ, ਰੋਜ਼ੇ ਵੀ ਕਰਦਾ ਸੀ, ਹੱਜ ਵਿੱਚ ਵੀ ਵਿਸ਼ਵਾਸ ਸੀ, ਜਿਹੜਾ ਜ਼ਕਾਤ ਵੀ ਦਿੰਦਾ ਸੀ, ਜਿਹੜਾ ਨਮਾਜ਼ ਵੀ ਕਰਦਾ ਸੀ, ਉਸ ਮੁਸਲਮਾਨ ਦੀ ਬਾਣੀ ਚੜ੍ਹਾਈ। ਫਿਰ ਤੁਸੀਂ ਦੇਖਦੇ ਹੋ ਵੀ ਭਾਰਤ ਦੇ ਵੱਖ ਵੱਖ ਦੇਸ਼ਾਂ ਜੈਦੇਵ ਕ੍ਰਿਸ਼ਨ ਭਗਤ ਹੈ, ਰੱਬ ਦੀ ਬੰਦਗੀ ਵਾਲੇ ਉਹਦੇ ਪਦ ਜਿਹੜੇ ਨੇ ਉਹ ਚੜ੍ਹਾ ਦਿੱਤੇ। ਗੀਤ ਗੋਬਿੰਦ ਨੇ ਕ੍ਰਿਸ਼ਨ ਜੀ ਦੀ ਸਿਫਤ ਲਿਖੀ ਹੋਈ ਹੈ, ਪਰ ਉਹਦੇ ਜਿਹੜੇ ਰੱਬ ਦੀ ਸਿਫਤ ਵਾਲੇ ਸ਼ਬਦ ਸਨ ਉਹ ਵੀ ਲੈ ਲੈ, ਰਾਮਾਨੰਦ ਜੀ ਵੀ ਲੈ ਲੈ, ਜਿਹਨਾਂ ਨੂੰ ਸੰਨਿਆਸੀਆਂ ਦਾ ਸੰਨਿਆਸ ਦਾ ਸੰਸਥਾਪਕ ਜਿਹੜਾ ਉਹਨੂੰ ਆਰਗੇਨਾਈਜ਼ ਕਰਨ ਵਾਲਾ, ਉਹਨੂੰ ਉਹਦੀ ਫਾਊਂਡੇਸ਼ਨ ਰੱਖਣ ਵਾਲਾ ਹੈ, ਉਹਦੀ ਬਾਣੀ ਵੀ ਲੈ ਲਈ। ਲਈ ਉਤਨੀ ਜਿਤਨੀ ਪ੍ਰਮਾਣਿਤ ਹੈ, ਜਿਹੜੀ ਉਹਨਾਂ ਦੇ ਵਿਚਾਰ ਨਾਲ ਮਿਲਦੀ ਹੈ, ਔਰ ਬਿਲਕੁਲ ਹੂ ਬਹੂ ਵਿਚਾਰ ਨਾਲ ਮਿਲਦੀ। ਫਿਰ ਜਿੱਥੇ ਕੋਈ ਡਾਊਟ ਸੀ ਨਾ, ਡਾਊਟ ਪੈ ਸਕਦਾ ਸੀ, ਉੱਥੇ ਨਾਲ ਆਪਣੀ ਕਮੈਂਟਰੀ ਐਡ ਕਰ ਦਿੱਤੀ ਹੈ। ਕੱਲ੍ਹ ਵੀ ਗੱਲ ਕੀਤੀ ਸੀ ਬਾਬਾ ਫਰੀਦ ਸਾਹਿਬ ਦੇ ਸਲੋਕਾਂ ਦੇ ਨਾਲ, ਉਸ ਨੂੰ ਐਕਸਪਲੇਨ ਕਰਨ ਵਾਸਤੇ ਆਪਣੀ ਬਾਣੀ ਮਹਾਰਾਜ ਜੀ ਨੇ ਲਾ ਦਿੱਤੀ ਹੈ। ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਰਤੀ ਰਤ ਨਾ ਨਿਕਲੇ ਜੇ ਤਨ ਚੀਰੈ, ਰਤ ਦਾ ਮਤਲਬ ਹੁੰਦਾ ਬਲੱਡ, ਰਤੀ ਥੋੜ੍ਹਾ ਜਿਹਾ, ਰਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਈ, ਜੋ ਤਨ ਰਤੇ ਰੱਬ ਸੀ ਉਹ ਤਿੰਨ ਤਨ ਰਤ ਨਾ। ਕਹਿੰਦੇ ਜਿਹੜੇ ਪਰਮਾਤਮਾ ਦੇ ਰੰਗ ਵਿੱਚ ਰੰਗੇ ਗਏ, ਉਹਦੀ ਭਗਤੀ 'ਚ ਲੱਗ ਗਏ,
ਜਿਨ੍ਹਾਂ ਨੇ ਧਿਆਨ ਉਹਦੇ ਨਾਲ ਲਾ ਲਿਆ ਉਹਨਾਂ ਵਿੱਚ ਬਲੱਡ ਨਹੀਂ ਹੁੰਦਾ। ਉਹ ਕਹਿੰਦੇ ਜੇ ਤੁਸੀਂ ਉਹਨਾਂ ਦਾ ਸਰੀਰ ਕੱਟੋਗੇ ਨਾ ਤਾਂ ਰਤਾ ਵੀ ਬਲੱਡ ਨਹੀਂ ਨਿਕਲਣਾ, ਥੋੜ੍ਹਾ ਜਿੰਨਾ ਬਲੱਡ ਵੀ ਨਹੀਂ ਨਿਕਲਣਾ। ਰਤੀ ਦਾ ਮਤਲਬ ਥੋੜ੍ਹਾ ਜਿਹਾ, ਬਹੁਤ ਘੱਟ, ਇੱਕ ਡਰੋਪ ਵੀ ਨਹੀਂ ਨਿਕਲੇ। ਹੁਣ ਇਹ ਤਾਂ ਬੜਾ ਵੱਡਾ ਮਿਸ਼ਨਰੀਆਂ ਵਾਸਤੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਆਲੋਚਨਾ ਦਾ ਬਹੁਤ ਹੀ ਵੱਡਾ ਇਹ ਬਣ ਜਾਣਾ ਹਥਿਆਰ। ਉਹ ਛੱਡੋ ਜੀ, ਗੁਰੂ ਗ੍ਰੰਥ ਸਾਹਿਬ 'ਚ ਤਾਂ ਬੜੀਆਂ ਗਲਤ ਗੱਲਾਂ ਲਿਖੀਆਂ। ਇਹ ਕਿਵੇਂ ਹੋ ਸਕਦਾ ਕਿ ਸਰੀਰ 'ਚੋਂ ਖੂਨ ਹੀ ਨਾ ਨਿਕਲੇ? ਬਾਬਾ ਫਰੀਦ ਸਾਹਿਬ ਨੇ ਪਤਾ ਸੀ ਕਿ ਬਲੱਡ ਤਾਂ ਰਹੇਗਾ ਸਰੀਰ 'ਚ ਜਦੋਂ ਤੱਕ ਜਿਉਂਦਾ ਹੈ ਸਰੀਰ, ਖੂਨ ਰਹਿਣਾ ਹੀ। ਗੁਰੂ ਸਾਹਿਬ ਜੀ ਨੇ ਮਿਸ਼ਨਰੀਆਂ ਨੂੰ ਕੋਈ ਮੌਕਾ ਨਹੀਂ ਦਿੱਤਾ, ਇਹ ਤਾਂ ਅਸੀਂ ਦੇ ਰਹੇ ਹਾਂ ਨਾ ਇਹਨਾਂ ਨੂੰ। ਸਾਡੇ ਭਰਾ ਜਿਹੜੇ ਆ ਜਾਂਦੇ ਤੁਸੀਂ ਭਾਸ਼ਣ ਦੇ ਜੋ, ਕਿਉਂਕਿ ਪਤਾ ਹੀ ਨਹੀਂ ਵਿਚਾਰਿਆਂ ਨੂੰ, ਪ੍ਰਬੰਧਕਾਂ ਨੂੰ, ਵੀ ਇਹਨਾਂ ਨੇ ਕੀ ਬੋਲਦੇ ਨੇ, ਕੀ ਖੇ ਖੁਆਰੀ ਇਹ ਬਾਣੀ ਦੀ ਅਤੇ ਸਿੱਖ ਇਤਿਹਾਸ ਦੀ ਕਰਦੇ ਨੇ। ਕਿਉਂਕਿ ਕੋਈ ਡੈਡੀਕੇਸ਼ਨ ਉਸ ਕਿਸਮ ਦੀ ਹੈ ਹੀ ਨਹੀਂ ਨਾ, ਗੁਰੂ ਨਾਲ ਲਗਾ ਨਹੀਂ, ਕਿ ਗੁਰੂ ਦੀ ਉਸਤ ਹੋਣੀ ਚਾਹੀਦੀ ਹੈ, ਨਿੰਦਿਆ ਨਹੀਂ ਹੋਣੀ ਚਾਹੀਦੀ। ਬਾਬਾ ਫਰੀਦ ਸਾਹਿਬ ਦੀ ਇਸ ਦੁੱਖ ਦੇ ਨਾਲ ਗੁਰੂ ਜੀ ਨੇ ਕਮੈਂਟਰੀ ਲਾਈ ਹੈ ਆਪਣੀ, ਮਹਿਲਾ ਤੀਜਾ, ਗੁਰੂ ਅਮਰਦਾਸ। ਇਹ ਤਨ ਸਭੋ ਰਤ ਹੈ, ਸਰੀਰ ਬਲੱਡ ਬਿਨਾਂ ਨਹੀਂ ਹੋ ਸਕਦਾ, ਸਾਰੇ ਸਰੀਰ ਵਿੱਚ ਹੀ ਖੂਨ ਹੈ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਬਲੱਡ ਤੋਂ ਬਿਨਾਂ ਸਰੀਰ ਥੋੜ੍ਹਾ ਹੋਏਗਾ। ਬਾਬਾ ਫਰੀਦ ਜੀ ਨੂੰ ਨਹੀਂ ਸਮਝਾ ਰਿਹਾ, ਮਿਸ਼ਨਰੀਆਂ ਨੂੰ ਤੇ ਸਾਡੇ ਵਰਗਿਆਂ ਨੂੰ ਸਮਝਾ ਰਹੇ। ਉਹ ਮੂਰਖਾ ਕਿਤੇ ਇਹ ਨਾ ਸਮਝ ਪਈ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਵੀ ਇਹ ਬਾਬਾ ਫਰੀਦ ਸਾਹਿਬ ਨੇ ਕੀ ਕਹਿ ਦਿੱਤਾ, ਕਿਹੜੇ ਬਲੱਡ ਦੀ ਬਾਤ ਫਰੀਦ ਸਾਹਿਬ ਕਰ ਰਹੇ ਨੇ ਉਹ ਦੱਸ। ਕਹਿੰਦੇ ਬਲੱਡ ਤਾਂ ਰਹੇਗਾ ਔਰ ਹੈ, ਸਾਰੇ ਸਰੀਰ 'ਚ ਹੀ ਹੈ। ਜੋ ਤਨ ਰਤੇ ਰੱਬ ਸਿਓ, ਫਿਰ ਤਨ ਲੋਭ ਰਤ ਨਾ ਹੋਏ। ਜਿਹੜੇ ਪਰਮਾਤਮਾ ਦੇ ਰੰਗ ਵਿੱਚ ਰੰਗੇ ਗਏ ਫਰੀਦ ਸਾਹਿਬ ਆਖਦੇ ਜੇ, ਉਹਨਾਂ ਵਿੱਚ ਲਾਲਚ ਦਾ ਵਾਲਾ ਖੂਨ ਨਹੀਂ ਹੋਏਗਾ, ਘਟੀਆ ਗੰਦਾ ਖੂਨ ਨਹੀਂ ਹੋਏਗਾ, ਬੇਈਮਾਨੀ ਵਾਲਾ ਖੂਨ ਨਹੀਂ ਹੋਏਗਾ, ਹੱਕ ਹਲਾਲ ਦੀ ਕਿਰਤ ਵਾਲਾ ਸਾਫ ਪਵਿੱਤਰ ਖੂਨ ਹੋਣਾ ਚਾਹੀਦਾ। ਫਿਰ ਕਹਿੰਦੇ ਨੇ ਕਿ ਇਹ ਜਿਹੜਾ ਇਹ ਬਲੱਡ ਹੈ, ਜਿਹੜਾ ਗੰਦਾ ਬਲੱਡ ਹੈ, ਇਹ ਰਿਮੂਵ ਕਿਵੇਂ ਹੋ ਸਕਦਾ, ਦੂਰ ਕਿਵੇਂ ਹੋ ਸਕਦਾ? ਫਰੀਦ ਸਾਹਿਬ ਨੇ ਕਿਵੇਂ ਦੂਰ ਕੀਤਾ ਜਿਹੜਾ ਕਹਿੰਦੇ ਹੁੰਦਾ ਹੀ ਨਹੀਂ ਹੈ? ਉਹ ਕਹਿੰਦੇ ਨੇ ਕਿ ਭੈ ਭੈ ਤਨ ਖੀਣ ਹੋਏ। ਜਦੋਂ ਗੁਰੂ ਦਾ ਡਰ ਮੰਨਦੇ ਹਾਂ, ਰੱਬ ਦਾ ਡਰ ਮੰਨਦੇ ਹਾਂ, ਭੈ ਭੈ ਤਨ ਖੀਣ ਹੋਏ, ਸਰੀਰ ਦੀਆਂ ਜਿਹੜੀਆਂ ਇੱਛਾਵਾਂ ਨੇ ਇਹ ਕਮਜ਼ੋਰ ਹੋ ਜਾਂਦੀਆਂ ਨੇ, ਵੀਕ ਹੋ ਜਾਂਦੀਆਂ। ਕਿਹੜੀਆਂ ਇੱਛਾਵਾਂ ਨੇ ਜਿਹੜੀਆਂ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਆਸਾ, ਤ੍ਰਿਸ਼ਨਾ, ਬੜੀਆਂ ਬਿਮਾਰੀਆਂ ਨੇ ਜੁੜੀਆਂ ਹੋਈਆਂ। ਕਹਿੰਦੇ ਇਹ ਕਮਜ਼ੋਰ ਪੈ ਜਾਂਦੀਆਂ ਨੇ, ਜਿਉਂ ਜਿਉਂ ਇਹ ਕਮਜ਼ੋਰ ਪੈਂਦੀਆਂ ਨੇ ਤੇ ਖੂਨ ਪਵਿੱਤਰ ਹੋ ਜਾਂਦਾ, ਉਹ ਗੰਦਾ ਖੂਨ ਰਹਿੰਦਾ ਕੋਈ ਨਹੀਂ। ਭੈ ਭੈ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ ਉਹ ਬਲੱਡ, ਜਿਹੜਾ ਲੋਭ ਲਾਲਚ ਕਾਰਨ ਬਣਿਆ ਸੀ ਉਹ ਖਤਮ ਹੋ ਜਾਂਦਾ, ਅਤੇ ਮਨੁੱਖ ਜਿਹੜਾ ਹੈ ਉਹਦੀ ਸੋਲ ਪਵਿੱਤਰ ਹੋ ਜਾਂਦੀ ਹੈ, ਉਹਦਾ ਸਾਰਾ ਸਰੀਰ ਹੀ ਜਿਹੜਾ ਹੈ ਉਹ ਪਵਿੱਤਰ। ਕਿੰਨੀ ਸੁੰਦਰ ਵਿਆਖਿਆ ਕਰ ਦਿੱਤੀ ਮਹਾਰਾਜ ਜੀ ਨੇ, ਇਸ ਤਰ੍ਹਾਂ ਵਿਆਖਿਆ ਕਰ ਦਿੱਤੀ ਬਾਣੀ ਦੀ, ਜਿੱਥੇ ਜਿੱਥੇ ਕਿਤੇ ਲੋੜ ਸੀ ਕੋਈ ਸੰਸਾ ਨਹੀਂ ਰਹਿਣ ਦਿੱਤਾ, ਭਰਮ ਨਹੀਂ ਰਹਿਣ ਦਿੱਤਾ। ਬਹੁਤ ਟੂਕਾਂ ਨੇ ਪਹਿਰਿਆਂ ਕਿਆ ਕਰ ਗਾਵਣਾ, ਇਹਦੀ ਕਿਉਂ ਨੇ ਇਹਨੂੰ ਕਿਸ ਤਰੀਕੇ ਨਾਲ ਗਾਓਗੇ, ਇਹ ਵੀ ਲਿਖਦਾ ਪਹਿਰਿਆਂ ਕਿਆ ਕਰ ਗਾਵਣਾ, ਏਕ ਸਵਾਨ ਕਹਿ ਕਰ ਗਾਵਣਾ, ਏਕ ਸਵਾਨ ਦੋ ਸਵਾਨੀ ਨਾਲ ਉਸ ਨਾਲ ਸ਼ਬਦ ਨੂੰ ਰਿਲੇਟ ਕਰ ਰਹੇ। ਗਾਣਾ ਕਿਵੇਂ ਹੈ, ਧੁਨੀ ਕਿਹੜੀ ਵਰਤਣੀ ਹੈ? ਇਸੇ ਗ੍ਰੰਥ ਵਿੱਚ ਇਤਨੀਆਂ ਡਾਇਰੈਕਸ਼ਨ ਹੈ ਨੇ। ਸੂਰਦਾਸ ਦੀ ਬਾਣੀਆਂ ਉਹਨੇ 'ਤੇ ਵੀ ਰਾਗ ਚੜ੍ਹੇ ਨੇ, ਮੀਰਾਬਾਈ ਦੀ ਬਾਣੀਆਂ ਉਹਨੇ 'ਤੇ ਵੀ ਰਾਗ ਚੜ੍ਹੇ ਨੇ। ਪਹਿਲੀ ਗੱਲ ਤਾਂ ਰਾਗ ਦੀ ਇਤਨੀ ਵਰਾਇਟੀ ਕਿਸੇ ਗ੍ਰੰਥ 'ਚ ਨਹੀਂ ਰਹੀ। ਸੂਰਦਾਸ ਤਾਂ ਥੋੜ੍ਹੇ ਜਿਹੇ ਜ਼ਿਆਦਾਤਰ ਸਾਰੰਗ, ਕਿਉਂਕਿ ਸਾਰੰਗ ਕ੍ਰਿਸ਼ਨ ਜੀ ਦੇ ਇਲਾਕੇ ਦਾ ਸੀ ਜ਼ਿਆਦਾ। ਗੁਰੂ ਗ੍ਰੰਥ ਸਾਹਿਬ ਵਿੱਚ ਇਤਨੇ ਰਾਗ ਹਨ, ਇਤਨੇ ਰਾਗ ਹਨ। ਔਰ ਦੇਖੋਗੇ ਤੁਸੀਂ ਗੁਰੂ ਸਾਹਿਬ ਦੇ ਕਾਲ ਵਿੱਚ ਜਿਹੜਾ ਕਲਿਆਣ ਰਾਗ ਹੈ, ਮੁਸਲਮਾਨੀ ਜ਼ੋਰ ਪੈ ਗਿਆ, ਮੁਸਲਮਾਨੀ ਜ਼ੋਰ ਪੈ ਗਿਆ, ਉਹਨਾਂ ਨੇ ਕਲਿਆਣ ਦਾ ਨਾਮ ਬਦਲ ਕੇ ਯਮਨ ਕਰ ਦਿੱਤਾ। ਯਮਨ ਹੁੰਦਾ ਮੁਸਲਮਾਨ, ਮੁਸਲਮਾਨੀ ਰਾਜ ਬਣਾ ਦਿੱਤਾ ਉਹਨਾਂ ਨੇ, ਅਤੇ ਸਾਰਾ ਹਿੰਦੁਸਤਾਨ ਗੁਲਾਮ ਹੋ ਗਿਆ। ਸਾਰੇ ਪੰਡਿਤ ਅੱਜ ਕੱਲ੍ਹ ਅੱਜ ਤੱਕ ਯਮਨ ਗਾਉਂਦੇ ਨੇ, ਗੁਲਾਮ ਹੋ ਗਏ ਨਾ।
ਗੁਰੂ ਜੀ ਨੇ ਰਾਗ ਦੀ ਆਜ਼ਾਦੀ ਸੁਤੰਤਰਤਾ ਉਹਦੀ ਪਵਿੱਤਰਤਾ ਇਸ ਤਰ੍ਹਾਂ ਬਚਾਈ ਕਿ ਗੁਰੂ ਗ੍ਰੰਥ ਸਾਹਿਬ ਜੀ ਯਮਨ ਨਹੀਂ ਚੜਾਇਆ, ਕਲਿਆਣ ਚੜਾਇਆ। ਉਹਨਾਂ ਦੇ ਟਾਈਮ ਤੱਕ ਜਿਹੜਾ ਕਲਿਆਣ ਹੈ ਉਹ ਯਮਨ ਹੋ ਚੁੱਕਾ ਹੈ, ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਹੈ ਉਹਦਾ ਸ਼ੁੱਧ ਉਹਦੀ ਪਵਿੱਤਰਤਾ ਜਿਹੜੀ ਕਿਸੇ ਗੁਲਾਮੀ ਕਾਰਨ ਉਹਦੀ ਅਪਵਿੱਤਰਤਾ ਆਈ ਉਹ ਨਹੀਂ ਚੜਾਈ, ਪਵਿੱਤਰਤਾ ਚੜਾਈ। ਫਿਰ ਰਾਗ ਮਾਲਾ ਲਿਖ ਦਿੱਤੀ, ਕਿੱਡੀ ਗਿਆਤਾ ਸੀ, ਨਵਾਂ ਸਿਸਟਮ ਸੰਗੀਤ ਹੈ। ਮੇਰੀ ਰਾਗ ਮਾਲਾ ਹੈ ਨਾ ਬੇਟਾ, ਇਹ ਰਾਗ ਮਾਲਾਵਾਂ ਬਹੁਤ ਨੇ। ਗੁਰੂ ਸਾਹਿਬ ਦੇ ਵੇਲੇ ਚਾਰ ਪੰਜ ਜਿਹੜੇ ਰਾਗ ਦੇ ਸਿਸਟਮ ਸਨ ਉਹ ਪ੍ਰਚਲਿਤ ਸਨ। ਭਗਤ ਮਤ ਸੀ, ਹਨੂੰਮਾਨ ਮਤ ਸੀ, ਸ਼ਿਵ ਮਤ ਸੀ, ਕਾਲੀਨਾਥ ਮਤ ਸੀ। ਕੋਈ ਮਤ ਇਸ ਰਾਗ ਮਾਲਾ ਇਸ ਸਿਸਟਮ ਨਾਲ ਨਹੀਂ ਮਿਲਦਾ। ਇਹ ਆਪਣਾ ਸਿਸਟਮ ਹੈ ਗੁਰੂ ਸਾਹਿਬ ਦਾ। ਇਹਦੀ ਖੂਬਸੂਰਤੀ ਇਹ ਕਿ ਆਪਣਾ ਸਿਸਟਮ ਹੈ ਮਹਾਰਾਜ ਜੀ ਨੇ ਦਿੱਤਾ ਹੈ। ਰਾਗ ਰਾਗ 'ਚ ਇੰਨੇ ਚਮਤਕਾਰ ਕੀਤੇ ਹੋਏ ਨੇ, ਤਿੰਨ ਤਿੰਨ ਰਾਗ ਮਿਲਾ ਦਿੱਤੇ ਨੇ। ਬਸੰਤ ਨਾਲ ਹਿੰਡੋਲ ਮਿਲਾ ਦਿੱਤਾ ਹੈ ਔਰ ਊਟ ਪਟਾਂਗੇ ਨਹੀਂ ਮਿਲਾਏ। ਜਿਹਦੀ ਪ੍ਰਕਿਰਤੀ ਜਿਹਦਾ ਸੁਭਾਅ ਮਿਲਦਾ ਉਹ ਹੀ ਮਿਲਾਇਆ। ਇਹ ਨਹੀਂ ਕਿ ਭੈਰਵੀ ਦੇ ਵਿੱਚ ਪੂਰੀ ਅਤਨਾਸ਼ੀ ਵਾਰਦੇ ਨਾ, ਬੜੇ ਸਿਸਟਮ 'ਚ ਜਿਹੜੀ ਪ੍ਰਕਿਰਤੀ ਮਿਲਦੀ ਸੀ ਉਹ ਦੇਖੋ। ਰਾਗ ਆਸਾਵਰੀ ਆਸਾ 'ਚ ਲਿਖ ਦਿੱਤਾ ਹੈ, ਨਾਲ ਕੀ ਲਿਖਿਆ ਸੁਧੰਗ। ਆਸਾਵਰੀ ਦੋ ਪ੍ਰਕਾਰ ਦੀ ਸੀ, ਕੋਮਲ ਰੇ ਨਾਲ ਵੀ ਗਾਈ ਜਾਂਦੀ ਸੀ, ਸ਼ੁੱਧ ਨਾਲ ਵੀ ਗਾਈ ਜਾਂਦੀ ਸੀ, ਜਿਹੜੀ ਬਹੁਤੀ ਪ੍ਰਚਲਿਤ ਹੁਣ ਵੀ ਗਾਉਂਦੇ ਹਾਂ। ਕੱਲ੍ਹ ਵੀ ਰਾਗੀ ਸਿੰਘ ਕੀਰਤਨ ਵੇਲੇ ਆਸਾਵਰੀ ਦੇ ਕੁਝ ਸ਼ਬਦ ਉਹਨਾਂ ਪੜ੍ਹੇ ਨੇ, ਛੱਕੇ ਵੀ ਲਾਏ ਨੇ ਆਸਾਵਰੀ 'ਚ। ਸ਼ੁੱਧ ਅੰਗ ਬਿਲਕੁਲ ਹਰ ਜਗ੍ਹਾ 'ਤੇ ਹਦਾਇਤ ਦੇ ਦਿੱਤੀ ਹੈ, ਸਿੱਖ ਡਾਊਟ ਵਿੱਚ ਨਾ ਰਹੇ। ਇਤਨੇ ਗੁਰੂ ਗ੍ਰੰਥ ਸਾਹਿਬ ਪਰਫੈਕਟ ਹਨ। ਗੁਰੂ ਜਿਹੜਾ ਹੈ ਉਹ ਤੇ ਗੁਰੂ ਨਾਨਕ ਸਾਹਿਬ ਸ਼ਬਦ ਦੇ ਅਵਤਾਰ ਨੇ। ਇਹ ਨਾ ਸਮਝਣਾ ਇਹ ਉਹਨਾਂ ਦਾ ਸਰੀਰ ਸ਼ੁਰੂ 'ਚ ਕਾਇਆ ਸੀ ਅਤੇ ਕਾਇਆ ਮਰਨਸ਼ੀਲ ਕਾਇਆ ਸੀ, ਨਹੀਂ। ਗੁਰੂ ਨਾਨਕ ਸਮੁੱਚਾ ਸ਼ਬਦ ਹੈ, ਗੁਰੂ ਨਾਨਕ ਸ਼ਬਦ ਹੈ। ਉਹਨਾਂ ਦੀ ਬਾਣੀ ਅਤੇ ਉਹਨਾਂ ਦੁਆਰਾ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਵਾਨਿਤ ਕੀਤੀ ਹੈ ਅਗਲੇ ਸਰੂਪਾਂ 'ਚ ਆ ਕੇ, ਪੰਚਮ ਪਾਤਸ਼ਾਹ ਦੇ ਸਰੂਪ 'ਚ ਆ ਕੇ, ਫਿਰ ਦਸਵੇਂ ਪਾਤਸ਼ਾਹ ਦੇ ਸਰੂਪ 'ਚ ਆ ਕੇ, ਜੋ ਬਾਣੀ ਚੜ੍ਹਾਈ ਹੈ ਇਹ ਸਾਰੀ ਦੀ ਸਾਰੀ ਇੱਕ ਸੰਪੂਰਨ ਗੁਰੂ ਹੈ। ਜੋ ਸ਼ਕਤੀਆਂ ਗੁਰੂ ਦੇ ਸਰੀਰ ਕੋਲ ਸਨ, ਕਿਹੜੀਆਂ ਸ਼ਕਤੀਆਂ? ਕੌੜਾ ਰੀਠਾ ਮਿੱਠਾ ਕਰ ਸਕਦਾ ਹੈ, ਖੂਨਖਾਰ ਜਿਹੜੇ ਜਾਨਵਰ ਨੇ ਉਹ ਬੱਕਰੀ ਭੇਡ ਵਰਗੇ ਬਣ ਜਾਣ ਗੁਰੂ ਦੇ ਦਰਸ਼ਨ ਕਰਕੇ, ਸ਼ੇਰ ਚੀਤੇ ਇਤਿਹਾਸਿਕ। ਰਾਕਸ਼ਸ ਜਿਹੜੇ ਨੇ ਉਹ ਸੰਤ ਬਣ ਗਏ, ਠੱਗੀਆਂ ਮਾਰਨ ਵਾਲੇ ਠੱਗ ਜਿਹੜੇ ਸਿਰ ਧਰਮ ਦੇ ਪ੍ਰਚਾਰਕ ਬਣ ਗਏ। ਕੋਈ ਬਹੁਤਾ ਉਪਦੇਸ਼ ਨਹੀਂ ਦਿੱਤਾ, ਆਹ ਕਲਾਸਿਸ ਅਟੈਂਡ ਕਰਦੇ ਨੂੰ ਇੱਥੇ ਸਮਝਾਵਾਂਗੇ, ਇਹ ਕੁਛ ਨਹੀਂ। ਇੱਕ ਸ਼ਬਦ ਬੋਲਿਆ ਅਤੇ ਉਹ ਠੱਗ ਜਿਹੜਾ ਸੀ, ਜਿਹੜਾ ਲੋਕਾਂ ਨੂੰ ਮਾਰ ਮਾਰ ਕੇ ਪੈਸੇ ਖੋਹਦਾ ਸੀ, ਉਹ ਧਰਮ ਦਾ ਪ੍ਰਚਾਰਕ ਬਣ ਗਿਆ। ਉਸੇ ਇਲਾਕੇ ਵਿੱਚ ਕਿਹਾ ਧਰਮ ਦਾ ਪ੍ਰਚਾਰ ਕਰ, ਜਿੱਥੇ ਲੋਕਾਂ ਨੂੰ ਮਾਰਦਾ ਸੀ ਉੱਥੇ ਹੀ ਉਸਨੇ ਆਪਣਾ ਡੇਰਾ ਕਾਇਮ ਕਰਕੇ ਅਤੇ ਧਰਮ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਜਾ ਕੇ ਕਾਬਾ ਘੁਮਾ ਦਿੱਤਾ ਸੀ, ਜਿਨ੍ਹਾਂ ਨੇ ਬਗਦਾਦ ਵਿੱਚ ਆਪਣੀ ਵਿਚਾਰਧਾਰਾ ਦੇ ਝੰਡੇ, ਬਗਦਾਦ ਉਸ ਵੇਲੇ ਕੀ ਹੈ, ਇਸਲਾਮ ਦਾ ਸੈਂਟਰ ਵਿਚਾਰਧਾਰਾ ਦਾ, ਜਿਹੜੀ ਇਸਲਾਮ ਦੀ ਆਈਡੀਆਲੋਜੀ ਹੈ, ਇਸਲਾਮ ਦੀ ਵਿਆਖਿਆ ਹੈ, ਉਹ ਬਗਦਾਦ ਦੇ ਏਰੀਏ 'ਚ ਬਹੁਤ ਹੀ ਹੋਈ। ਉਹ ਇਸਲਾਮ ਦੇ ਸੈਂਟਰ ਵਿੱਚ ਝੰਡਾ ਲਾ ਦਿੱਤਾ ਆਪਣੀ ਵਿਚਾਰਧਾਰਾ ਦਾ, ਉੱਥੇ ਦੱਸ ਦਿੱਤਾ ਜਾ ਕੇ ਸੱਤ ਆਕਾਸ਼ ਸੱਤ ਪਤਾਲ ਨਹੀਂ ਹਨ, ਪਾਤਾਲਾਂ ਪਾਤਾਲ ਲੱਖ ਅਗਾਸਾਂ। ਔਰ ਦਰਸ਼ਨ ਕਰਾ ਦਿੱਤੇ ਫੜ ਕੇ, ਬਾਜੀ ਨੂੰ ਕਹਿੰਦੇ ਰਿਹਾ ਜਿਹੜੇ ਮੁੰਡੇ ਨੂੰ ਦਰਸ਼ਨ ਸੈਰ ਕਰਾ ਲਿਆਉਂਦੇ ਹਾਂ, ਸੈਰ ਕਰਵਾ ਦਿੱਤੀ ਉਸਨੂੰ, ਲੱਖਾਂ ਪਾਤਾਲ ਲੱਖਾਂ ਆਕਾਸ਼ ਮਿੰਟਾਂ ਵਿੱਚ ਦਿਖਾ ਦਿੱਤੇ। ਉਹ ਹੀ ਸ਼ਕਤੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਨ। ਕਿਉਂ? ਕਿਉਂਕਿ ਅਸ਼ੁੱਧਤਾ ਵੜਨੀ ਹੋਈ ਨਹੀਂ ਨਾ। ਜੋ ਗੁਰੂ ਦੇ ਕੋਲ ਜਿਹੜੀ ਸ਼ਕਤੀ ਸੀ ਸ਼ਬਦ ਦੀ, ਸਿੱਧਾ ਨੇ ਪੁੱਛਿਆ ਕਿਹੜੀ ਸ਼ਕਤੀ ਤੁਹਾਨੂੰ ਇੱਥੇ ਲੈ ਕੇ ਕੌਣ ਆਇਆ, ਕਿਵੇਂ ਪਹੁੰਚੇ ਹੋ? ਅਸੀਂ ਤਾਂ ਬੜੇ ਸਾਧਕ ਹਾਂ, ਅਸੀਂ ਤਾਂ ਉੱਡ ਕੇ ਪਹੁੰਚ ਜਾਵਾਂਗੇ, ਕਿਤੇ ਵੀ ਪਹੁੰਚ ਸਕਦੇ ਹਾਂ, ਤੁਸੀਂ ਕਿਵੇਂ ਪਹੁੰਚ ਗਏ? ਉਹਨਾਂ ਨੇ ਕਿਹਾ ਸ਼ਬਦ ਦੀ ਸ਼ਕਤੀ ਇੱਥੇ ਲੈ ਆਈ ਹੈ। ਉਹ ਸ਼ਬਦ ਦੀ ਸ਼ਕਤੀ ਜਿਹੜੀ ਹੈ ਉਹਨਾਂ ਦੀ ਸਾਰੀ ਦਸ ਜਾਮਿਆਂ ਵਿੱਚ ਜਿਹੜੀ ਸ਼ਕਤੀ ਸੀ, ਉਹ ਸਾਰੀ ਦੀ ਸਾਰੀ ਉਹੀ ਸ਼ਕਤੀ ਭਗਤਾਂ ਵਿੱਚ ਵਰਤਦੀ ਸੀ। ਇੱਕ ਸਵਾਲ ਤੁਹਾਡੇ ਮਨ 'ਚ ਕਿਤੇ ਪੈਦਾ ਹੋ ਸਕਦਾ ਹੈ
ਭਗਤਾਂ ਦੀ ਬਾਣੀ ਵੀ ਗੁਰੂ ਸਾਹਿਬ ਦੀ ਬਾਣੀ ਦੀ ਤੁਲ ਹੈ, ਅਸੀਂ ਮੱਥਾ ਟੇਕਦੇ ਹਾਂ। ਫਿਰ ਭਗਤ ਦੇ ਗੁਰੂ 'ਚ ਫਰਕ ਕੀ ਹੈ? ਜਦੋਂ ਉਹਨਾਂ ਦੀ ਬਾਣੀ ਵੀ ਗੁਰੂ ਦੀ ਬਾਣੀ ਜਿੱਡੀ ਹੋਈ ਹੈ ਅਤੇ ਭਗਤ ਦੇ ਉਹਦੇ 'ਚ ਫਰਕ ਕੀ ਹੈ? ਫਰਕ ਬੇਟਾ, ਜਿਹੜਾ ਜੁਗਤੀ ਦਾ ਅਧਿਕਾਰ ਹੈ ਭਗਤ ਕੋਲ ਨਹੀਂ, ਜੋਤ ਵਿੱਚ ਪੂਰਨ ਹੈ। ਉਹਨਾਂ ਉੱਚਾ ਉਸੇ ਜੋਤ ਵਿੱਚ ਭੇਦ ਹੈ ਜਿੱਥੇ ਗੁਰੂ ਨਾਨਕ ਸਾਹਿਬ ਭੇਦ। ਗੁਰੂ ਨਾਨਕ ਸਾਹਿਬ ਨੇ ਨੂੰ ਰੱਬ ਨੇ ਅਧਿਕਾਰ ਦਿੱਤਾ ਹੋਇਆ ਹੈ, ਤੂੰ ਨਾਮ ਅੰਮ੍ਰਿਤ ਪੀਤਾ ਅਤੇ ਸੰਸਾਰ ਨੂੰ ਨਾਮ ਅੰਮ੍ਰਿਤ ਪਿਆ। ਜਿਸ ਨੂੰ ਤੂੰ ਬਖਸ਼ਿਆ ਉਸਨੂੰ ਮੈਂ ਬਖਸ਼ਿਆ, ਜਿਸ 'ਤੇ ਤੇਰੀ ਕਿਰਪਾ ਉਸ 'ਤੇ ਮੇਰੀ ਕਿਰਪਾ। ਗੁਰੂ ਨਾਨਕ ਰੱਬ ਦਾ ਪੂਰੇ ਅਧਿਕਾਰ ਲੈ ਕੇ ਇਸ ਜਗਤ 'ਚ ਆਇਆ ਹੈ, ਭਗਤ ਜੋਤ ਕਰਕੇ ਉਹਦੇ ਵਿੱਚ ਮਿਲਿਆ ਹੈ। ਪਰ ਭਗਤ ਕੋਲ ਉਹ ਅਧਿਕਾਰ, ਉਹ ਸ਼ਕਤੀ ਗੁਰੂ ਵਾਲੀ ਨਹੀਂ ਹੈ। ਜੋਤ ਵਿੱਚ ਪੂਰਨ ਹੈ, ਜੁਗਤੀ ਵਿੱਚ ਨਹੀਂ, ਵਿਧੀ ਵਿੱਚ ਨਹੀਂ। ਭਗਤ ਕਬੀਰ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਵੱਧ ਸਖਤ ਸ਼ਬਦਾਂ ਵਿੱਚ ਜਾਤ ਪਾਤ ਦਾ ਨਿਖੇਧ ਕਰਦੇ ਨੇ, ਪਰ ਜਾਤ ਪਾਤ ਤੋਂ ਮੁਕਤ ਕੋਈ ਸਮਾਜ ਨਹੀਂ ਬਣਾ ਸਕੇ, ਸਮਾਜ ਨਹੀਂ ਬਣਿਆ, ਕਮਿਊਨਿਟੀ ਨਹੀਂ ਬਣਾ ਸਕੇ, ਆਰਗੇਨਾਈਜ਼ ਨਹੀਂ ਕਰ ਸਕੇ ਲੋਕਾਂ ਨੂੰ ਜਿਹੜਾ ਜਾਤ ਪਾਤ ਤੋਂ ਰਹਿਤ ਹੋ। ਗੁਰੂ ਸਾਹਿਬ ਨੇ ਜਾਤ ਪਾਤ ਤੋਂ ਮੁਕਤ ਸਮਾਜ ਖੜਾ ਕਰ ਦਿੱਤਾ। ਕਿਉਂ? ਕਿਉਂਕਿ ਉਹਨਾਂ ਕੋਲ ਅਧਿਕਾਰ ਹੈ, ਉਹਨਾਂ ਕੋਲ ਇਕੱਲੀ ਜੋਤ ਨਹੀਂ, ਉਹਨਾਂ ਕੋਲ ਜੁਗਤੀ ਵੀ ਹੈ। ਇਹ ਫਰਕ ਹੈ। ਭਗਤ ਜਿਹੜੇ ਨੇ ਉਹ ਜੋਤ ਕਰਕੇ ਪੂਰਨ ਨੇ, ਜੁਗਤੀ ਕਰਕੇ ਗੁਰੂ ਨਾਨਕ ਸਾਹਿਬ ਔਰ 10 ਪਾਤਸ਼ਾਹੀ ਨੇ ਜਿੱਤੇ, ਉਹ ਅਧਿਕਾਰ ਉਹਨਾਂ ਪਾਸ ਨਹੀਂ ਹਨ। ਗੁਰੂ ਨਾਨਕ ਇਸ ਸੰਸਾਰ ਵਿੱਚ ਸਾਰੀਆਂ ਦੈਵੀ ਸ਼ਕਤੀਆਂ ਨਾਲ ਆਏ ਨੇ, ਜਿਸ ਨੂੰ ਚਾਹੋ ਉਤਾਰ ਦੇ ਔਰ ਜੋ ਵੀ ਆਇਆ ਸੰਪਰਕ 'ਚ ਸਭ ਉਤਾਰ ਦਿੱਤਾ। ਕੋਈ ਭੇਦਭਾਵ ਤਾਂ ਕੀਤਾ ਹੀ ਨਹੀਂ, ਜੋ ਵੀ ਆਇਆ ਸਾਰੇ ਦੇ ਸਾਰੇ ਮਹਾਰਾਜ ਜੀ ਨੇ ਤਾਰ ਦਿੱਤੇ। ਅੱਜ ਅਰਦਾਸਾਂ ਕਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਜੋਤ ਦੇ ਸਾਹਮਣੇ, ਸਾਨੂੰ ਕਦੇ ਕਦੇ ਲੱਗਦਾ ਰੋਜ਼ ਹੀ ਅਰਦਾਸਾਂ ਕਰੀ ਜਾਂਦੇ ਹਾਂ, ਕੋਈ ਇਹ ਪੂਰੀਆਂ ਪਾਰੀਆਂ ਤਾਂ ਹੁੰਦੀਆਂ ਹੀ ਨਹੀਂ। ਪਹਿਲਾਂ ਤਾਂ ਪੂਰੀਆਂ ਕਿਉਂ ਨਹੀਂ ਹੁੰਦੀਆਂ ਸੁਣ ਲਓ। ਪੂਰਨ ਧਿਆਨ ਕਦੇ ਸੰਗਤ ਦਾ ਜੁੜਿਆ ਹੈ? ਸੰਗਤ ਪਤਾ ਕੀ ਸੋਚਦੀ ਹੈ? ਮੈਂ ਜੇ ਅਰਦਾਸ ਵੀ ਕਰਾਉਣੀ ਹੈ ਨਾ, ਅਤੇ ਮੈਂ ਸੋਚਣਾ ਅਰਦਾਸੀ ਸਿੰਘ ਨੇ ਅਰਦਾਸ ਕਰਨੀ ਹੈ। ਅਰਦਾਸ ਤਾਂ ਸਿਰਫ ਅਰਦਾਸੀ ਸਿੰਘ ਦੀ ਹੋ ਗਈ, ਸੰਗਤ ਤਾਂ ਸੁਰਤੀ ਲਾਈ ਨਹੀਂ ਉਹਦੇ 'ਚ। ਪ੍ਰਵਾਨ ਵਾਲਾ ਜਿਹਦੀ ਅਰਦਾਸ ਹੋ ਰਹੀ ਹੈ ਉਹਦਾ ਵੀ ਧਿਆਨ ਹੋਰ ਪਾਸੇ, ਉਹਨਾਂ ਇਹਨਾਂ ਨੇ ਕਾਂਧੀ ਕੀਤੀ, ਬਸ ਆਪਾਂ ਨੇ ਫਾਰਮੈਲਿਟੀ ਪੂਰੀ ਕਰਨੀ ਹੈ, ਅਸਲ ਪੈਸੇ ਦੇ ਦਿੱਤੇ ਨੇ ਉਹ ਕਰ ਦੇਣਗੇ, ਭੇਟਾਂ ਦੇ ਦਿੱਤੀ ਹੈ। ਕੌਣ ਸੁਣੇ ਅਰਦਾਸ, ਕਿਹਦੀ ਸੁਣੇ? ਜਿੱਥੇ ਵੀ ਸੰਗਤ ਦੀ ਸੁਰਤ ਅਰਦਾਸ ਵਿੱਚ 5% ਵੀ ਲੱਗ ਜਾਏ, ਉਹ ਅਰਦਾਸ ਪੂਰੀ ਹੋਵੇਗੀ ਔਰ ਤੁਰੰਤ ਹੋਵੇਗੀ, ਹੋ ਹੀ ਨਹੀਂ ਸਕਦਾ ਨਾ ਪੂਰੀ ਹੋਵੇ। ਮੈਂ ਦੂਜੇ ਲੋਕਾਂ ਦੀ ਬਾਤ ਨਹੀਂ ਕਰਦਾ, ਜੋ ਕਰਾਮਾਤਾਂ ਮੈਂ ਸਾਹਿਬ ਦੀਆਂ ਦੇਖੀਆਂ ਨੇ ਉਹਨਾਂ ਦੀ ਗੱਲ ਸੱਚੀ ਗੱਲ ਕਰਾਂਗਾ, ਝੂਠ ਬਿਲਕੁਲ ਨਹੀਂ ਬੋਲਣਾ। ਦੂਸਰੇ ਸਿੱਖ ਨੂੰ ਬੋਲਣਾ ਹੀ ਨਹੀਂ ਚਾਹੀਦਾ। ਬੇਟਾ, ਮੈਂ ਭੋਪਾਲ ਰਹਿੰਦਾ ਸੀ, ਮੈਨੂੰ ਮੈਂ ਐਮ ਏ 'ਚ ਪੜ੍ਹਦਾ ਸੀ ਅਤੇ ਭੋਪਾਲ ਗੁਰਦੁਆਰਾ ਸਿੰਘ ਸਭਾ ਟੀ ਟੀ ਨਗਰ, ਉੱਥੇ ਮੈਨੂੰ ਕਹਿਣ ਲੱਗੇ ਵੀ ਅਸੀਂ ਇੱਥੇ ਤੁਹਾਨੂੰ ਗ੍ਰੰਥੀ ਦੇ ਤੌਰ 'ਤੇ ਨਹੀਂ, ਲੈਕਚਰਰ ਇਨ ਗੁਰਮਤ ਦਾ ਡੈਜੀਗਨੇਸ਼ਨ ਦੇ ਕੇ ਕਲਾਸ 2 ਦੀ ਤਨਖਾਹ ਦੇਵਾਂਗੇ, ਤੁਸੀਂ ਸਾਡੇ ਕੋਲ ਆ ਜਾਓ। ਮੈਂ 13 ਸਾਲ ਉੱਥੇ ਸੇਵਾ ਕੀਤੀ। ਗੁਰਦੁਆਰਾ ਸਾਹਿਬ ਦੀ ਸੈਕਰੇਟਰੀ ਜਨਰਲ ਸਕੱਤਰ ਡਾਕਟਰ ਕੁਲਦੀਪ ਸਿੰਘ ਹੁੰਦੇ ਸੀ, ਬਹੁਤ ਸ਼ਰੀਫ ਆਦਮੀ ਸਨ, ਬੜੇ ਵਧੀਆ ਬੰਦੇ, ਸੱਜਣ ਪੁਰਸ਼। ਮੌਲਾਨਾ ਆਜ਼ਾਦ ਕਾਲਜ ਆਫ ਟੈਕਨੋਲੋਜੀ MACT, ਉੱਥੇ ਪ੍ਰੋਫੈਸਰ ਸਨ ਇਲੈਕਟ੍ਰੋਨਿਕਸ ਦੇ। ਉੱਥੋਂ ਰਿਟਾਇਰ ਹੋ ਕੇ ਫਿਰ ਗੁਰੂ ਤੇਗ ਬਹਾਦਰ ਇੰਜੀਨੀਅਰਿੰਗ ਕਾਲਜ ਸਿੱਖਾਂ ਦਾ, DGPC ਦਾ ਦਿੱਲੀ, ਉੱਥੇ ਰਹੇ ਨੇ। ਫਿਰ ਉਸ ਤੋਂ ਬਾਅਦ ਚੰਡੀਗੜ੍ਹ ਗਰੁੱਪ ਆਫ ਇੰਜੀਨੀਅਰਿੰਗ ਕਾਲਜ, ਉਹਨਾਂ 'ਚ ਰਹੇ ਨੇ। ਹੁਣ ਰਿਟਾਇਰ ਆਪਣਾ ਘਰ ਮੋਹਾਲੀ 'ਚ ਰਹਿ ਰਹੇ। 82 ਜਾਂ 83 ਵਿੱਚ ਕੁਛ ਪ੍ਰੋਬਲਮ ਸਰੀਰ 'ਚ ਆਈ, ਡਾਕਟਰਾਂ ਨੇ ਓਪਰੇਸ਼ਨ ਕਰਤਾ ਵੀ ਇਹ ਕੋਈ ਗਲੈਂਡ ਵਧਿਆ ਹੋਇਆ, ਕੱਢ ਦਿੱਤਾ। ਉਹ ਓਪਰੇਸ਼ਨ ਤੋਂ ਬਾਅਦ ਇੱਕਦਮ ਇਹ ਚੀਜ਼ ਜਿਹੜੀ ਇੱਥੇ ਅਸਰ ਹੋ ਗਿਆ, ਡਾਕਟਰਾਂ ਨੂੰ ਖਤਰਾ ਹੋਇਆ, ਉਹ ਕਹਿਣ ਲੱਗੇ ਵੀ
ਹੁਣ ਤੁਸੀਂ ਟਾਟਾ ਹੋਸਪਿਟਲ ਬੰਬਈ ਚਲੇ ਜਾਓ ਕੈਂਸਰ ਦਾ ਹਸਪਤਾਲ, ਉਸ ਵੇਲੇ ਤਾਂ ਇਹ ਹੀ ਨਾਮੀ ਹਸਪਤਾਲ ਸੀ ਕੈਂਸਰ ਦਾ, ਉੱਥੇ ਚਲੇ ਜਾਓ। ਉੱਥੇ ਚਲੇ ਗਏ, ਟੈਸਟ ਕੀਤਾ, ਕਹਿੰਦੇ ਕੈਂਸਰ ਨਹੀਂ ਬਹੁਤ ਡੈਡਲੀ ਕੈਂਸਰ ਹੈ ਜਿਹਦਾ ਕੋਈ ਇਲਾਜ ਨਹੀਂ ਹੋ ਸਕਦਾ। ਔਰ ਕੈਂਸਰ ਕਿਹੜੀ ਸਟੇਜ 'ਤੇ ਹੈ? ਫੋਰਥ ਸਟੇਜ 'ਤੇ। ਫਿਰ ਹੈਰਾਨੀ ਦੀ ਗੱਲ ਕਿ ਉਹੋ ਜਿਹਾ ਕੈਂਸਰ ਜਿਹੜਾ ਨੌਨ ਸਮੋਕਰ ਹੈ ਉਸਨੂੰ ਹੁੰਦਾ ਵੀ ਨਹੀਂ। ਉਹਨਾਂ ਦੀ ਰਿਪੋਰਟ ਜਿਹੜੀ ਸੀ ਭੋਪਾਲ ਵਿੱਚ ਇੱਕ ਬਹੁਤ ਵੱਡੇ ਗੁਰਮੁਖ ਪੁਰਸ਼ ਨੇ, ਮੈਂ ਇਹੋ ਜਿਹਾ ਗੁਰਮੁਖ ਪੁਰਸ਼ ਮੈਂ ਆਪਣੀ ਲਾਈਫ 'ਚ ਨਹੀਂ ਦੇਖਿਆ ਹੋਰ ਕੋਈ। ਉਹ ਉਸ ਵੇਲੇ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਹੁੰਦੇ ਸਨ। ਉਹ ਰਿਪੋਰਟ, ਕਿਉਂਕਿ ਹੁਣ ਉਹ ਬੜੇ ਕੰਸਰਨਡ ਸਨ ਵੀ ਇਹ ਯੰਗ ਆਦਮੀ ਇਤਨਾ ਇੰਟੈਲੀਜੈਂਟ ਔਰ ਇਤਨਾ ਵਧੀਆ ਸਿੱਖ ਜਿਹੜਾ ਹੈ ਇਹ ਬਿਮਾਰ ਹੋ ਗਿਆ, ਅਤੇ ਉਹਨਾਂ ਹੀ ਸਾਰਾ ਪ੍ਰਬੰਧ ਕਰਵਾਇਆ ਸੀ, ਉਹਨਾਂ ਦਾ ਸਰਕਾਰ ਤੋਂ ਖਰਚਾ ਦਵਾਇਆ ਅਤੇ ਉਹਨਾਂ ਦਾ ਇਲਾਜ ਦਾ ਸਾਰਾ ਪ੍ਰਬੰਧ ਕਰਦਾ। ਡਾਕਟਰ ਕੁਲਦੀਪ ਸਿੰਘ ਜੀ ਦਾ ਬ੍ਰਦਰ ਇਨ ਲਾ ਬੋਂਬੇ ਤੋਂ ਜਦੋਂ ਰਿਪੋਰਟ ਲੈ ਕੇ ਜਿਸ ਦਿਨ ਆਇਆ ਮੈਂ ਡਾਕਟਰ ਸਾਹਿਬ ਨੂੰ ਮਿਲਣ ਗਿਆ ਹੋਇਆ ਸੀ। ਡਾਕਟਰ ਸੰਤੋਖ ਸਿੰਘ ਨੂੰ ਮੈਂ ਪਿਤਾ ਸਮਾਨ ਹਨ ਮੇਰੇ, ਮੈਂ ਉਹਨਾਂ ਨੂੰ ਮਿਲਣ ਜਾਂਦਾ। ਆਫਿਸ ਤੋਂ ਆਏ, ਆ ਕੇ ਪੁੱਛਦੇ ਕੁਲਦੀਪ ਅਤੇ ਕੁਲਦੀਪ ਸਿੰਘ ਦੇ ਭਰਾ ਨੇ ਆਉਣਾ ਸੀ, ਰਿਪੋਰਟ ਲੈ ਕੇ ਆਇਆ ਬੋਂਬੇ ਤੋਂ? ਹਾਂਜੀ ਆ ਗਈ ਰਿਪੋਰਟ। ਦਿਖਾਈ, ਕਹਿੰਦੇ ਡੈਥ ਸਰਟੀਫਿਕੇਟ ਹੈ। ਬਹੁਤ ਉਹਨਾਂ ਨੇ ਝੋਰਾ, ਇਤਨਾ ਯੰਗ ਆਦਮੀ, ਇਤਨਾ ਚੰਗਾ, ਬੱਚੇ ਛੋਟੇ ਛੋਟੇ ਹਨ, ਵਾਈਫ ਜਵਾਨ ਹੈ, ਇਹ ਤਾਂ ਦੁੱਖ ਭੋਗ ਕੇ ਚਲਾ ਜਾਏਗਾ, ਬੱਚਿਆਂ ਦਾ ਪਿੱਛੇ ਕੀ ਬਣੇਗਾ। ਉਸ ਵੇਲੇ ਦੋ ਤਿੰਨ ਡਾਕਟਰ ਮਿੱਤਰ ਉਹਨਾਂ ਦੇ ਆਸ ਪਾਸ ਮਿਸ਼ਰਾ ਜੀ ਯਾਦ ਹੁੰਦੇ ਸਨ, ਉਹ ਵੀ ਆਏ, ਸਾਰਿਆਂ ਨੂੰ ਕਹਿਣ ਦੇਖੋ ਇਹ ਰਿਪੋਰਟ, ਬਹੁਤ ਅਫਸੋਸ ਹੈ, ਬੜਾ ਅੱਛਾ ਬੰਦਾ ਹੈ। ਮੈਂ ਆਉਣ ਲੱਗਾ, ਮੈਨੂੰ ਕਹਿਣ ਲੱਗੇ ਪ੍ਰਸ਼ਾਦ ਛੱਕ ਕੇ ਜਾਣਾ ਹੈ, ਕਿਉਂਕਿ ਜਾਈਦਾ ਸੀ ਮੇਰੇ, ਪ੍ਰਸ਼ਾਦ ਛਕਣ ਤੋਂ ਬਿਨਾਂ ਨਹੀਂ ਸੀ ਆਉਣ ਦਿੰਦੇ। ਕਹਿੰਦੇ ਤੁਸੀਂ ਇਕੱਲੇ ਹੋ ਘਰ, ਪ੍ਰਸ਼ਾਦ ਛੱਕ ਕੇ ਜਾਓ। ਪ੍ਰਸ਼ਾਦ ਛਕਣ ਲੱਗਿਆ ਮੈਂ ਕਿਹਾ ਡਾਕਟਰ ਸਾਹਿਬ ਇਹਨਾਂ ਗੁਰੂ ਘਰ ਦੇ ਸੇਵਕ ਕਾਰਨ ਸੇਵਾ ਕੀਤੀ ਹੈ ਨਹੀਂ, ਅਤੇ ਗੁਰਦੁਆਰਾ ਵਿੱਚ ਅਖੰਡ ਪਾਠ ਸਾਹਿਬ ਰੱਖੀਏ। ਮੈਨੂੰ ਕਹਿਣ ਲੱਗੇ ਅਖੰਡ ਪਾਠ ਸਾਹਿਬ ਨਾ ਰੱਖੋ, ਸਹਿਜ ਪਾਠ ਸ਼ੁਰੂ ਕਰ ਰੱਖੋ। ਅਗਲੇ ਦਿਨ ਐਤਵਾਰ ਸੀ, ਸੰਗਤ ਵਿੱਚ ਅਸੀਂ ਅਨਾਊਂਸ ਕੀਤਾ ਵੀ ਡਾਕਟਰ ਕੁਲਦੀਪ ਸਿੰਘ ਜੀ ਸੀਰੀਅਸ ਬਿਮਾਰ ਹਨ, ਉਹਨਾਂ ਵਾਸਤੇ ਸਹਿਜ ਪਾਠ ਰੱਖਣਾ ਹੈ। ਸਹਿਜ ਪਾਠ ਭੇਟਾਂ ਵਾਲੇ ਪਾਠੀ ਨਹੀਂ ਕਰਨਗੇ, ਸੰਗਤ ਮਿਲ ਕੇ ਕਰੇਗੀ। ਜਿਨ੍ਹਾਂ ਜਿਨ੍ਹਾਂ ਮਾਈਆਂ ਬੀਬੀਆਂ ਨੇ ਭਾਗ ਲੈਣਾ ਹੋਵੇ ਉਹ ਨਾਮ ਲਿਖਾ ਦਿਓ, ਟਾਈਮ ਦੱਸ ਦਿਓ, ਅਸੀਂ 15 ਦਿਨਾਂ ਸਮਾਪਤੀ ਕਰਨੀ। ਬੜੇ ਪਿਆਰ ਨਾਲ ਸੰਗਤ ਨੇ ਪਾਠ ਕੀਤਾ, 15 ਦਿਨ 'ਚ ਸਮਾਪਤੀ ਹੋਈ। ਜਿਹੜੀ ਡੇਟ ਉਹਨਾਂ ਨੂੰ ਮਹੀਨੇ ਕੋ ਬਾਅਦ ਦੀ ਦਿੱਤੀ ਹੋਈ ਸੀ ਉਹਨਾਂ ਨੇ ਕਿ ਇਸ ਤਾਰੀਖ ਨੂੰ ਆਓ, ਤੁਹਾਨੂੰ ਐਡਮਿਟ ਕੀਤਾ ਜਾਏਗਾ ਹੋਸਪਿਟਲ 'ਚ। ਗਏ ਜਾਂਦਿਆਂ ਟੈਸਟ ਕੀਤਾ, ਉਹ ਕਹਿੰਦੇ ਕੁਛ ਨਹੀਂ, ਇਹ ਤਾਂ ਪਹਿਲੀ ਸਟੇਜ 'ਤੇ ਕੈਂਸਰ, ਇਹ ਤਾਂ ਕਹਿੰਦੇ ਦਵਾਈਆਂ ਨਾਲ ਅਸੀਂ ਚਾਰ ਦਿਨਾਂ ਤੁਹਾਨੂੰ ਠੀਕ ਕਰ ਦਿਆਂਗੇ, ਇਹ ਤਾਂ ਕੁਛ ਵੀ ਨਹੀਂ, ਇਹ ਤਾਂ ਗੱਲ ਹੀ ਕੁਛ ਨਹੀਂ। ਉਸੇ ਹੋਸਪਿਟਲ ਵਿੱਚ ਉਹ ਕੈਂਸਰ ਜਿਸਦਾ ਕੋਈ ਇਲਾਜ ਨਹੀਂ, ਚੌਥੀ ਸਟੇਜ 'ਤੇ, ਉਹੀ ਕੈਂਸਰ ਪਹਿਲੀ ਸਟੇਜ 'ਤੇ। ਪਿਛਲੇ ਸਾਲ ਭੋਪਾਲ ਤੋਂ ਕਿਸੇ ਸੱਜਣ ਨੇ ਵਿਆਹ, ਉੱਥੇ ਉਹਨਾਂ ਦੇ ਦੋਹਤਰੀ ਦਾ ਵਿਆਹ ਹੈ, ਲੜਕੀ ਉਹਨਾਂ ਦੀ ਚੰਡੀਗੜ੍ਹ ਰਹਿੰਦੀ, ਉੱਥੇ ਫਿਰ ਅਸੀਂ ਕੁਝ ਭੋਪਾਲੀ ਇਕੱਠੇ ਹੋਏ ਪੁਰਾਣੇ, ਅਤੇ ਉੱਥੇ ਡਾਕਟਰ ਕੁਲਦੀਪ ਸਿੰਘ ਵੀ ਆਏ ਸੀ, ਮੇਰੇ ਕੋਲ ਫੋਟੋ ਵੀ ਹੈ, ਦੇਖ ਸਕਦੇ ਹੋ ਤੁਸੀਂ, ਫੋਨ ਕਰਕੇ ਪੁੱਛ ਸਕਦੇ ਹੋ, ਐਂ ਨਾ ਸਮਝਣਾ, ਫੋਨ ਕਰਕੇ ਪੁੱਛ ਲਓ ਤੁਸੀਂ, ਇੱਥੋਂ ਮੇਰੇ ਕੋਲ ਉਹਨਾਂ ਦਾ ਨੰਬਰ ਹੈ। ਸਾਰੇ ਲੋਕਾਂ 'ਚ ਕਹਿਣ ਲੱਗੇ, ਕਹਿੰਦੇ ਆਹ ਬੰਦਾ ਹੈ ਜਿਹਨੇ ਮੇਰੀ ਜਾਨ ਬਚਾਈ ਸੀ, ਇੰਨੇ ਲੋਕਾਂ 'ਚ ਕਹਿਣ ਲੱਗੇ। ਮੈਂ ਕਿਹਾ ਨਹੀਂ, ਉਹ ਤਾਂ ਸੰਗਤ ਨੇ ਬਚਾਈ ਸੀ। ਕਹਿਣ ਲੱਗੇ ਮੈਂ ਕਿੱਥੇ ਹੋਣਾ ਸੀ ਦੁਨੀਆ 'ਚ, ਹੁਣ ਤਾਂ ਰਿਟਾਇਰ ਇੰਨੇ ਸਾਲ ਹੋ ਗਏ ਨੇ, ਰਿਟਾਇਰਡ ਹੋ ਗਏ, ਵਧੀਆ, ਬਿਲਕੁਲ ਠੀਕ ਠਾਕ। ਉਹ ਜਿਹੜੀ ਸੰਗਤ ਨੇ ਅਰਦਾਸ ਪਿਆਰ ਨਾਲ ਕੀਤੀ, ਪਾਠ ਕੀਤਾ, ਉਹਦਾ ਇਹ ਅਸਰ ਹੋਇਆ ਸੀ। ਹੋਰ ਕਹਾਣੀ ਸੁਣਾ ਦੇਵਾਂ, ਉਸੇ ਗੁਰਦੁਆਰੇ ਰਮੇਸ਼ ਨਾਮ ਦਾ ਇੱਕ ਮੁੰਡਾ ਤਬਲਾ ਵਜਾਇਆ ਕਰਦਾ ਸੀ, ਉਹਨਾਂ ਰਾਤ ਨੂੰ ਸ਼ਰਾਬ ਬਹੁਤ ਪੀਂਦਾ ਸੀ, ਸਵੇਰੇ ਉਹਨੇ ਉਹ ਡਿਊਟੀ ਆਉਣਾ ਤਾਂ ਵੀ ਬਦਬੂ ਆਉਣ, ਮੈਂ ਉਹਨੂੰ ਕਿਹਾ ਰਮੇਸ਼ ਇੰਨਾ ਸ਼ਰਾਬ ਨਾ ਪੀ ਲਿਆ। ਕਹਿੰਦਾ ਕਿਆ ਕਰੇ, 14 ਸਾਲ ਸ਼ਾਦੀ ਕੋ ਹੋ ਗਏ ਹੈ, ਬੱਚਾ ਨਹੀਂ ਹੁੰਦਾ। ਕਹਿੰਦੇ ਬਹੁਤ ਘੁੰਮ ਲਿਆ ਹੈ, ਇੱਕ ਵਾਰੀ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਸਤੇ ਗਿਆ, ਕੋਈ ਵੈਦ ਹਕੀਮ ਨਹੀਂ ਛੱਡਿਆ,
ਭੋਪਾਲ ਵਿੱਚ ਡਾਕਟਰ ਬੇਨਾਵਰੀ ਹੁੰਦੇ ਸਨ, ਲੇਡੀਜ਼ ਹੋਸਪਿਟਲ ਦੇ ਹੈੱਡ ਸਨ ਡਾਕਟਰ ਬੇਨਾਵਰੀ। ਮੇਰੀਆਂ ਦੋਵੇਂ ਲੜਕੀਆਂ ਦਾ ਜਨਮ ਉਹਨਾਂ ਦੀ ਦੇਖ ਰੇਖ ਵਿੱਚ ਹੋਇਆ ਹੈ। ਪਤਾ ਕਰ ਸਕਦੇ ਹੋ ਡਾਕਟਰ ਬੇਨਾਵਰੀ ਸੀਜ਼ਨ, ਉਸਦਾ ਲਿਖਿਆ ਹੋਇਆ ਸੀ ਕਿ ਤੇਰੀ ਵਾਈਫ ਨੂੰ ਕਦੇ ਬੱਚਾ ਹੀ ਨਹੀਂ ਹੋ ਸਕਦਾ। ਲਿਖਿਆ ਹੋਇਆ ਸੀ, ਲਿਖ ਕੇ ਦਿੱਤਾ ਸੀ ਕਿ ਬਿਲਕੁਲ ਨਹੀਂ ਹੋ ਸਕਦਾ। ਕੋਈ ਉਸਨੇ ਸਾਧ ਫਕੀਰ ਕੋਈ ਧਰਮ ਸਥਾਨ ਨਹੀਂ ਛੱਡਿਆ। ਵੈਸ਼ਨੋ ਦੇਵੀ ਜਾਣਾ ਸੀ, ਮੈਨੂੰ ਕਹਿਣ ਲੱਗਾ ਉਧਰ ਕਹੀਂ ਜੰਮੂ ਵਗੈਰਾ ਮੈਂ ਜਾਊਂਗਾ ਤੋ ਗੁਰਦੁਆਰਾ ਮੈਂ ਕਹੀਂ ਰੁਕਣਾ ਪੜਾ ਤੋ ਮੁਝੇ ਇੱਕ ਲੈਟਰ ਪੈਡ ਪਰ ਲਿਖ ਦਿਓ। ਮੈਂ ਗੁਰਦੁਆਰੇ ਦੇ ਲੈਟਰ ਪੈਡ 'ਤੇ ਲਿਖਤਾ ਹੈ, ਗੁਰੂ ਘਰ ਦਾ ਸੇਵਕ ਹੈ ਵੀ ਜਿੱਥੇ ਵੀ ਜਾਵੇ ਇਹਨੂੰ ਇਹਦੀ ਸੇਵਾ ਇਹਨੂੰ ਰੱਖਣ ਰਹਿਣ ਦੀ ਸੁਵਿਧਾ ਦੇ ਦੇਣੀ। ਉਹ ਵੀ ਕਰਾਇਆ। ਮੈਨੂੰ ਇੱਕ ਦਿਨ ਕਹਿਣ ਲੱਗਾ ਇੱਕ ਮਦਦ ਕਰੋ ਮੇਰੀ, ਮੈਂ ਕਿਹਾ ਦੱਸ। ਕਹਿੰਦਾ ਮੈਂ ਬੱਚਾ ਗੋਦ ਲੈਣਾ, ਮੈਂ ਚਾਹੁੰਦਾ ਕਿ ਮੈਂ ਆਪਣੀ ਵਾਈਫ ਨੂੰ, ਮੇਰੀ ਮਿਸਿਜ ਬਿਹਾਰ ਸੀ ਟੀਚਰ ਸੀ ਉਹ ਕਾਲਜ ਵਿੱਚ, ਅਤੇ ਉਹ ਕਹਿਣ ਲੱਗੇ ਮੈਂ ਉੱਥੇ ਭੇਜ ਦੇਣਾ ਦੋ ਕੁ ਮਹੀਨੇ ਰੱਖ ਲੈਣ, ਕਿਉਂਕਿ ਜੇ ਬੱਚਾ ਗੋਦ ਲਵਾਂਗਾ ਇੱਥੇ ਤਾਂ ਲੋਕਾਂ ਨੇ ਦੱਸ ਦੇਣਾ ਵੱਡਾ ਹੋਏ ਇਹਨੂੰ ਕਿ ਤੂੰ ਇਹਨਾਂ ਦਾ ਬੱਚਾ ਨਹੀਂ ਹੈ, ਅਤੇ ਫਿਰ ਉਹ ਪਿਆਰ ਨਹੀਂ ਰਹਿੰਦਾ। ਅਤੇ ਜੇ ਉੱਥੋਂ ਭੇਜ ਦਿਆਂਗਾ ਲੋਕਾਂ ਨੂੰ ਇੱਥੇ ਰਿਸ਼ਤੇਦਾਰਾਂ ਨੂੰ ਕਹਿ ਦਿਆਂਗੇ ਕਿ ਬੱਚਾ ਹੋਣ ਵਾਲਾ, ਅਤੇ ਉੱਥੋਂ ਫਿਰ ਅਸੀਂ ਬੱਚਾ ਗੋਦ ਲੈ ਕੇ ਵਾਪਸ ਆ। ਮੈਂ ਕਿਹਾ ਰਮੇਸ਼ ਤੇਰੇ ਵਾਸਤੇ ਮੈਂ ਇਹ ਕੋਈ ਵੱਡੀ ਗੱਲ ਨਹੀਂ। ਉਹ ਮੈਂ ਕਿਹਾ ਤੇਰੀ ਅਰਦਾਸ ਕਿਉਂ ਨਾ ਕਰੀਏ ਗੁਰੂ ਘਰ 'ਚ। ਕਹਿੰਦਾ ਜੀ ਅਬ ਮੁਝੇ ਤਾਂ ਕੋਈ ਵਿਸ਼ਵਾਸ ਰਹਾ ਨਹੀਂ, ਮੈਨੇ ਤਾਂ ਕੋਈ ਸੰਤ ਫਕੀਰ ਛੋੜਾ ਹੀ ਨਹੀਂ, ਕੋਈ ਧਰਮ ਸਥਾਨ ਨਹੀਂ ਛੋੜਾ, ਕੋਈ ਵੈਦ ਹਕੀਮ ਨਹੀਂ ਛੋੜਾ। ਮੈਂ ਕਿਹਾ ਸਾਰੇ ਕਰ ਲੈਣੇ ਤੂੰ, ਤੇਰਾ ਵਿਗੜਦਾ ਕੀ, ਇੱਥੇ 11 ਰੁਪਏ ਦਾ ਪ੍ਰਸ਼ਾਦ ਕਰਾ ਔਰ ਇਹ ਸੁੱਖ ਕਿ ਅਖੰਡ ਪਾਠ ਸਾਹਿਬ ਕਰਵਾਏਗਾ। ਕਹਿੰਦਾ ਅੱਛਾ ਘਰ ਸੇ ਪੂਛ ਕਰ ਆਊਗਾ, ਲੋਕਲ ਹਿੰਦੂ ਸੀ ਪੰਜਾਬੀ ਦੇ ਸੀ। ਅਗਲੇ ਦਿਨ ਆ ਗਿਆ, ਕਹਿੰਦਾ ਹਮਨੇ ਘਰ ਮੇਂ ਬਾਤ ਕੀਤੀ ਤੋ ਹਮਾਰੇ ਘਰ ਵਾਲੇ ਕਹਿੰਦੇ ਹਮ ਤੋ ਸਭ ਗੁਰੂ ਨਾਨਕ ਕੋ ਮਾਨਤੇ ਹੈ, ਗੁਰੂ ਨਾਨਕ ਤੋਂ ਸਭ ਕੇ ਗੁਰੂ ਹੈ, ਤੋ ਕੋਈ ਨਹੀਂ ਅਸੀਂ ਪਾਠ ਕਰਾਂਗੇ। ਮੈਂ ਉਸੀ ਅਰਦਾਸ ਸੰਗਤ ਵਿੱਚ ਕੀਤੀ, 11 ਰੁਪਏ ਦਾ ਉਹਨੇ ਪ੍ਰਸ਼ਾਦ ਕਰਾਇਆ ਸੰਗਤ 'ਚ ਅਰਦਾਸ। ਮੈਂ ਉਹਦੇ ਵਾਸਤੇ 1.5 ਸਾਲ ਅਰਦਾਸ ਕੀਤੀ। ਉਸ ਟਾਈਮ 'ਚ ਮੈਂ ਅਨੰਦਪੁਰ ਸਾਹਿਬ ਵੀ ਗਿਆ ਔਰ ਦਰਬਾਰ ਸਾਹਿਬ ਵੀ ਗਿਆ। ਉਸੇ ਚੱਕਰ ਵਿੱਚ ਮੈਂ ਦਰਬਾਰ ਸਾਹਿਬ 83 ਦੀ ਗੱਲ ਹੈ, ਸੰਤਾਂ ਮਹਾਂਪੁਰਖਾਂ ਦੇ ਦਰਸ਼ਨ ਵੀ ਕੀਤੇ, ਦਰਸ਼ਨ ਹੀ ਕੀਤੇ ਬਲਕਿ ਗੁਰੂ ਨਾਨਕ ਨੇ ਵਾਸ ਸਾਨੂੰ ਕਿਹਾ ਇੱਥੇ ਰਹੋ ਤੁਸੀਂ, ਉਹਨਾਂ ਦੇ ਪਾਸ ਹੀ ਉਹਨਾਂ ਦੇ ਚਰਨ ਛਰਨ 'ਚ ਰਹੇ ਸਨ। 1 ਸਾਲ ਪੂਰਾ ਪਹਿਲਾਂ ਅਸੀਂ 1 ਜੂਨ 1983 'ਚ ਗਏ ਸਨ। ਉੱਥੇ ਵੀ ਜਾ ਕੇ ਦਰਬਾਰ ਸਾਹਿਬ ਮੈਂ ਉਸ ਵਿਜਿਟ ਵੇਲੇ ਉੱਥੇ ਵੀ ਅਰਦਾਸ ਕੀਤੀ। ਮੇਰਾ ਨੇਮ ਸੀ ਕਿ ਜਦੋਂ ਅਰਦਾਸ ਕਰਨੀ ਮੈਂ ਉਹਦੀ ਅਰਦਾਸ ਜ਼ਰੂਰ ਕਰਨੀ। 1.5 ਸਾਲ ਬੀਤਣ ਤੋਂ ਪਹਿਲਾਂ ਪਤਾ ਲੱਗਿਆ ਬੱਚਾ ਜਨਮ ਲੈਣ ਵਾਲਾ ਹੈ। ਰੋਜ਼ ਪੁੱਛਦੇ ਰਹੀਦਾ ਸੀ, ਉਹ ਕਹਿਣਗਾ ਡਾਕਟਰ ਕਹਿੰਦੇ ਨੇ ਬੱਚਾ ਬਚਣਾ ਬਹੁਤ ਮੁਸ਼ਕਿਲ ਹੈ। ਉਹ ਮੈਂ ਕਿਹਾ ਇਹ ਤਾਂ ਹੁਣ ਡਾਕਟਰ ਤਾਂ ਕਹਿੰਦੇ ਸੀ ਪੈਦਾ ਹੀ ਹੋ ਸਕਦਾ। ਮੈਂ ਕਿਹਾ ਤੂੰ ਡਾਕਟਰ ਨੂੰ ਛੱਡ, ਮੈਂ ਕਿਹਾ ਅਰਦਾਸ ਦੇ ਆਸਰੇ ਤੂੰ ਚੱਲ। ਚਲੋ ਜੀ, ਪਤਾ ਲੱਗਿਆ ਕਿ ਵਾਈਫ ਉਹਦੀ ਹੋਸਪਿਟਲ ਚਲੀ ਗਈ ਹੈ। ਅਗਲੇ ਦਿਨ ਉਸਨੇ ਦੂਜਾ ਤਬਲੇ ਵਾਲਾ ਭੇਜਿਆ ਗੁਰਦੁਆਰੇ। ਪਹਿਲੀ ਗੱਲ, ਜਿਸ ਦਿਨ ਬੱਚਾ ਹੋਇਆ ਮੈਂ ਜਦੋਂ ਸਵੇਰੇ ਜਾ ਕੇ ਅਰਦਾਸ ਕੀਤੀ, ਫਿਰ ਅਰਦਾਸ ਮੈਂ ਕੀਤੀ ਕਿ ਠੀਕ ਠਾਕ ਹੋ ਜਾਵੇ, ਕਿਉਂ ਪਤਾ ਸੀ ਬੱਚਾ ਹੋਊਗਾ ਜਨਮ ਲੈਣ ਵਾਲਾ। ਮਹਾਰਾਜ ਦੀ ਕਰਾਮਾਤ ਦੇਖੋ, ਜਦੋਂ ਅਰਦਾਸ ਕੀਤੀ ਇੱਕ ਬਿੱਲੀ ਦਾ ਛੋਟਾ ਜਿਹਾ ਬੱਚਾ ਨਾ ਮਿਆਉਂ ਮਿਆਉਂ ਕਰਦਾ ਮਹਾਰਾਜ ਦੇ ਸਾਹਮਣੇ ਆ ਗਿਆ। ਮਤਲਬ ਮਹਾਰਾਜ ਨੇ ਮੈਨੂੰ ਦੱਸਤਾ ਕਿ ਬੱਚਾ ਤਾਂ ਹੋ ਗਿਆ। 15 ਮਿੰਟ ਲੰਘੇ, ਦੂਜਾ ਤਬਲੇ ਵਾਲਾ ਨਾਥਨ ਹੁੰਦਾ ਸੀ, ਸਾਊਥ ਇੰਡੀਅਨ ਸੀ ਤਬਲਾ ਵਜਾਉਂਦਾ, ਕਦੇ ਕਦੇ ਉਹ ਵੀ ਉਹਨੇ ਭੇਜਤਾ ਉਹਨੂੰ ਕਿ ਤੂੰ ਚਲਾ ਜਾ ਮੇਰੀ ਡਿਊਟੀ 'ਤੇ। ਮੈਂ ਕਿਹਾ ਨਾਥਨ ਬਹੁਤ ਲੇਟ ਆਇਆ। ਅਰੇ ਸਰਦਾਰ ਜੀ ਸਾਰੀ ਰਾਤ ਬੜੇ ਪਰੇਸ਼ਾਨ ਰਹੇ। ਮੈਂ ਕਿਉਂ? ਉਹ ਰਮੇਸ਼ ਭਈਆ ਕਿ ਹੋਣਾ ਥਾ ਨਾ ਤੋ ਸਾਰੀ ਰਾਤ ਡਾਕਟਰੋਂ ਕੇ ਪਿੱਛੇ, ਕਿਉਂਕਿ ਬੜੀ ਹੀ ਕ੍ਰਿਟੀਕਲ ਸਿਚੁਏਸ਼ਨ ਥੀ। ਮੈਂ ਕਿਹਾ ਫਿਰ? ਕਹਿੰਦੇ ਲੜਕੀ ਪੈਦਾ ਹੋਈ ਹੈ। ਮੇਰੇ ਭੋਪਾਲ ਰਹਿੰਦਿਆਂ ਫਿਰ ਉਸ ਤੋਂ ਬਾਅਦ ਉਹਦੇ 2 ਲੜਕੇ ਹੋਏ ਸਨ, 3 ਬੱਚੇ ਸਨ। ਫਿਰ ਮੈਨੂੰ ਕਹਿਣ ਲੱਗਾ ਵੱਡਾ ਲੜਕਾ ਜਿਹੜਾ ਪੰਡਿਤ ਕਹਿੰਦਾ 5 ਸਾਲ ਦੀ ਉਮਰ 'ਚ ਚਲਾਣਾ ਕਰ ਪਿਆ, ਨਾ 2.5 ਸਾਲ ਦੀ ਉਮਰ। 5 ਸਾਲ ਦਾ ਹੋ ਗਿਆ ਸੀ ਜਦੋਂ ਮੈਂ ਭੋਪਾਲ ਛੱਡਿਆ ਸੀ। ਮੈਂ ਕਿਹਾ ਪੰਡਿਤ ਦਾ ਦਿੱਤਾ ਹੁੰਦਾ ਤਾਂ ਜ਼ਰੂਰ ਮਰ ਜਾਂਦਾ, ਜੰਮਦੇ ਮਰ ਇਹ। ਮੈਂ ਕਿਹਾ ਗੁਰੂ ਸਾਹਿਬ ਦਾ ਦਿੱਤਾ ਹੋਇਆ ਇਹ ਨਹੀਂ ਮਰ ਸਕਦਾ। ਅਤੇ ਜਦੋਂ ਤੱਕ ਮੈਂ ਭੋਪਾਲ ਰਿਹਾ, ਹੁਣ ਮੈਂ ਜਾਂਦਾ ਕਈ ਵਾਰੀ, ਉਹ ਹੁਣ ਭੋਪਾਲ ਰਹਿੰਦਾ ਨਹੀਂ, ਕਿਸੇ ਹੋਰ ਜਗ੍ਹਾ 'ਤੇ ਆ, ਮੈਂ ਮਿਲਿਆ ਨਹੀਂ ਕਦੇ।
ਉਦੋਂ ਤੱਕ 5 ਸਾਲ ਦਾ ਬੱਚਾ ਹੋ ਗਿਆ ਸੀ ਉਹਦੇ ਬਰਥਡੇ 'ਤੇ, ਮੈਂ ਜਿਹੜਾ 5ਵਾਂ ਸੀ ਉੱਥੇ ਗਿਆ ਸੀ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਉਹਦੇ 3 ਬੱਚੇ ਤੰਦਰੁਸਤ ਸਨ। ਇਹ ਤਾਂ ਸਾਡਾ ਵਿਸ਼ਵਾਸ ਨਹੀਂ ਹੈ। ਮੈਂ ਜਦੋਂ ਦੇਹਰਾਦੂਨ ਨੌਕਰੀ ਮਿਲੀ, ਮੈਨੂੰ ਪ੍ਰੋਜੈਕਟ ਐਸੋਸੀਏਸ਼ਨ ਕੰਟਰੈਕਚੁਅਲ ਲੱਗਣੇ ਸੀ, ਪਹਿਲਾਂ ਲੱਗਿਆ ਮੈਂ। ਜਿਹੜਾ ਸਾਡਾ ਹੈੱਡ ਆ ਗਿਆ ਨਾ, ਬੜਾ ਹੀ, ਮੈਂ ਇਹ ਨਹੀਂ ਕਹਿੰਦਾ ਉਹ ਖਰਾਬ ਸੀ, ਮੈਂ ਖਰਾਬ ਹੋਵਾਂਗਾ, ਪਰ ਸਾਡੀ ਇਕੁਏਸ਼ਨ ਨਹੀਂ ਸੀ, ਇੱਕਦਮ ਸਾਡੀ ਬਿਰਤੀਆਂ ਨਹੀਂ ਸਨ। ਉਹ ਮੈਨੂੰ ਕਹੇ ਕਿ ਤੁਸੀਂ ਤਾਂ ਹੁਣ ਕਿਸੇ ਹੋਰ ਜਗ੍ਹਾ 'ਤੇ ਦੇਖੋ। ਮੈਂ ਕਿਹਾ ਕੋਈ ਗੱਲ ਨਹੀਂ ਭਾਈ, ਚਲੇ ਜਾਵਾਂਗੇ। ਮੈਂ ਇੱਕ ਦਿਨ ਨਾ ਉਹਦੇ ਤੋਂ ਤੰਗ ਜਿਹਾ ਆ ਕੇ, ਮੈਂ ਮਹਾਰਾਜ ਅੱਗੇ ਉੱਤੇ ਸਾਡੇ ਪ੍ਰਕਾਸ਼, ਭਾਈ ਵੀਰ ਸਿੰਘ ਜੀ ਦਾ ਜਿੱਥੇ ਰੂਮ ਹੈ ਨਾ, ਉੱਥੇ ਹੁਣੇ ਅਸੀਂ ਪ੍ਰਕਾਸ਼ ਕਰਦੇ ਹਾਂ ਮਹਾਰਾਜ ਜੀ ਦਾ, ਪ੍ਰਕਾਸ਼ ਸੀ। ਜਾ ਕੇ ਮੈਂ ਅਰਦਾਸ ਕੀਤੀ, ਸੱਚੇ ਪਾਤਸ਼ਾਹ ਵੀ ਰਸਤਾ ਕੱਢੋ, ਮੇਰੀ ਇਹਦੇ ਨਾਲ ਬਣਦੀ ਨਹੀਂ। ਉਹ ਸ਼ਬਦ ਮੈਨੂੰ ਸਾਰਾ ਯਾਦ ਨਹੀਂ, ਅੱਧੀ ਲਾਈਨ, ਖਿਲ ਟਿਕਾਣਾ ਦਿੱਤੇ, ਖਿਲ ਕਿ ਜਿਹੜੇ ਸੰਤਾਂ ਦੇ ਨਿੰਦਕ ਨੇ, ਵਾਹਿਗੁਰੂ ਜੀ ਇੱਕ ਪਲ ਨਹੀਂ ਟਿਕਣ ਦਿੰਦੇ। ਉਹ ਸ਼ਬਦ ਕੱਢ ਕੇ ਤੁਹਾਨੂੰ ਦਿਖਾ ਸਕਦਾ ਸਾਰਾ, ਸਾਰੀ ਪੌੜੀ ਲੈ ਕੇ ਮਨਮੁੱਖਾਂ ਦਾ ਕਿਵੇਂ ਮੂੰਹ ਕਾਲਾ ਹੁੰਦਾ ਅਤੇ ਗੁਰਮੁੱਖਾਂ ਦੀ ਕਿਵੇਂ ਜਿੱਤ ਹੁੰਦੀ। ਮੈਂ ਫਿਰ ਵੀ ਮੈਂ ਆਪਣੇ ਆਪ ਨੂੰ ਗੁਰਮੁੱਖ ਨਹੀਂ ਕਹਿੰਦਾ, ਉਹਦੇ ਮਹਾਰਾਜ ਦੇ ਬਚਨ ਸੁਣਾ ਰਿਹਾ। ਉਹ ਕਹਿੰਦੇ ਖਿਲ ਟਿਕਣਾ ਦਿੱਤੇ, ਇੱਕ ਪਲ ਵੀ ਨਹੀਂ ਰਹਿਣ ਦਿੰਦੇ ਜਿਹੜੇ ਭਗਤਾਂ ਦੇ ਵਿਰੋਧੀ ਨੇ। ਤੁਸੀਂ ਸੱਚ ਜਾਣੋ, ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆ, ਇੱਥੇ ਝੂਠ ਨਹੀਂ ਬੋਲਾਂਗਾ ਮੈਂ। ਮਹਾਰਾਜ ਜੀ ਦੇ ਉੱਤੇ ਹੁਕਮਨਾਮਾ ਲੈ ਕੇ ਮੈਂ ਅਜੇ ਰੁਮਾਲ ਪਾ ਰਿਹਾ ਸੀ ਅਤੇ ਸਾਡੇ ਇੱਕ ਕਲਰਕ ਸਿੰਘ ਹੁੰਦਾ ਸੀ ਮਨਪ੍ਰੀਤ ਸਿੰਘ, ਉਹ ਦੌੜਿਆ ਦੌੜਿਆ ਆਇਆ, ਮੈਨੂੰ ਕਹਿੰਦਾ ਭਾਊ ਜਾ ਰਿਹਾ। ਮੈਂ ਕੌਣ ਭਾਊ? ਕਹਿੰਦਾ ਉਹ ਕਾਲਾ ਧਰਮ ਸਿੰਘ, ਕਹਿੰਦਾ ਉਹ ਜਾ ਰਹੇ। ਮੈਂ ਕੀ ਹੋ ਗਿਆ ਉਹਨੂੰ? ਕਹਿੰਦਾ ਕੁਛ ਨਹੀਂ, ਉਹ ਕਹਿੰਦਾ ਮੈਂ ਨਹੀਂ ਇੱਥੇ ਰਹਿਣਾ। ਪੂਰਾ ਅਪਮਾਨਿਤ ਹੋ ਕੇ, ਪੂਰਾ ਅਪਮਾਨ ਹੋਇਆ। ਜਦੋਂ ਵਾਈਸ ਚਾਂਸਲਰ ਕੋਲ ਗਿਆ, ਉਹਨੇ ਕਿਹਾ ਦੌੜ ਜਾ, ਤੈਨੂੰ ਤੂੰ ਸਿਫਾਰਿਸ਼ ਲਗਾ ਕੇ ਮੇਰੇ ਕੋਲ ਗਿਆ ਸੀ ਪ੍ਰੋਫੈਸਰ ਬਣਨ ਵਾਸਤੇ। ਕਹਿੰਦੇ ਮੂੰਹ ਨਹੀਂ ਲਾਉਣਾ ਮੈਂ ਤੈਨੂੰ, ਬਾਹਰ ਕਰ ਦਿੱਤਾ। ਬੰਦੇ ਲੈ ਕੇ ਡਾਕਟਰ ਤਲਵੀਰ ਸਿੰਘ, ਹੋਰ ਪ੍ਰੋਫੈਸਰ, ਉਹਨਾਂ ਨੂੰ ਮੇਰੀ ਤੁਸੀਂ ਬੇਨਤੀ ਲੈ ਕੇ ਜਾਓ। ਵਾਈਸ ਚਾਂਸਲਰ ਇਤਨੇ ਕ੍ਰੋਧ, ਕਹਿੰਦੇ ਤੁਸੀਂ ਗੱਲ ਕਰਨ ਲਈ ਆ ਜਾਓ, ਇਹਨੂੰ ਬਾਹਰ ਕੱਢੋ, ਇਹਨਾਂ ਨਾਲ ਲੈ ਕੇ ਆਓ, ਇਹਨੂੰ ਬਾਹਰ ਜਾਓ। ਉਸਨੇ ਰਵਾਇਆ ਵਾਈਸ ਚਾਂਸਲਰ, ਰੋ ਕੇ ਗਿਆ ਮਹਾਰਾਜ। ਮਹਾਰਾਜ ਸਾਡਾ ਸਤਿਗੁਰੂ ਜਿਸ ਕਾ ਸਾਹਿਬ ਡਾਢਾ ਹੋਏ, ਇਸ ਨੂੰ ਮਾਰ ਨਾ ਸਕਿਆ ਕੋਈ। ਸਾਹਿਬ ਸਾਡਾ ਡਾਢਾ ਵੀ ਹੈ, ਜਿਹੜਾ ਸਰਬਲੋਧ ਹੈ, ਗ੍ਰੰਥ ਸਰਬਲੋਧ ਹੈ, ਪਰਮੇਸ਼ਰ ਸਾਡਾ ਸਰਬਲੋਧ, ਸਰਬਲੋਕ ਹੀ ਰੱਛਾ ਹਮਨੇ। ਜਦੋਂ ਜਿਹੜਾ ਗੁਰਸਿੱਖਾਂ ਨਾਲ ਟਕਰਾਉਂਦਾ ਹੈ ਨਾ, ਸਾਹਿਬ ਨੂੰ ਸਜ਼ਾ ਦਿੰਦੇ ਨੇ, ਐਸੀ ਕਿ ਯਾਦ ਰੱਖੇ। ਇੱਕ ਕਹਾਣੀ ਹੋਰ ਸੁਣਾ, ਮਹਾਰਾਜ ਜੀ ਦੀਆਂ ਸ਼ਕਤੀਆਂ, ਮਹਾਰਾਜ ਦੀ ਬਾਣੀ ਤਾਂ ਬਹੁਤ ਉੱਚੀ ਹੈ, ਇਤਿਹਾਸ ਬਹੁਤ ਉੱਚਾ ਹੈ, ਉਹਨਾਂ ਦੇ ਕੌਤਕ ਜਿਹੜੇ ਅਸੀਂ ਆਪਣੇ ਜੀਵਨ 'ਚ ਵੇਖ ਲੈਂਦੇ ਹਾਂ, ਉਹਦੇ ਤੋਂ ਵਿਸ਼ਵਾਸ ਟੁੱਟੇ ਕਿਵੇਂ ਸਾਡਾ? ਸਾਡਾ ਵਿਸ਼ਵਾਸ ਤਾਂ ਉਹਨੇ ਪੱਕਾ ਕਰ ਛੱਡਿਆ, ਮਰ ਜਾਈਏ ਅੰਗ ਅੰਗ ਕੱਟ ਜਾਏਗਾ, ਗੁਰੂ ਮਹਾਰਾਜ ਨੂੰ ਨਹੀਂ ਛੱਡ ਸਕਦੇ, ਨਾ ਉਹਨਾਂ ਦੀ ਨਿੰਦਿਆ ਸੁਣ ਸਕਦੇ, ਨਿੰਦਿਆ ਸੁਣ ਵੀ ਨਹੀਂ ਸਕਦੇ ਅਸੀਂ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟ ਕਰੇ ਤੇ ਸੰਕਲਪਾ। ਤੋ ਮੇਰੇ ਇੱਕ ਬੜੇ ਪਰਮ ਮਿੱਤਰ ਸਰਦਾਰ ਬਲਦੇਵ ਸਿੰਘ, ਮਿਲਣਾ ਹੋਵੇ ਐਡਰੈਸ ਦੇ ਦੇਣਾ, ਨੰਬਰ ਦੇ ਦੇਣਾ। ਹੁਣ ਗੋਇੰਦਵਾਲ ਰਹਿੰਦੇ ਨੇ, BHEL ਗੋਇੰਦਵਾਲ ਤੋਂ ਰਿਟਾਇਰ ਹੋ ਕੇ ਉੱਥੇ ਰਹੇ। ਉਹਨਾਂ ਨੂੰ ਪੁੱਛ ਲੈਣ ਸਾਰੀ ਕਹਾਣੀ। ਉਹਨਾਂ ਦੀ ਆਪਣੀ ਵਾਈਫ ਨਾਲ ਨਹੀਂ ਸੀ ਬਣਦੀ, ਬਿਲਕੁਲ ਨਹੀਂ ਸੀ ਬਣਦੀ, ਬੜੇ ਝਗੜੇ ਹੁੰਦੇ। ਡਾਕਟਰ ਸੰਤੋਖ ਸਿੰਘ ਜੀ, ਜਿਨ੍ਹਾਂ ਦਾ ਨਾਮ ਮੈਂ ਪਹਿਲਾਂ ਲਿਆ ਸੀ, ਉਹ ਸਾਡੇ ਰਹਿਬਰ ਸਿੰਘ ਸਾਰਿਆਂ ਦੇ। ਬਲਦੇਵ ਬਹੁਤ ਅੱਛਾ ਸੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚ ਬੜੀ ਸੇਵਾ ਕੀਤੀ, ਬੜਾ ਨਿਮਰਤਾ, ਬੜਾ ਚੰਗਾ ਸੁਭਾਅ, ਬੜਾ ਚੰਗਾ ਕੀਰਤਨ ਕਰਦਾ ਸੀ। ਡਾਕਟਰ ਸਾਹਿਬ ਨੇ ਆਪਣੇ ਘਰ ਰੱਖਿਆ ਦੋਵਾਂ ਨੂੰ, ਮੇਰੇ ਘਰ ਰਹੋ, ਇੱਥੇ ਰਹਿ ਕੇ ਤੁਸੀਂ ਇੱਕ ਦੂਜੇ ਨਾਲ ਮਹੀਨਾ ਡੇਢ ਰਹੋ, ਫਿਰ ਤੁਹਾਡਾ ਠੀਕ ਹੋਏਗਾ, ਫਿਰ ਘਰ ਜਾਣਾ। ਉਹਨਾਂ ਦੇ ਘਰ ਵਿੱਚ ਹੀ ਉਹਨਾਂ ਦੇ ਮਾਂ ਪਿਓ ਦੋਵਾਂ ਦੇ ਪਹੁੰਚ ਗਏ ਅਤੇ ਡਾਂਗਾ ਸੋਟੇ ਚਲਾ ਦਿੱਤੇ ਅਤੇ ਡਾਕਟਰ ਸਾਹਿਬ ਨੂੰ ਵੀ ਲੱਗ ਗਈ ਸੋਟੇ, ਚਲੇ ਗਏ, ਵੱਖ ਵੱਖ ਹੋ ਗਏ। ਲੜਕੀ ਦੇ ਮਾਤਾ ਪਿਤਾ ਪਹਿਲਾਂ ਭੋਪਾਲ ਹੀ ਹੁੰਦੇ ਸਨ, ਉਹ ਰਾਏਪੁਰ ਉੱਥੇ ਟ੍ਰਾਂਸਫਰ ਹੋ ਗਈ, ਰਾਏਪੁਰ ਚਲੇ ਗਏ। ਬਲਦੇਵ ਜਿਹੜਾ ਹੈ ਉਹ ਲੜਕੀ ਨੂੰ ਲੈ ਗਏ, ਬਲਦੇਵ ਭੋਪਾਲ ਵਿੱਚ ਰਹਿ ਗਿਆ। ਮਾਤਾ ਪਿਓ ਦਾ ਸੁਭਾਅ ਸਰਦਾਰ ਬਲਦੇਵ ਸਿੰਘ ਦਾ ਬਹੁਤ ਅੱਛਾ ਨਹੀਂ ਸੀ,
ਉਹਨੂੰ ਬੜਾ ਨਲਾਇਕ ਕਹਿੰਦੇ ਹੁੰਦੇ ਸੀ ਕਿਉਂਕਿ ਉਹ ਧਰਮ ਵਾਲੇ ਪਾਸੇ ਥੋੜ੍ਹਾ ਲੱਗਿਆ ਸੀ, ਦੂਜੇ ਭਰਾ ਇੰਜੀਨੀਅਰ ਬਣ ਗਏ ਅਤੇ ਉਹਨਾਂ ਦੀ ਉਹ ਕਰਦੇ ਸੀ ਉਹਨੂੰ ਵਿਚਾਰੇ ਨੂੰ। ਜਦੋਂ ਉਹਨੇ ਘਰੋਂ ਨਿਰਾਸ਼ ਹੋ ਜਾਣਾ ਅਤੇ ਮੈਂ ਕਿਉਂਕਿ ਵਾਈਫ ਜੋਬ ਕਰਦੀ ਸੀ ਇਸ ਕਰਕੇ ਮੈਂ ਬਹੁਤਾ ਟਾਈਮ ਇਕੱਲਾ ਹੁੰਦਾ ਸੀ ਭੋਪਾਲ, ਉਹ ਜਦੋਂ ਉਹਨੇ ਨਿਰਾਸ਼ ਹੋਣਾ ਫਿਰ ਮੇਰੇ ਕੋਲ ਰਾਤ ਨੂੰ ਆ ਜਾਣਾ ਕਰਨਾ, ਜਿਹਨੇ ਡਿਊਟੀ ਕਰਨੀ ਰਾਤ ਨੂੰ ਮੇਰੇ ਕੋਲ, ਜੇ ਰਾਤ ਦੀ ਉਹਦੀ ਸ਼ਿਫਟ ਹੁੰਦੀ BHEL 'ਚ ਤਾਂ ਫਿਰ ਦਿਨੇ ਮੇਰੇ ਕੋਲ। ਮਹੀਨਾ ਮਹੀਨਾ ਉਸਨੇ ਮੇਰੇ ਕੋਲ ਰਾਤ ਨੂੰ ਸੌਣ ਵਾਸਤੇ ਆ ਜਾਣਾ। ਮੈਂ ਉਸਨੂੰ ਇੱਕ ਗੱਲ ਕਹੀ, ਮੈਂ ਕਿਹਾ ਬਲਦੇਵ ਤੂੰ ਮੇਰਾ ਵੱਡਾ ਭਰਾ ਹੈ, ਤੇਰੀ ਵੀ ਜ਼ਿੰਦਗੀ ਬਰਬਾਦ ਹੋਊਗੀ, ਵੀ ਚਲੋ ਜੇ ਪਹਿਲੀ ਗੱਲ ਤਾਂ ਲੈ ਆ ਉਸਨੂੰ, ਜੇ ਨਹੀਂ ਤੂੰ ਸਮਝਦਾ ਵੀ ਬਣ ਹੀ ਨਹੀਂ ਸਕਦੀ ਫਿਰ ਛੱਡ ਦਿਓ, ਉਹ ਵੀ ਕਿਤੇ ਸੈਟਲਮੈਂਟ ਹੋ ਜਾਏ ਤੇਰੀ ਵੀ ਹੋ ਸਕੇ। ਉਹ ਇਤਨਾ ਨਿਰਾਸ਼ ਸੀ ਕਿ ਇੱਕ ਦਿਨ ਉਸਨੇ ਬੜੀ ਮੁਸ਼ਕਲ ਨਾਲ ਮੈਨੂੰ ਦੱਸਿਆ ਕਿ ਮੈਂ ਕਸ਼ਮੀਰ ਜੰਮੂ ਵੱਲ ਦੀਆਂ ਟਿਕਟਾਂ ਲਈਆਂ ਹੋਈਆਂ ਨੇ ਅਤੇ ਮੈਂ ਪੱਕਾ ਮਨ ਬਣਾ ਲਿਆ ਕਿ ਘਰੋਂ ਤੁਰ ਜਾਣਾ ਅਤੇ ਉੱਥੇ ਸੁਸਾਈਡ ਕਰ ਲੈਣਾ। ਮੈਂ ਟਿਕਟਾਂ ਕੱਢੀਆਂ ਜੇਬ 'ਚੋਂ, ਪਾਰੀਆਂ ਹੋਈਆਂ ਟਿਕਟਾਂ, ਮੈਂ ਕਿਹਾ ਤੂੰ ਇਹੋ ਜਿਹਾ ਕੰਮ ਕਰੇਗਾ, ਮੈਂ ਕਿਹਾ ਕੁਛ ਨਹੀਂ ਤੂੰ ਇਹ ਕੰਮ ਨਾ ਕਰ, ਤੂੰ ਇਹ ਕਰਕੇ ਉਸਨੂੰ ਲੈ ਆ ਜਾਂ ਛੱਡ। ਕਹਿੰਦਾ ਮੈਂ ਲੈਣ 'ਤੇ ਨਹੀਂ ਜਾਂਦਾ, ਅਤੇ ਮੈਂ ਕਿਹਾ ਜੇ ਆ ਜਾਵੇ ਕਹਿੰਦਾ ਫਿਰ ਰੱਖ ਲਾਂਗਾ, ਮੈਂ ਕਿਹਾ ਫਿਰ ਤਾਂ ਸੌਖਾ ਕਰ ਲੈ। ਡਾਕਟਰ ਸੰਤੋਖ ਸਿੰਘ ਜੀ ਕੋਲ ਮੈਂ ਗਿਆ ਕਿਉਂਕਿ ਹਰ ਗੱਲ ਉਹਨਾਂ ਤੋਂ ਪੁੱਛ ਕੇ ਕਰਦੇ ਸੀ ਅਸੀਂ। ਮੈਂ ਉਹਨਾਂ ਨੂੰ ਕਿਹਾ ਡਾਕਟਰ ਸਾਹਿਬ, ਉਹ ਕਹਿੰਦੇ ਨੇ ਕਿ ਜੇ ਲੈ ਜਾਵੇ ਤਾਂ ਭੇਜ ਦਿਆਂਗੇ, ਇਹ ਕਹਿੰਦਾ ਕਿ ਜੇ ਆ ਜਾਵੇ ਰੱਖ ਲਵਾਂਗੇ, ਤਾਂ ਸਮੱਸਿਆ ਤਾਂ ਸਿਰਫ ਲਿਆਉਣੀ ਹੈ ਨਾ। ਅਤੇ ਮੈਂ ਕਿਹਾ ਮੈਨੂੰ ਅਤੇ ਸਰਦਾਰ ਈਸ਼ਵਰ ਸਿੰਘ ਨੂੰ ਤੁਸੀਂ ਆਗਿਆ ਦਿਓ, ਅਸੀਂ ਜਾਂਦੇ ਹਾਂ, ਅਸੀਂ ਜਾ ਕੇ ਲੈ ਲਓ। ਉਹ ਇੰਨੇ ਨਿਰਾਸ਼ ਸਨ, ਕਹਿੰਦੇ ਇਹਨਾਂ ਦਾ ਇਲਾਜ ਗੁਰੂ ਕੋਲ, ਜੇ ਹੋਰ ਕਿਸੇ ਕੋਲ ਬੰਦੇ ਕੋਲ ਕੋਈ ਇਲਾਜ ਨਹੀਂ, ਅਰਦਾਸ ਹੀ ਕਰੋ ਇਹਨਾਂ ਦੀ, ਹੋਰ ਕੋਈ ਨਹੀਂ। ਜੇ ਕਹਿੰਦੇ ਮੈਂ ਵੇਖ ਲਿਆ ਸਾਰਾ ਕੁਛ, ਉਹਨਾਂ ਨੂੰ ਇਹ ਸੀ ਕਿ ਇਹਨਾਂ ਦੀ ਹੋ ਨਹੀਂ ਸਕਦੀ। ਜਦੋਂ ਮੈਂ ਡਾਕਟਰ ਕੁਲਦੀਪ ਸਿੰਘ ਦੇ ਸੰਬੰਧ ਵਿੱਚ ਬੇਨਤੀ ਅਰਦਾਸ ਪਾਠ ਵਾਸਤੇ ਕਿਹਾ ਨਾ, ਉਹਨਾਂ ਮੈਨੂੰ ਇਹ ਜਵਾਬ ਨਹੀਂ ਦਿੱਤਾ ਕਿ ਹਾਂ ਇਹ ਹੋ ਸਕਦਾ ਗੁਰੂ ਮਹਾਰਾਜ ਕਿਰਪਾ ਕਰਨ ਬਚ ਜਾਣ, ਉਹਨਾਂ ਕਿਹਾ ਇਹਨਾਂ ਦਾ ਅੱਗੇ ਭਲਾ ਹੋਵੇਗਾ, ਕਿਉਂਕਿ ਉਹਨਾਂ ਦੇ ਸਾਹਮਣੇ ਰਿਪੋਰਟ ਪਈ ਹੈ ਜਿਹਦੇ 'ਚ ਬਚਣ ਦੀ ਕੋਈ ਗੁਜ਼ਾਰਿਸ਼ ਨਹੀਂ। ਉਹਨਾਂ ਕਿਹਾ ਹਾਂ ਪਾਠ ਰੱਖੋ ਤਾਂ ਕਿ ਅੱਗੇ ਭਲਾ ਹੋ ਜਾਏ, ਅਰਦਾਸ ਕਰੋ ਪੇਨ ਘੱਟ ਹੋਵੇ, ਬਹੁਤਾ ਕਸ਼ਟ ਨਾ ਪਊਗਾ। ਇਸੇ ਤਰ੍ਹਾਂ ਮੈਂ ਜਦੋਂ ਉਹਨਾਂ ਨੂੰ ਕਿਹਾ, ਕਹਿਣ ਲੱਗੇ ਕਿ ਇਹਨਾਂ ਦਾ ਇਲਾਜ ਕੋਈ ਨਹੀਂ, ਇਹਨਾਂ ਦੀ ਅਰਦਾਸ ਕਰੋ। ਮੈਂ ਕਿਹਾ ਅੱਛਾ ਠੀਕ ਹੈ। ਗੁਰਦੁਆਰਾ ਸਾਹਿਬ ਅਰਦਾਸ ਮੈਂ ਕਰਨੀ ਸੀ, ਮੈਂ ਅਰਦਾਸ ਕੀਤੀ, ਬਲਦੇਵ ਆਇਆ ਵੀ ਨਹੀਂ, ਮੈਂ ਅਰਦਾਸ ਕਰ ਦਿੱਤੀ, ਅਰਦਾਸ ਕੀਤੀ। ਮੈਨੂੰ ਯਾਦ ਹੈ ਗੁਰਦੁਆਰਾ ਸਾਹਿਬ ਪਾਠ ਦੀ ਪ੍ਰੋਗਰਾਮ ਸਮਾਪਤ ਹੋਇਆ, ਬਾਹਰ ਆ ਰਿਹਾ ਅਤੇ ਬਲਦੇਵ ਆ ਗਿਆ। ਸਰਦਾਰ ਤਾਰਾ ਸਿੰਘ ਹੁੰਦੇ ਸਨ, ਹੁਣ ਤਾਂ ਇਸ ਦੁਨੀਆ 'ਚ ਨਹੀਂ, ਉਹ ਕਹਿੰਦੇ ਬਲਦੇਵ ਤੇਰੀ ਅਰਦਾਸ ਹੋ ਰਹੀ ਸੀ, ਤੂੰ ਹੁਣ ਆ ਰਹੇ, ਮੇਰੇ ਲਈ ਅਰਦਾਸ ਹੋ ਰਹੀ ਸੀ। ਕਹਿੰਦੇ ਹਾਂ ਤੇਰੇ ਲਈ ਅਰਦਾਸ ਕੀਤੀ ਇਹਨਾਂ ਨੇ, ਹਾਂ ਹਾਂ ਤੇਰੇ ਮਿੱਤਰ ਨੇ ਨਾ ਭਾਈ, ਤੇਰੇ ਤੇ ਇੱਕੋ ਗੱਲ ਹੈ ਤੁਹਾਡੀ। ਐਤਵਾਰ ਅਰਦਾਸ ਕੀਤੀ ਸੀ, ਮੰਗਲਵਾਰ ਟਿਊਜ਼ਡੇ, ਸੰਡੇ ਨੂੰ ਅਰਦਾਸ ਕੀਤੀ, ਟਿਊਜ਼ਡੇ ਬਲਦੇਵ ਸਿੰਘ ਦੀ ਮਦਰ ਇਨ ਲਾ ਪਤਾ ਨਹੀਂ ਕਿੱਧਰੋਂ ਆ ਗਈ, ਮੈਨੂੰ ਕਹਿੰਦੀ ਕਿਉਂਕਿ ਮੈਂ ਉਹਨਾਂ ਦੇ ਬੱਚਿਆਂ ਵਰਗਾ ਇਸ ਉਮਰ ਛੋਟੀ ਸੀ, ਪਰ ਭਜਨ ਪੁੱਤਰ ਬਲਦੇਵ ਕਿੱਥੇ ਹੈ? ਮੈਂ ਕਿਹਾ ਜੀ ਆਪਣੇ ਘਰ ਹੋਵੇਗਾ ਅੱਜ, ਮੈਂ ਕਿਹਾ ਛੁੱਟੀ ਹੈ, ਉਹਦੀ ਸ਼ਿਫਟ ਰਾਤ ਦੀ ਹੈ, ਦਿਨ ਵੇਲੇ ਘਰ। ਮੈਨੂੰ ਕਹਿਣ ਲੱਗੇ ਕਿ ਉਸਨੂੰ ਤੂੰ ਲਿਆ ਸਕਦਾ, ਤੁਸੀਂ ਹੁਕਮ ਕਰੋ ਕਿਵੇਂ, ਗੱਲ ਕੀ ਹੈ ਮੈਨੂੰ ਦੱਸੋ, ਮੈਂ ਲੈ ਆਉਂਦਾ। ਕਹਿਣ ਲੱਗੇ ਕਿ ਠੀਕ ਹੈ ਤੂੰ ਉਹਨੂੰ ਲੈ ਆ। ਮੈਂ ਤਾਂ ਪਟਕਾ ਹੀ ਬੰਨਿਆ, ਪੱਗ ਨਹੀਂ ਬੰਨੀ, ਪਟਕਾ ਬੰਨਿਆ, ਸਕੂਟਰ ਕੱਢਿਆ ਬਾਹਰ, ਅਤੇ ਮੈਂ ਕਿਹਾ ਤੁਸੀਂ ਬੈਠੋ ਘਰ, ਇੱਥੇ ਬੈਠੋ ਅਤੇ ਮੈਂ ਲੈ ਆਉਂਦਾ। ਉੱਥੋਂ ਕੋਈ 8-10 ਕਿਲੋਮੀਟਰ BHEL ਦੀ ਕਲੋਨੀ ਸੀ, ਉੱਥੇ ਰਹਿੰਦਾ ਸੀ, ਉੱਥੋਂ ਲਿਆ। ਉਹ ਕਹਿਣ ਲੱਗੇ ਕਿ ਮੇਰੇ ਨਾਲ ਮਨਜੀਤ ਵੀ ਆਈ ਹੈ, ਮਨਜੀਤ ਉਹਨਾਂ ਦੀ ਲੜਕੀ ਸੀ ਜਿਹਦਾ ਬਲਦੇਵ ਨਾਲ ਵਿਆਹ ਸੀ, ਮਨਜੀਤ ਵੀ ਹੈ। ਮੈਂ ਕਿਉਂ ਕਿੱਥੇ? ਕਹਿੰਦੇ ਬਾਹਰ ਆਟੋ ਵਿੱਚ, ਟੈਂਪੂ 'ਚ। ਮੈਂ ਕਿਹਾ ਆਟੋ ਵਾਲੇ ਨੂੰ ਭੇਜ ਦਿਓ, ਤੁਸੀਂ ਬੈਠੋ, ਦੋਵੇਂ ਉਹਨਾਂ ਨੂੰ ਲੈ ਆਓ। ਮੈਂ ਤਾਂ ਬੜੇ ਚਾਅ ਨਾਲ ਗਿਆ ਬਲਦੇਵ ਦੇ ਘਰ ਗਿਆ, ਮੈਨੂੰ ਪਤਾ ਸੀ ਇਹਨਾਂ ਦੇ ਫਾਦਰ ਨੂੰ ਪਤਾ ਲੱਗ ਗਿਆ, ਉਹ ਮੈਨੂੰ ਵੀ ਗਾਲਾਂ ਕੱਢਣਗੇ, ਇਹਨੂੰ ਵੀ ਕੱਢਣਗੇ। ਮੈਂ ਉਹਦੇ ਕੰਨ 'ਚ ਫੂਕ ਮਾਰੀ, ਮੈਂ ਕਿਹਾ ਕਿ ਤੈਨੂੰ ਲੈ ਕੇ ਜਾਣਾ ਮੈਂ। ਕਹਿੰਦਾ ਕਿੱਥੇ ਲੈ ਕੇ ਜਾਣਾ? ਮੈਂ ਕਿਹਾ ਕਿੱਥੇ ਲੈ ਕੇ ਜਾਣਾ? ਕੀ ਕਦੇ ਤੂੰ ਮੈਨੂੰ ਪੁੱਛਿਆ ਜਾਂ ਮੈਂ ਤੈਨੂੰ ਪੁੱਛਣਾ ਜਿੱਥੇ ਆਪਾਂ ਚੱਲ ਪੈਂਦੇ ਹਾਂ, ਮੈਂ ਜਾ ਆਪਾਂ ਚਿੱਠੀ ਨਗਰ ਜਾਣਾ। ਕਹਿੰਦੇ ਕੰਮ ਕੀ? ਤੇਰੇ ਤੋਂ ਗੁਡਾਈ ਥੋੜ੍ਹਾ ਕਰਾਉਣੀ ਹੈ ਮੈਂ ਕੁਛ, ਮੈਂ ਕੋਈ ਗੋਡੀ ਕਰਾਉਣੀ ਤੇਰੇ ਤੋਂ? ਬਸ ਮੈਂ ਕਿਹਾ ਆਪਾਂ ਅੱਗੇ ਵੀ ਇਕੱਠੇ ਪਿੱਛੇ, ਅੱਜ ਵੀ ਛੁੱਟੀ ਦਾ ਦੇਣਾ, ਮੈਂ ਘੁੰਮਾ ਫਿਰਾਂ। ਉਹ
ਚਲੋ ਜੀ ਫਟਾਫਟ ਮੈਂ ਕਿਹਾ ਪੱਗ ਪੁੱਗ ਨਹੀਂ ਬੰਨੀ, ਪਟਕਾ ਬੰਨ, ਮੈਂ ਬੰਨਿਆ ਨਾ ਪਟਕਾ, ਤੂੰ ਇਸ ਨੇ ਚੱਲ ਬਿਠਾਇਆ ਮੈਂ ਉਸ ਨੂੰ ਸਕੂਟਰ 'ਤੇ। ਰਸਤੇ 'ਚ ਕਿਹਾ ਮੈਂ ਕਿਹਾ ਤੇਰਾ ਵਾਅਦਾ ਕੀ ਸੀ ਮੇਰੇ ਨਾਲ? ਤੂੰ ਇਹ ਕਿਹਾ ਸੀ ਮਨਜੀਤ ਅਗਰ ਆ ਜਾਵੇ ਮੈਂ ਰੱਖ ਲਵਾਂਗਾ। ਕਹਿੰਦੇ ਫਿਰ ਮੈਂ ਕਿਹਾ ਅੱਜ ਆ ਗਈ, ਹੁਣ ਤੂੰ ਲੈ ਕੇ ਆਵਾਂ। ਕਹਿੰਦਾ ਕਿ ਤੁਸੀਂ ਭਾਈ ਸਾਹਿਬ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤੁਸੀਂ ਇਹ? ਮੈਂ ਕਿਹਾ ਹੁਣ ਚੂੰ ਚਾਂ ਕਰਨੀ ਨਹੀਂ ਕਿਉਂਕਿ ਵਾਅਦਾ ਹੋ ਚੁੱਕਾ, ਹੁਣ ਤਾਂ ਚੱਲ ਪਿਆ ਤੂੰ ਮੇਰੇ ਨਾਲ ਚੱਲਦਾ ਜਾ। ਮੈਂ ਲੈ ਗਿਆ, ਚਲੋ ਸਤਿ ਸ਼੍ਰੀ ਅਕਾਲ ਬੁਲਾਈ ਉਹਨੇ ਔਖੇ ਸੌਖੇ, ਅਤੇ ਉਸ ਮਨਜੀਤ ਨੂੰ ਨਾਲ ਤੋਰਿਆ ਅਤੇ ਉਹਨਾਂ ਦੀ ਮਦਰ ਇਨ ਲਾਅ ਨੂੰ ਜਿਹੜੇ ਨੇ ਉਹ ਵਾਪਸ ਰਾਏਪੁਰ ਪਰਤ ਗਏ। ਅੱਜ ਤੱਕ ਹੁਣ ਉਹ ਸੁਖੀ ਪਰਿਵਾਰ ਹੁਣ ਤਾਂ ਰਿਟਾਇਰ ਹੋ ਗਏ ਨੇ, ਮੇਰੇ ਤੋਂ ਥੋੜ੍ਹਾ ਉਮਰ ਵੱਡੀ ਹੋਈ ਹੈ, ਗੋਇੰਦਵਾਲ ਰਹਿੰਦੇ ਨੇ। ਹੁਣ ਤੁਸੀਂ ਕਰਾਮਾਤ ਵਿੱਚ ਕਿੱਥੇ ਐਤਵਾਰ ਅਰਦਾਸ ਕੀਤੀ, ਜਿਸ ਟਾਈਮ ਅਰਦਾਸ ਕੀਤੀ ਜਿਹੜਾ 9:30 ਦਾ ਟਾਈਮ ਸੀ, ਉਸ ਮਨਜੀਤ ਨੇ ਉਹਦੀ ਵਾਈਫ ਨੇ ਦੱਸਿਆ ਕਿ ਇਸ ਦਿਨ ਐਤਵਾਰ ਨੂੰ ਮੇਰੀ ਜਿਹੜੀ ਛੋਟੀ ਭੈਣ ਸੀ ਉਹ ਆਪਣੇ ਸਹੁਰੇ ਜਾ ਰਹੀ ਸੀ ਅਤੇ ਅਸੀਂ ਸਾਰੇ ਗਏ ਸੀ ਸਟੇਸ਼ਨ ਉੱਤੇ ਛੱਡਣ ਵਾਸਤੇ। ਉਹਦੇ ਨਾਲ ਬ੍ਰਦਰ ਵੀ ਸਨ, ਉਹਦੇ ਫਾਦਰ ਵੀ ਸਨ, ਉਹਦੀ ਮਦਰ ਵੀ ਸਨ, ਉਹ ਸਾਰੇ ਚੜ੍ਹਾਉਣ ਵਾਸਤੇ ਗੱਡੀ 'ਤੇ ਗਏ ਠੀਕ ਉਸੇ ਟਾਈਮ ਜਦੋਂ ਅਰਦਾਸ ਹੋਈ। ਕਹਿੰਦੀ ਮੈਂ ਉਦੋਂ ਹੀ ਆਪਣੇ ਮਾਂ ਪਿਓ ਨੂੰ ਕਿਹਾ ਕਿ ਚਾਹੇ ਹੁਣ ਮੇਰੇ ਨਾਲ ਜੋ ਵੀ ਹੋਏ ਤੁਸੀਂ ਮੈਨੂੰ ਨਹੀਂ ਆਪਣੇ ਘਰ ਛੱਡੋ, ਇਸ ਤੋਂ ਵੱਡੀ ਕਰਾਮਾਤ ਕੀ ਹੋ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਕੋਈ ਨਹੀਂ ਹੋ ਸਕਦੀ। ਸਿਰਫ 6 ਜਾਂ 7 ਸਾਲਾਂ ਦੀ ਗੱਲ ਹੈ, ਲੜਕੀ ਛੋਟੀ ਮੇਰੀ ਜਿਹੜੀ ਹੈ, ਥੋੜ੍ਹਾ ਸੈਂਸਿਟਿਵ ਬੱਚੇ ਕਈ ਜ਼ਿਆਦਾ ਹੁੰਦੇ ਨੇ, ਉਹ ਜੋਬ ਕਰਦੀ ਸੀ ਦਿੱਲੀ 'ਚ, ਉਹ ਜੋਬ ਉਹਨੂੰ ਪਸੰਦ ਨਹੀਂ ਸੀ, ਉਹਨੇ ਛੱਡ ਦਿੱਤੀ, ਛੱਡ ਕੇ ਘਰ ਆ ਗਈ, ਘਰ ਉਹਦਾ ਦਿਲ ਨਾ ਲੱਗੇ, ਦਿਲ ਲੱਗੇ ਨਾ ਕਿ ਮੈਂ ਹੋਰ ਜੋਬ ਲੱਭਣੀ, ਇਹ ਕਰਨਾ ਉਹ ਕਰਨਾ। ਉਹ ਇਤਨੀ ਪਰੇਸ਼ਾਨ ਹੋ ਗਈ ਕਿ ਡਾਕਟਰ ਕਹਿਣ ਲੱਗਾ ਕਿ ਇਸ ਨੂੰ ਤੁਸੀਂ ਇਮੀਡੀਏਟ ਵੀ ਕਿਤੇ ਇਹਦੇ ਦਿਮਾਗ 'ਤੇ ਬਹੁਤ ਜ਼ਿਆਦਾ ਅਸਰ ਨਾ ਹੋਵੇ, ਇਹ ਬੜੀ ਵੱਡੀ ਪ੍ਰੋਬਲਮ ਤੁਹਾਨੂੰ ਹੋ ਜਾਏਗੀ, ਤੁਸੀਂ ਇਸ ਨੂੰ ਲੈ ਜਾਓ ਉੱਥੇ PGI ਲੈ ਜਾਓ ਚੰਡੀਗੜ੍ਹ। ਮੈਨੂੰ ਮਿਸਰੀ ਨੇ ਫੋਨ ਕੀਤਾ, ਮੈਂ ਫਰਾਈਡੇ ਨੂੰ ਵੈਸੇ ਹੀ ਆਉਣਾ ਸੀ, ਫੋਨ ਕੀਤਾ ਕਿ ਘਰ ਜਲਦੀ ਆ ਜਾਓ, ਮਨਮੀਤ ਦੀ ਤਬੀਅਤ ਬਹੁਤ ਖਰਾਬ ਹੈ। ਮੈਂ ਜਿਹੜਾ 3-4 ਵਜੇ ਚੱਲਣਾ ਸੀ ਮੈਂ ਉਸੇ ਵੇਲੇ ਸਮਾਨ ਪੈਕ ਕੀਤਾ ਅਤੇ ਗੱਡੀ 'ਚ ਪਹਿਲਾਂ ਹੀ ਤਿਆਰ ਕੀਤੀ ਹੋਈ ਸੀ ਵੀ ਸ਼ਾਮ ਨੂੰ ਨਿਕਲਣਾ। ਰਸਤੇ 'ਚ ਪਾਠ ਕੀਤਾ, ਅਰਦਾਸ ਕੀਤੀ, ਘਰ ਆ ਗਿਆ। ਘਰ ਵੜਦਿਆਂ ਹੀ ਕੋਈ ਮੈਂ ਮਨਮੀਤ ਨੂੰ ਮਿਲਿਆ ਨਹੀਂ, ਮਿਸਿਜ ਕਹਿੰਦੀ ਕਿ ਕੋਈ ਰਸਤੇ 'ਚ ਤੁਸੀਂ ਅਰਦਾਸ ਅਰਦੂਸ ਕੀਤੀ ਹੈ? ਮੈਂ ਕਿਹਾ ਕਿਉਂ? ਕਹਿੰਦੀ ਤਾਂ ਬਿਲਕੁਲ ਨਾਰਮਲ ਹੋ ਗਈ। ਇਹ ਸਰਵ ਰੋਗ ਦਾ ਔਖਦ ਹੈ, ਇਹਦੇ ਵਿੱਚ ਉਹ ਨਾਮ ਹੈ ਜਿਹੜਾ ਇਕੱਲੇ ਇਹ ਨਹੀਂ ਜੀ ਕਾਮ ਖੜੋ ਲੋਭ ਮੋਹ ਹੰਕਾਰ ਦੂਰ ਕਰ ਦਿੰਦਾ ਹੈ, ਹਰ ਬਿਮਾਰੀ ਦੂਰ ਕਰ ਦਿੰਦਾ ਹੈ, ਇਹ ਸਾਰੇ ਸਮਾਜ ਦੀਆਂ ਬਿਮਾਰੀਆਂ ਦੂਰ ਕਰਨ, ਸਾਰੇ ਵਿਸ਼ਵ ਦੀਆਂ ਬਿਮਾਰੀਆਂ ਦੂਰ ਕਰਨ ਵਾਲਾ ਹੈ, ਸਾਡੀ ਹਰ ਪ੍ਰੋਬਲਮ ਦਾ ਹੱਲ ਹੈ। ਇਹ ਅਸੀਂ ਐਵੇਂ ਮੱਥਾ ਨਹੀਂ ਟੇਕਦੇ, ਅਰਦਾਸਾਂ ਕਿਉਂ ਕਰੀਏ ਜੇ ਪੂਰੀਆਂ ਨਾ ਹੋਣ, ਮੱਥਾ ਕਿਉਂ ਟੇਕੀਏ ਜੇ ਪੂਰਾ ਸਤਿਗੁਰੂ ਨਾ ਹੋਵੇ? ਇਹ ਕਿਤਾਬ ਹੀ ਹੁੰਦੀ ਤਾਂ ਸਾਡੇ ਹੱਥਾਂ 'ਚ ਹੁੰਦਾ, ਹੁਣ ਇੱਥੇ ਫੜੇ ਤੁਸੀਂ ਚੁੱਕੀ ਫਿਰਦੇ ਬਾਈਬਲ ਵਾਂਗ, ਇਹ ਕਿਤਾਬ ਹੈ ਹੀ ਨਹੀਂ, ਇਹ ਪੂਰਨ ਨਿਰੰਕਾਰ ਦਾ ਰੂਪ ਹੈ ਬਾਣੀ, ਉੱਥੇ ਪਰਮੇਸ਼ਰ ਦਾ ਥਾਂ। ਇਹ ਪਰਮੇਸ਼ਰ ਦੇ ਅਧਿਕਾਰ ਵਿੱਚ ਕਿਹੜੀ ਸ਼ੈ ਨਹੀਂ ਹੈ, ਉਹ ਕਿਹੜਾ ਰੋਗ ਨਹੀਂ ਦੂਰ ਕਰ ਸਕਦਾ ਅਤੇ ਕਿਹੜਾ ਸਾਡਾ ਦੁੱਖ ਹੈ ਜਿਹੜਾ ਦੂਰ ਨਹੀਂ ਕਰ ਸਕਦਾ? ਮੇਰਾ ਦੁੱਖ ਸੁੱਖ ਤੁਝ ਹੀ ਪਾਸੇ, ਹੋਰ ਕਿਸੇ ਕੋਲ ਦੁੱਖ ਸੁੱਖ ਲੈ ਕੇ ਜਾਣਾ ਹੀ ਨਹੀਂ, ਇਹਦੇ ਕੋਲ ਹੀ ਜਾਣਾ, ਕਿਉਂਕਿ ਇਹ ਸਾਡੇ ਹਰ ਦੁੱਖ ਸੁੱਖ ਦਾ ਇਲਾਜ ਹੈ। ਬਈ ਦੇਖੋ ਤੁਹਾਨੂੰ ਤਾਂ ਮੈਂ ਜਦੋਂ 9 ਵਜੇ ਪੱਕੀ ਨਹੀਂ ਸੀ ਮਿਲੀ, ਅਰਦਾਸ ਕਰੀਦੀ ਸੀ, ਹੁਕਮਨਾਮਾ ਆ ਜਾਂਦਾ ਸੀ, ਜਿੱਥੇ ਕੰਮ ਨਹੀਂ ਹੋਣਾ ਉੱਥੇ ਹੁਕਮਨਾਮਾ ਇਹ ਹੀ ਆਉਂਦਾ ਸੀ, ਦਾਤੈ ਦਾਤ ਰੱਖੇ ਹੱਥ ਆਪਣੇ ਜਿਸ ਭਾਵੈ ਤਿਸ ਦੇ, ਇਹੀ ਆਉਂਦਾ ਸੀ ਜਦੋਂ ਅਰਦਾਸ ਕਰੀ। ਮੈਂ ਸਮਝ ਜਾਂਦਾ ਸੀ ਇੱਥੇ ਕੰਮ ਨਹੀਂ,
ਜਦੋਂ ਕੰਮ ਹੋਣਾ ਹੁੰਦਾ ਸੀ ਫਿਰ ਹੁਕਮਨਾਮਾ ਉਹੋ ਜਿਹਾ ਹੀ ਪ੍ਰਾਪਤ। ਮਹਾਰਾਜ ਜਿਹੜੇ ਨੇ ਉਹ ਇਹ ਵੇ ਕਿ ਸਾਡਾ ਚਿੱਤ ਨਹੀਂ ਉਤਨਾ ਉੱਚਾ ਹੋਇਆ ਹੁੰਦਾ ਕਿ ਉਹਨੂੰ ਕਰਨ ਦਾ, ਮੇਰਾ ਚਿੱਤ ਚਿੱਤ ਉੱਚਾ ਉੱਚਾ ਕੋਈ ਨਹੀਂ, ਮੈਂ ਤਾਂ ਤੁਹਾਡੇ ਨਾਲ ਬਹੁਤ ਨੀਵਾਂ। ਕਦੇ ਜਦੋਂ ਲੋੜ ਹੁੰਦੀ ਹੈ ਤਾਂ ਆਪਣੀ ਲੋੜ ਵਾਸਤੇ ਥੋੜ੍ਹਾ ਜਿਹਾ ਟਿਊਨ ਕਰ ਲਈਦਾ ਨਾ, ਉਹਨਾਂ ਕੋ ਵੀ ਕਰ ਲਈਏ ਤਾਂ ਸਾਡੀ ਲੋੜ ਪੂਰੀ ਕਰ ਲੈਂਦਾ। ਜੇ ਜ਼ਿਆਦਾ ਟਿਊਨ ਹੋ ਜਾਈਏ ਉਹ ਤਾਂ ਫਿਰ ਬਾਤ ਹੀ ਕੀ ਹੈ, ਉਹ ਤਾਂ ਫਿਰ ਦੂਜਿਆਂ ਦੇ ਮਨੋਰਥ ਵੀ ਪੂਰੇ ਹੋ ਜਾਂਦੇ ਨੇ। ਡਾਕਟਰ ਕੁਲਦੀਪ ਸਿੰਘ ਦੀ ਅਰਦਾਸ, ਰਮੇਸ਼ ਦੀ ਅਰਦਾਸ, ਬਲਦੇਵ ਦੀ ਅਰਦਾਸ, ਇਹ ਅਜਿਹਾ ਪ੍ਰਮਾਣ ਬਣ ਗਿਆ ਸੀ ਗੁਰਦੁਆਰਾ ਟੀਟੀ ਨਗਰ ਵਿੱਚ। ਇਹ ਜਿਹੜੇ ਲੋਕ ਸਨ ਉਹ ਕਹਿੰਦੇ ਸਨ ਕਿ ਇਸ ਸਥਾਨ 'ਤੇ ਅਰਦਾਸ, ਉਹਨਾਂ ਮੈਨੂੰ ਕਹਿਣਾ ਤੂੰ ਅਰਦਾਸ ਕਰ। ਉਹ ਮੈਂ ਸੱਚੀ ਗੱਲ ਕਹਿ ਰਿਹਾ, ਮੈਂ ਅਰਦਾਸ ਕਰਨ ਦੇ ਯੋਗ ਨਹੀਂ, ਨਾ ਕੋਈ ਮੇਰੀ ਅਰਦਾਸ ਪੂਰੀ ਹੋਈ ਸੀ, ਨਾ ਪੂਰੀ ਮੇਰੀ ਅਰਦਾਸ ਗੁਰੂ ਸੀ, ਮੈਂ ਕੀ ਅਰਦਾਸ ਕਰਨ ਵਾਲਾ। ਸੰਗਤ ਉੱਥੇ ਅਰਦਾਸ ਵਿੱਚ ਜੁੜਦੀ ਸੀ ਔਰ ਤਨ ਮਨ ਕਰਕੇ ਅਰਦਾਸ ਉੱਚੀ ਆਵਾਜ਼ ਵਿੱਚ ਜੋਸ਼ ਨਾ ਕਰਨੀ ਜਿਹਦੇ ਨਾਲ ਬਿਰਤੀ ਕਾਗਰ ਹੁੰਦੇ। ਕਈ ਲੋਕ ਇਹ ਕਹਿੰਦੇ ਸਨ ਕਿ ਅਸੀਂ ਸਿਰਫ ਅਰਦਾਸ ਸੁਣਨ ਵਾਸਤੇ ਇਸ ਗੁਰਦੁਆਰੇ ਆਉਂਦੇ, ਅਰਦਾਸ ਸੁਣਨ ਵਾਸਤੇ ਆਉਂਦੇ ਹਾਂ ਗੁਰਦੁਆਰੇ। ਉਹ ਜਿਹੜਾ ਮਹਾਰਾਜ ਦਾ ਦਿੱਤਾ ਜੋਸ਼ ਸੀ ਉਹਦੇ ਨਾਲ ਅਰਦਾਸ ਜਦੋਂ ਸੰਗਤ ਟਿਊਨ ਹੋ ਜਾਂਦੀ ਸੀ ਨਾ ਉਹਦੇ 'ਚ, ਉਹ ਅਰਦਾਸ ਬਿਰਥਾ ਹੋ ਨਹੀਂ ਸਕਦੀ, ਬਿਰਥਾ ਕਦੇ ਨਾ ਹੋਵੇ ਜਨ ਕੀ ਅਰਦਾਸ। ਇੱਕ ਮਾਈ ਸਹਿਜਧਾਰੀ ਸੀ, ਉਹਨਾਂ ਦੀ ਚਾਤ ਕਰਕੇ ਮੈਨੂੰ ਯਾਦ ਸੀ, ਦੋਵੇਂ ਬੀਬੀਆਂ ਸਨ, ਮਾਤਾਵਾਂ ਸਨ, ਦੋਵੇਂ ਭੈਣਾਂ ਸਨ ਸਕੀਆਂ। ਇੱਕ ਭੈਣ ਜਿਹੜੀ ਸੀ ਉਹ ਕਿਤੇ ਛੋਟੀ ਉਮਰ 'ਚ ਵਿਧਵਾ ਹੋ ਗਈ ਸੀ, ਵਿਆਹ ਹੋਇਆ ਵਿਧਵਾ ਹੋ ਗਈ, ਉਹ ਆਪਣੀ ਭੈਣ ਕੋਲ ਹੀ ਰਹੀ ਸੀ। ਹੋਰ ਉਹਨਾਂ ਦੇ ਪਰਿਵਾਰ ਦਾ ਉਹ ਵੀ ਪ੍ਰੋਫੈਸਰ ਹੁੰਦੇ ਸਨ, ਉਹਨਾਂ ਦੇ ਜਿਹੜੇ ਦੂਜੀ ਸਿਸਟਰ ਦੇ ਜਿਹੜੇ ਉਹਨਾਂ ਦੇ ਹੁੰਦੇ ਸਨ, ਉਹ ਹਸਬੈਂਡ ਉਹ ਪ੍ਰੋਫੈਸਰ ਹੁੰਦੇ ਸਨ। ਉਹ ਤਾਂ ਕਦੇ ਨਹੀਂ ਸੁਣਾਏ ਕਿ ਦੋਵੇਂ ਭੈਣਾਂ ਗੁਰਦੁਆਰਾ ਟੀਟੀ ਨਗਰ ਹਰ ਰੋਜ਼ ਸਵੇਰੇ ਆਉਣਾ ਦੋਵਾਂ ਮਾਤਾਵਾਂ ਨੇ। ਇੱਕ ਅਰੋੜਾ ਮਾਤਾ ਹੁੰਦੀ ਸੀ, ਉਹ ਵੀ ਗੁਰਦੁਆਰੇ ਬਹੁਤ ਆਉਂਦੀ ਸੀ, ਉਹ ਵੀ ਸਹਿਜਧਾਰੀ ਪਰਿਵਾਰ। ਕਈ ਦਿਨ ਹੋਏ ਉਹ ਦੋਵੇਂ ਮਾਤਾਵਾਂ ਨਹੀਂ ਆਈਆਂ, ਮੈਨੂੰ ਅਰੋੜਾ ਮਾਤਾ ਕਹਿਣ ਲੱਗੀ ਉਹਨਾਂ ਪੁੱਤਰ ਤੈਨੂੰ ਬਹੁਤ ਯਾਦ ਕਰਦੀ ਹੈ, ਹੋਸਪਿਟਲ 'ਚ ਬਹੁਤ ਬਿਮਾਰ ਹੈ, ਬੜੀ ਤੰਗੀ 'ਚ, ਬਚਣਾ ਉਹਨੇ ਹੈ ਨਹੀਂ। ਉਹ ਕਹਿੰਦੀ ਕਿ ਮੈਨੂੰ ਅਗਰ ਮਿਲ ਜਾਣ ਤਾਂ ਗੁਰੂ ਦਾ ਸਿੱਖ, ਅਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੂਪ ਲੱਗਦਾ, ਮੈਨੂੰ ਸਾਹਿਬ ਦੇ ਦਰਸ਼ਨ ਹੋ ਜਾਣ, ਕਿਉਂਕਿ ਹੁਣ ਮੈਂ ਚਲਾਉਣਾ ਤਾਂ ਕਰ ਹੀ ਜਾਣਾ, ਬਚਣਾ ਤਾਂ ਮੈਂ ਹੈ ਨਹੀਂ। ਅਤੇ ਇੱਕ ਤਾਂ ਤੂੰ ਮਿਲਿਆ, ਇੱਕ ਅਰਦਾਸ ਕਰਕੇ ਉਹਦੀ ਮੁਕਤੀ ਹੋ ਗਿਆ, ਹੁਣ ਉਹ ਬਹੁਤ ਦੁਖੀ ਹੈ, ਕਸ਼ਟ ਵਿੱਚ ਹੈ ਬੜੀ, ਇਸ ਕਰਕੇ ਉਹਦੀ ਖਲਾਸੀ ਹੋ ਗਿਆ। ਖਲਾਸੀ ਮਤਲਬ ਚਲੀ ਜਾਂਦੀ, ਕਿਉਂਕਿ ਉਹ ਬਹੁਤ ਪਰੇਸ਼ਾਨ। ਮੈਂ ਕਿਸੇ ਦੇ ਮਰਨ ਵਾਸਤੇ ਅਰਦਾਸ ਕਿਉਂ ਕਰਦਾ ਹੈ ਨਾ, ਨਹੀਂ ਕਰਨੀ ਚਾਹੀਦੀ। ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੀ, ਘਰ ਵੀ ਉਹਨਾਂ ਦੇ ਗਿਆ, ਉਹਨਾਂ ਦੇ ਜਿਹੜੇ ਜੀਜਾ ਜੀ ਸਨ ਉਹ ਕਹਿਣ ਲੱਗੇ ਹੁਣ ਸਵਾਸਾਂ ਦਾ ਕੋਈ ਪਤਾ ਨਹੀਂ ਕਿਸ ਵੇਲੇ ਚਲਾਉਣਾ ਕਰਦੇ ਨੂੰ। ਮੈਂ ਅਰਦਾਸ ਕੀਤੀ, ਅਰਦਾਸ ਕਰਨ ਤੋਂ ਬਾਅਦ ਅਰੋੜਾ ਮਾਤਾ ਨੂੰ ਕਿਹਾ ਕਿ ਤੁਸੀਂ ਮੇਰੇ, ਕਹਿੰਦੀ ਮੈਂ ਮਿਲਣ ਜਾਣਾ ਉਹਨੂੰ, ਅਤੇ ਮੈਂ ਕਿਹਾ ਤੁਸੀਂ ਮੇਰੇ ਪਿੱਛੇ ਬਹਿ ਜਾਓ ਸਕੂਟਰ 'ਤੇ, ਨਾਲੇ ਤੁਸੀਂ ਦੱਸ ਦਿਓ ਕਿ ਕਿਹੜੇ ਵਾਰਡ ਵਿੱਚ ਹੈ, ਅਤੇ ਉੱਥੇ ਜਾ ਕੇ ਮਿਲਣ। ਜਾ ਕੇ ਮਿਲਿਆ, ਬਹੁਤ ਖੁਸ਼ ਹੋਏ, ਕਹਿਣ ਲੱਗੇ ਬੜੀ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੋਈ ਹੈ, ਸਿੱਖ ਦੇ ਦਰਸ਼ਨ ਹੋਏ ਨੇ, ਬੜੇ ਪਿਆਰ ਨਾਲ ਮਿਲੇ। ਬਹੁਤ ਕਸ਼ਟ ਵਿੱਚ ਸਨ, ਮੈਂ ਚਲੋ ਮਿਲ ਕੇ ਵਾਪਸ ਆ ਗਿਆ। ਸੋਚਦਾ ਰਿਹਾ ਸਾਂ ਵੀ ਉਹਨਾਂ ਦਾ ਕੁਛ ਪਤਾ ਨਹੀਂ ਲੱਗਿਆ ਜੇ ਚਲਾਣਾ ਕਰਦੇ, ਉਹਨਾਂ ਨੇ ਇੱਥੇ ਇਸੇ ਗੁਰਦੁਆਰੇ ਆਉਣਾ ਸੀ ਅਖੰਡ ਪਾਠ ਸਾਹਿਬ ਰਖਵਾਉਣ ਲਈ, ਅਤੇ ਕੋਈ ਆਇਆ ਕਿ ਉਹਨਾਂ ਨੂੰ। ਚਲੋ ਸੋਚਿਆ ਕੁਛ, ਥੋੜ੍ਹੇ ਦਿਨਾਂ ਬਾਅਦ ਦੇਖਿਆ ਕਿ ਉਹ ਮਾਤਾ ਤੁਰੀ ਆ ਰਹੀ ਹੈ ਗੁਰਦੁਆਰੇ। ਮੈਨੂੰ ਲੱਗਿਆ ਕਿਤੇ ਮਾਤਾ ਦਾ ਭੂਤ ਆ ਰਿਹਾ, ਮੈਂ ਇਹ ਕਿਵੇਂ ਬਚ ਗਈ। ਉਹ ਸਾਹਿਬ ਅਰਦਾਸ ਸੁਣਦੇ, ਬੇਟਾ ਜਿਤਨਾ ਗਿਆਨ ਧਿਆਨ ਹੈ, ਇਹ ਕਿਤਾਬਾਂ ਦਾ ਗਿਆਨ ਇਹ ਬਹੁਤਾ ਕੰਮ ਨਹੀਂ ਆਉਂਦਾ, ਇਹ ਤਾਂ ਇੰਨਾ ਕੁ ਕੰਮ ਆਉਂਦਾ, ਮੈਂ ਲੈਕਚਰ ਕਰਨ ਜੋਗਾ ਹੋ ਗਿਆ, ਇਹ ਇੰਨਾ ਕੁ ਕੰਮ ਆਉਣਾ। ਬਾਣੀ ਮਹਾਰਾਜ ਦੀ ਜਿਹੜੀ ਹੈ ਇਹ ਸਾਡੀ ਆਤਮਾ, ਸਾਡੀ ਸੋਚ, ਸਾਡੀ ਥਿੰਕਿੰਗ ਇਹ ਉਤਨੀ ਉਤਨੀ ਉੱਚੀ ਲੈ ਜਾਂਦੀ ਹੈ ਕਿ ਦੁਨੀਆਂ ਝੁੱਕ ਜਾਂਦੀ ਹੈ ਸਾਡੇ ਸਾਹਮਣੇ।
ਕੋਈ ਨਹੀਂ ਜੇ ਟਿਕਦਾ ਸਾਡੇ ਵਿਚਾਰ ਦੇ ਸਾਹਮਣੇ। ਮੈਨੂੰ ਅਕਸਰ ਜਿਹੜਾ ਨਾ ਜਿਹੜੀਆਂ ਸਟੇਜਾਂ ਜਿਹੜੀਆਂ ਨੇ ਦੂਜੇ ਲੋਕਾਂ ਦੀਆਂ ਹੁੰਦੀਆਂ ਨੇ, ਸਰਵ ਧਰਮ ਦਾ ਸਾਰੇ ਧਰਮਾਂ ਦਾ ਕਰ ਲੈਂਦੇ ਨੇ ਸਵੇਰ ਡੇਰਾਡੂਨ 'ਚ, ਕਿਉਂਕਿ ਮੈਂ ਇਸ ਐਸੀ ਸਥਿਤੀ ਵਿੱਚ ਆ ਕਿ ਉਹ ਜਿਹੜਾ ਇਹੋ ਜਿਹਾ ਸਮਾਗਮ ਹੁੰਦਾ ਮੈਨੂੰ ਬੁਲਾ ਲੈਂਦੇ ਨੇ। ਜਦੋਂ ਬੋਲੀ ਰਹਿਣਾ 10 ਮਿੰਟ, ਮੁਸਲਮਾਨਾਂ ਦਾ ਵਿਦਵਾਨ ਵੀ ਬੋਲੇਗਾ, ਹਿੰਦੂਆਂ ਦਾ ਵੀ ਬੋਲੇਗਾ, ਕ੍ਰਿਸਚਨ ਵੀ ਬੋਲੇਗਾ, ਸਾਰੇ ਬੋਲ ਜਾਂਦੇ ਨੇ। ਜਦੋਂ ਸਿੱਖ ਬੋਲੇਗਾ ਤਾਂ ਫਿਰ ਤਾੜੀਆਂ ਨਾਲ ਗੂੰਜੇਗਾ, ਵਿਚਾਰ ਇੰਨਾ ਉੱਚੇ, ਇਤਨਾ ਉੱਚਾ ਵਿਚਾਰ ਹੈ ਸਾਡੇ ਕੋਲ। ਪਿਛਲੇ ਸਾਲ 6 ਪ੍ਰੋਗਰਾਮ ਮਾਈਨੋਰਟੀ ਕਮਿਸ਼ਨ ਨੇ ਕਰਾਇਆ ਹੈ ਡੇਰਾਡੂਨ 'ਚ, 2 ਯੂਨੀਵਰਸਿਟੀਆਂ 'ਚ ਕਰਾਏ, 2 ਕਾਲਜਾਂ 'ਚ ਕਰਾਏ, 2 ਸਕੂਲਾਂ 'ਚ ਕਰਾਏ, ਸਾਰੇ ਧਰਮਾਂ ਦੇ ਬੰਦੇ ਸਨ, 5-5, 7-7 ਮਿੰਟ ਬੋਲਣਾ। ਮੈਂ ਦੇਖਿਆ ਕਿ ਉਹਨਾਂ ਦੀਆਂ ਗੱਲਾਂ ਸੁਣ ਕੇ ਸਟੂਡੈਂਟ ਸੁਣਦੇ, ਠੀਕ ਬੈਠੇ ਨਹੀਂ ਸੁਣ ਰਹੇ। ਜਦੋਂ ਗੱਲ ਅਸੀਂ ਸਿੱਖੀ ਦੀ, ਗੁਰੂ ਨਾਨਕ ਸਾਹਿਬ ਦੇ ਵਿਚਾਰ ਦੀ ਕਰਨੀ, ਇਹ ਤਾਲੀਆਂ ਅਤੇ ਤਾਲੀਆਂ, ਉਹਨਾਂ ਵਿਚਾਰਿਆਂ ਨੂੰ ਲੱਗਣਾ ਵੀ ਸਾਡੀ ਤਾਂ ਗੱਲ ਹੀ। ਹੁਣ ਬੱਚੇ ਬੈਠੇ ਨੇ ਸਾਰੇ, ਉਹਨਾਂ ਨੂੰ ਸਿੱਖ ਤਾਲੀਆਂ ਕਿਤੇ 'ਤੇ ਵਜਾਉਂਦੇ ਨੇ ਵਾਰ ਵਾਰ, ਗੁਰੂ ਨਾਨਕ ਸਾਹਿਬ ਦੀ ਗੱਲ, ਗੁਰੂ ਨਾਨਕ ਸਾਹਿਬ ਦੇ ਵਿਚਾਰ। ਆ 1 ਦਸੰਬਰ ਨੂੰ ਅਸੀਂ ਰੀਠਾ ਸਾਹਿਬ ਜਾਣਾ ਸੀ, ਅਤੇ 1 ਦਸੰਬਰ ਨੂੰ ਇੱਕ ਸਰਵ ਧਰਮ ਸਮਾਗਮ ਸੰਮੇਲਨ ਸੀ ਰਿਸ਼ੀਕੇਸ਼। ਮੈਂ ਕਿਹਾ ਚਲੋ ਇੱਥੋਂ ਹੋ ਕੇ ਫਿਰ ਅੱਗੇ ਰੀਠਾ ਸਾਹਿਬ ਨਿਕਲ ਜਾਵਾਂਗੇ। ਉਹਨਾਂ ਦੇ ਪੰਡਿਤ ਬੋਲੇ ਬਥੇਰੇ, ਹਰ ਹਰ ਗੰਗਾ ਗੁੰਗਾ ਕੀਤਾ ਉਹਨਾਂ ਨੇ, ਜੋ ਕੁਝ ਕਰਦੇ ਹੁੰਦੇ ਨੇ ਉਹਨਾਂ ਨੇ ਕੀਤਾ। ਕੋਈ ਲੋਕਾਂ ਉੱਤੇ ਪ੍ਰਭਾਵ ਬਹੁਤ ਨਹੀਂ ਪਿਆ, ਬੋਧੀ ਵੀ ਬੋਲ ਗਿਆ। ਮੇਰੀ ਵਾਰੀ ਆਈ, 15 ਮਿੰਟ ਮੈਂ ਬੋਲਿਆ, ਕੋਈ ਬੰਦਾ ਉਸ ਤੋਂ ਬਾਅਦ ਚਾਹ ਪੀਣੀ ਸੀ ਅਤੇ ਕੋਈ ਬੰਦਾ ਨਹੀਂ ਉੱਥੇ ਹੋਣਾ ਜਿਹੜਾ ਮੈਨੂੰ ਆ ਕੇ ਮਿਲਿਆ ਨਹੀਂ। ਸਰਦਾਰ ਜੀ ਬਹੁਤ ਬੜੀਆ ਬੋਲੇ, ਕਿਉਂ? ਕਿਉਂਕਿ ਜੋ ਵਸਤੂ ਸਾਡੇ ਪਾਸ ਹੈ ਨਾ, ਮੈਂ ਦੇਖਦਾ ਬੇਟਾ ਇਸਲਾਮ ਵਾਲਿਆਂ ਬੋਲਣਾ ਹੁੰਦਾ ਕਿ ਤੂੰ 2-4 ਪੰਕਤੀਆਂ ਕੱਢ ਕੇ ਲਿਆਉਂਦੇ ਨੇ ਜਿਹੜੀਆਂ ਮਾਨਵਤਾਵਾਦੀ ਹੋਣ, ਹੈ ਨਾ, ਜਿਹੜੀਆਂ ਜਿਹਨਾਂ ਨੂੰ ਉਹ ਕਹਿਣ ਕਿ ਇਹ ਇਹਨਾਂ 'ਚ ਹਿਊਮੈਨੀਟੇਰੀਅਨਿਜ਼ਮ ਹੈ। ਉਹ ਖੋਜ ਖੋਜ ਕੇ ਲਿਆਉਂਦੇ ਨੇ 2-4 ਪੰਕਤੀਆਂ, ਇਸੇ ਤਰ੍ਹਾਂ ਵੇਦਾਂ ਵਾਲੇ ਲਿਆਉਂਦੇ ਨੇ, ਇਸੇ ਤਰ੍ਹਾਂ ਕ੍ਰਿਸਚਨ ਲਿਆਉਂਦੇ ਨੇ, ਕਿਉਂਕਿ ਕ੍ਰਾਇਸਟ ਤਾਂ ਕਹਿੰਦਾ ਸੀ ਮੈਂ ਸਿਰਫ ਜੀਵਨ ਵਾਸਤੇ ਹਾਂ, ਮੈਂ ਇਸਰਾਇਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਸੰਭਾਲਣ ਵਾਸਤੇ ਕ੍ਰਾਇਸਟ ਕਹਿੰਦਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗ੍ਹਾ ਜਗ੍ਹਾ 'ਤੇ ਬਾਣੀ 'ਚ, ਇੱਕ ਪਿਤਾ ਇੱਕ ਸਕੇ ਹਮ ਮੁਬਾਰਕ, ਤੂੰ ਮੇਰਾ ਗੁਰਖਾ, ਤੂੰ ਸਿੱਖੀ ਜਿਹੜਾ ਕੋਈ ਨਹੀਂ ਜਿਹੜਾ ਕੋਈ ਨਹੀਂ। ਜੇਕਰ ਅਸੀਂ ਸਿੱਖ ਬਣ ਗਏ ਹਾਂ, ਇਹ ਜਿਹੜੇ ਆ ਕਲੇਸ਼ ਸਾਨੂੰ ਲੱਗਦਾ ਪੰਥ ਛੋਟਾ ਛੋਟਾ, ਕੁਛ ਨਹੀਂ, ਸਾਰੀ ਦੁਨੀਆਂ ਸਾਡੇ ਚਰਨਾਂ 'ਚ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਸਾਰੀ ਦੁਨੀਆਂ ਝੁਕ ਜਾਏਗੀ ਜਿਸ ਦਿਨ ਅਸੀਂ ਸਿਆਣੇ ਹੋ ਕੇ ਸਿੱਖੀ ਦੀ ਗੱਲ ਲੋਕਾਂ ਤੱਕ ਪਹੁੰਚਾ ਦਿਆਂਗੇ। ਇਸ਼ਾਰਾ ਹੋ ਗਿਆ ਟਾਈਮ ਦਾ, ਬਹੁਤ ਬਹੁਤ ਧੰਨਵਾਦ। ਲਗਭਗ 2 ਘੰਟੇ ਟਾਈਮ ਮੇਰਾ ਖਿਆਲ ਹੋ ਹੀ ਗਿਆ, ਹੈ ਨਾ, ਹੋ ਗਿਆ, ਥੱਕ ਗਏ? ਥੱਕੇ ਨਹੀਂ, ਚਲੋ, ਥੱਕਣਾ ਕਿਉਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਤੁਹਾਨੂੰ ਬਹੁਤ ਸਾਰੀਆਂ ਆਸ਼ੀਰਵਾਦਾਂ ਦੇਣ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਐਸੇ ਚੰਗੇ ਸਿੱਖ ਬਣੋ ਕਿ ਵਿਸ਼ਵ ਦੇ ਵਿੱਚ ਸਿੱਖੀ ਦਾ ਨਾਮ ਰੌਸ਼ਨ ਹੋ ਜਾਵੇ। ਭੁੱਲਾਂ ਚੁੱਕਾਂ ਵਾਸਤੇ ਖਿਮਾ, ਵਾਹਿਗੁਰੂ ਜੀ ਕਾ ਖਾਲਸਾ।